ले आ प्यार का आप पशु खड़े कोई फिर आनी पानी पिया दे जाता आनी पिया दे ये किसी का कासा नहीं का आपने करना पूगो खा जो 10 मिनट देख लो हां देख ला नवी ल्यांदी सी चार दिन ते लखा सुखा दा मैं जी दा फिर आखणगे बोलदा गा दस दो दो घरे मुंडे होण ते दो दो घरे नूहां होण ते पशु पानी बिना खड़े होण ਉਹਨੇ ਚੁੱਪ ਜੀ ਫੇਰ ਅੱਜ ਕੱਲ੍ਹ ਜੇ ਕਹਿਣੇ ਆ ਫਿਰ ਗੁੱਸਾ ਕਰਦੇ ਆ ਅੱਲਾ ਕਮਲਾ ਹਾਂਜੀ ਉਰੇ ਆ ਆਉ ਨਹੀਂ ਹੈ ਜੀ ਬੈ ਜਾ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਹਾਂਜੀ ਉਹ ਦੇਖ ਲਾ ਉਹ ਮੈਂ ਜੀ ਨੂੰ ਚਾਰ ਦਿਨ ਹੋਏ ਲਿਆਂਦੇ ਨੂੰ ਲੱਕਾ ਸੁਕਾਇਆ ਪਿਆ ਉਹਦਾ ਨਾ ਕਿਸੇ ਨੂੰ ਪਾਣੀ ਪਿਆ ਨਾ ਧਾਣੀ ਪਿਆ ਉਹ ਗੋਹਾ ਤਾਂ ਉੱਥੇ ਬੱਠਿਆ ਭਰੇ ਪਏ ਉਹ ਮਾੜਾ ਮੋਟਾ ਇਹਨੂੰ ਕਹਿ ਦਿਆ ਕਰ ਵੀ ਕੰਮ ਕਰ ਲਿਆ ਕਰੋ ਸਾਰਾ ਦਿਨ ਇੱਕ ਦੂਜੇ ਨਾਲ ਲੜਨਤੇ ਰਹਿੰਦੇ ਆ ਮੈਂ ਕੀ ਕਹਾਂ ਜੀ ਇਹਨਾਂ ਨੂੰ ਇਹ ਤਾਂ ਹੁਣ ਦੋਨੇ ਇੱਕੋ ਜਿਹੇ ਹੋ ਗਏ ਅੱਗੇ ਵੱਡਾ ਬਹੂ ਤੇ ਮੁੰਡਾ ਕਰ ਲੈਂਦੇ ਸੀ ਥੋੜਾ ਬਹੁਤਾ ਛੋਟੇ ਨੂੰ ਦੇਖ ਕੇ ਇਹ ਵੀ ਵਿਗੜ ਗਏ ਹੁਣ ਉਹ ਮੈਨੂੰ ਤਾਂ ਐ ਸੀਗਾ ਮੈਂ ਹਜਰ ਵੰਡ ਕੇ ਕੰਮ ਕਰ ਲਿਆ ਕਰਨਗੇ ਵੀ ਚਲ ਦੋਨੇ ਵਹਿ ਗਏ ਸੁੱਖ ਹੋ ਜਾਊਗਾ ਇਹ ਤਾਂ ਆਪਾਂ ਨੂੰ ਤਾਂ ਉਦੋਂ ਵੀ ਦੁੱਖ ਹੋ ਗਿਆ ਮੈਂ ਕਿਹੜਾ ਸੌਖੀ ਆ ਮੇਰੇ ਨਾਲ ਤਾਂ ਆਪ ਦੋਨੇ ਇਹੀ ਹਾਲ ਕਰਦੀਆਂ ਨੇ ਫਿਰ ਐ ਕਿਵੇਂ ਕੰਮ ਚੱਲੂਗਾ ਇਹ ਦੱਸੀਏ ਜੀ ਹੁਣ ਤਾਂ ਕੰਮ ਵੱਧਦੇ ਤੁਰ ਜਾਂਦਾਗਾ ਸਾਰਿਆਂ ਨਾਲ ਲੜਾਈ ਤੇ ਜ਼ੋਰ ਲੜਾਈ ਤੇ ਜ਼ੋਰ ਉਹ ਛੋਟੀ ਤਾਂ ਐਂ ਕਹਿੰਦੀ ਮੈਂ ਹੀ ਮਹਾਰਾਣੀ ਆ ਬਸ ਉਹ ਮਹਾਰਾਣੀ ਤਾਂ ਹੈਗੀ ਮਹਾਰਾਣੀ ਤਾਂ ਬਣ ਕੇ ਰਹੇ ਰੌਲਾ ਤਾਂ ਵੀ ਕੰਮ ਤਾਂ ਕਰ ਲਿਆ ਕਰਨਾ ਕੰਮ ਵਿੱਚ ਤਾਂ ਨਾਲ ਲੜਾਈ ਪਾਉਣਾ ਗੱਲ ਤਾਂ ਆਪਾਂ ਐਂ ਕਰਦੇ ਆ ਮੈਂ ਤਾਂ ਉਹਨਾਂ ਦਾ ਭਾਂਡੇ ਜੇ ਸਾਫ਼ ਕਰਦੀ ਸੀ ਖਾ ਲਿਆ ਦੋਨਾਂ ਨੇ ਖਾ ਕੇ ਬਹਿ ਗਈਆਂ ਟੈਲੀਵਿਜ਼ਨ ਮੂਹਰੇ ਕੋਈ ਫੋਨ ਚੱਕ ਲੈਂਦੀ ਹੈ ਕੋਈ ਟੈਲੀਵਿਜ਼ਨ ਛੱਡ ਲੈਂਦੀ ਹੈ ਦੱਸ ਕੀ ਕਰਾਂ ਇਹਨਾਂ ਦਾ ਉਹ ਫਿਰ ਐਂ ਕਿੰਨਾ ਇੱਧਰ ਚੱਲੂ ਕੰਮ ਚਲ ਕੋਈ ਗੱਲ ਨਹੀਂ ਤੂੰ ਕਰ ਲੈ ਜਿਹੜਾ ਕੁਛ ਕਰਦੇ ਆ ਹਰ ਕੀ ਹੋਤੀ ਹੈ ਭਾਈ ਮਾਂ ਪਿਆ ਜਾਣਾ ਹੁਣ ਪਸ਼ੂਆਂ ਤੋਂ ਤਾਂ ਨਹੀਂ ਸਰਾਫ ਲੈਣਾ ਘਰੇ ਹਾਂਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਉਹਨਾਂ ਦਾ ਕੀ ਆ ਚੱਲ ਦੇਖ ਲਾ ਭਾਈ ਜੇ ਕਰੀ ਜਾਣੇ ਤਾਂ ਠੀਕ ਆ ਨਹੀਂ ਆਪਾਂ ਨੂੰ ਕੀ ਆ ਵੇਚ ਕੇ ਭਰੇ ਮਾਰਾਂਗੇ ਆਪੇ ਫਿਰ ਮੁੱਲ ਲਈ ਜਾਣਗੇ ਹੋਰ ਤਾਂ ਕੋਈ ਹੱਲ ਨਹੀਂ ਹੁਣ ਇਹ ਤਾਂ ਆਪਾਂ ਤੋਂ ਭਾਲਦੇ ਆ ਵੀ ਇਹ ਕਰੀ ਜਾਣ ਸਾਨੂੰ ਮੱਝਾਂ ਦੇ ਚਾਹ ਅਜੇ ਬਣ ਕੇ ਸਾਰਾ ਕੰਮ ਸਾਨੂੰ ਮੱਝਾਂ ਤੇ ਆ ਜੇ ਬਸ ਮੈਂ ਤਾਂ ਤੁਹਾਨੂੰ ਆਹੀ ਕਹਿਣੀ ਆ ਵੀ ਪਸ਼ੂਆਂ ਦਾ ਨਿਮੇੜੋ ਪਰੇ ਕੰਮ ਜਦੋਂ ਚੱਕ ਕੇ ਡੋਲੂ ਜਾਣਾ ਪਿਆ ਨਾ ਮੁੱਲ ਦਾ ਦੁੱਧ ਪੀਣਾ ਪਿਆ ਇਹਨਾਂ ਨੂੰ ਡੈਰੀ 'ਚ ਫੇਰ ਪਤਾ ਲੱਗੂਗਾ ਉਹ ਮੈਨੂੰ ਪਤਾ ਫਿਰ ਆ ਲੋੜ ਹੀ ਨਹੀਂ ਲੈਣ ਦੀ ਮੈਂ ਇਸੇ ਦੂਜੀ ਨੇ ਪੈਸੇ ਲਾਏ ਤੇ ਨਾਲੇ ਹੁਣ ਜੇ ਤੁਰਤ ਵੇਚਾਂਗੇ 5-4 ਹਜ਼ਾਰ ਘਾਟਾ ਪਾਊਗੀ ਫਿਰ ਕੰਮ ਨਹੀਂ ਕਰਨਾ ਐਵੇਂ ਕੀ ਫਾਇਦਾ ਉਹ ਲੱਕਾ ਸੁਕਾ ਦਿੱਤਾ ਐਡੀ ਕੋਠੇ ਐਡੀ ਮੈਂ ਸੀ ਤੇ ਲਿਆਂਦੀ ਸੀਗੀ ਇਹ ਤਾਂ ਫੇਰ ਹੀ ਪੋਲੀਆਂ ਹੋਣਗੀਆਂ ਜੀ ਚਲ ਕੋਈ ਨਹੀਂ ਭਾਈ ਹੋਰ ਕੀ ਆ ਇਹਨਾਂ ਦੇ ਨਹੀਂ ਜੀ ਕਰਦਾ ਕੰਮ ਕਰਨ ਨੂੰ ਗੋਹਾ ਪਰ ਮੈਂ ਬੱਠਾ ਜਿਹਾ ਪਾ ਕੇ ਰੱਖ ਦਿੰਦਾ ਹੋਰ ਕੀ ਤਾਂ ਪਾਣੀ ਪਿਆ ਕੇ ਤੇ ਪਸ਼ੂ ਨਵਾ ਦਿੰਦਾ ਮੇਰੇ ਤਾਂ ਫਿਰ ਆਹੀ ਸਾਰੇ ਆ ਚਲ ਮੈਂ ਵੀ ਭਾਂਡੇ ਭੁੰਡੇ ਚ ਪੈਣੇ ਚੱਕਦਾ ਉਹਨਾਂ ਨੂੰ ਤਾਂ ਮਾੜੀ ਲਾ ਦੇਣੇ ਤਾਂ ਲੈ ਲੈ ਚਲ ਚਰਨੇ ਆ ਇਹ ਦੇਖ ਲਾ ਲੱਕ ਲੱਕ ਕੇ ਡੇਗਦਾ ਦੇਣੇਗੇ ਜ਼ਮੀਨੀ ਸਰਮ ਮੰਨਦੇ ਹੈਗੇ ਖਾਂਦੀ ਆ ਮਹਾਰਾਣੀ ਟੀਟਨੇ ਮਾਰਦੀ ਆ ਲੱਕ ਕੇ ਉਰੇ ਡੇਗ ਜੂਗੀ ਮੈਂ ਨੌਕਰ ਨਹੀਂ ਲੱਗੀ ਹੋਈ ਆ ਸੋਡੀ ਭਲਾਂਦੀ ਕੀ ਗੱਲ ਵੀ ਆਦੇ ਮਾਂਜਦੀ ਕਿਉਂ ਨਹੀਂ ਖਾ ਕੇ ਭਾਂਡੇ ਰੋਟੀ ਵਾਲੇ ਕਿਉਂ ਕਿ ਮੈਂ ਨੌਕਰ ਨਹੀਂ ਲੱਗੀ ਹੋਈ ਆ ਲੈ ਇਹ ਚ ਨੌਕਰ ਵਾਲੀ ਕੀ ਗੱਲ ਆ ਤੁਸੀਂ ਭਾਂਡੇ ਮਾਂਜੀ ਨੇ ਮੇਰੇ 2 ਗਲਾਸਾਂ ਨਾਲ ਜ਼ਿਆਦੇ ਹੋ ਗਏ ਭਾਂਡੇ ਜ਼ਿਆਦੇ ਨਹੀਂ ਮੈਂ ਚੁੱਲ੍ਹੇ ਦਾ ਵੀ ਕਰਾਂ ਹਾਂ ਮੈਂ ਡੰਗਰਾਂ ਖਣੀ ਵੀ ਕਰਕੇ ਆਵਾਂ ਤੂੰ ਕੁਝ ਵੀ ਨਹੀਂ ਕਰਦੀ ਸਿਕਨ ਰੋਟੀ ਤਾਂ ਬਣਾ ਲਿਆ ਕਰ ਕਿ ਰੋਟੀ ਹਰ ਕੋਈ ਬਾਹਰੋਂ ਆ ਕੇ ਬਣਾ ਕੇ ਜਾਂਦਾ ਤੁਸੀਂ ਝੂਠੇ ਬਹੁਤ ਬੋਲਦੇ ਆ ਰੋਟੀ ਵਾਲਾ ਮੈਂ ਭਰੇ ਸਵੇਰੇ ਸਵੇਰੇ ਅੱਛਾ ਬਸ ਕੋਈ ਝੂਠ ਬਣਾਉਣ ਦਾ ਤੇਰੇ ਕੋਲੋਂ ਸਿੱਖੇ ਨਾ ਆਪ ਕੰਮ ਕਰੇ ਨਾ ਖਸਮ ਨੂੰ ਕਰਨ ਦੇਵੇ ਦੀ ਜਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਠੀਕ ਆ ਖਸਮ ਖਸਮ ਨਾ ਕਰੋ ਜਿੰਨਾ ਕੋ ਤੋ ਕੰਮ ਹੁੰਦਾ ਅਗਲਾ ਕਰ ਲਾਂਦਾ ਮੈਂ ਦੇਖਦੀ ਆ ਕਿੰਨਾ ਕੁ ਕਰਦਾ ਤੇ ਤੁਸੀਂ ਕਹਿ ਕੇ ਨਿਕਲ ਜਾਂਦੇ ਮੋੜਾਂ 'ਤੇ ਖੜਾ ਰਹਿੰਦਾ ਇੱਕ ਹੋਆ ਸਾਰ ਦਿਨ ਖੇਤੀ 'ਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਹੈਗਾ ਫਿਰ ਤੁਸੀਂ ਕਹਿ ਦਿਆ ਕਰੋ ਵੀ ਕੰਮ ਕਰ ਲੈ ਮੈਂ ਕਿਹੜਾ ਤੁਹਾਨੂੰ ਰੋਕਦੀ ਆ ਕਹਿ ਦਿਆ ਕਰੋ ਬੰਦਾ ਤੇਰਾ ਹੈ ਹੱਕ ਤੇਰਾ ਮੰਨਦਾ ਕਹਿਣ ਦਾ ਮੈਂ ਉਹਨੂੰ ਕਿੰਨਾ ਕੁ ਕਹਾਂ ਜਦੋਂ ਮੇਰੀ ਸੁਣਦਾ ਹੀ ਨਹੀਂ ਅਗਲਾ ਮੇਰੇ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਹੀ ਸੀ ਉਦੋਂ ਕੰਮ ਲਾਇਆ ਹੁੰਦਾ ਜੇ ਉਦੋਂ ਕੰਨ ਖਿੱਚੇ ਹੁੰਦੇ ਲਾਇਆ ਹੁੰਦਾ ਉਹਦਾ ਮਾਂ ਨੇ ਨਹੀਂ ਪੱਟੀ ਬੰਨਣ ਦਿੱਤੀ ਫਿਰ ਮਾਂ ਨਾਲ ਮਾਰੋ ਮੱਥਾ ਮੈਨੂੰ ਕੀ ਕਹਿੰਦੇ ਹੋ ਆ ਜੀ ਲੈ ਕਰ ਲੈ ਗੱਲ ਕੁੜੀ ਵੀਰ ਕਿਉਂ ਜਲੂਸ ਕੱਢਣ ਤੇ ਲੱਗੀ ਹੋ ਜਲੂਸ ਕੱਢੀਆਂ ਹੋਰ ਕੀ ਕਰੀ ਬੇਬੇ ਖਾਂਦੇ ਪੀਂਦੇ ਮੇਰੇ ਮੂਹਰੇ ਡਿੱਗ ਜਾਂਦੇ ਭਾਂਡੇ ਪਹਿਲਾਂ ਮੈਂ ਚੁੱਲ੍ਹੇ ਦਾ ਕਰਦੀ ਆਂ ਫਿਰ ਡੰਗਰਾਂ ਦਾ ਕਰਕੇ ਨਹੀਂ ਇੱਕ ਕੰਮ ਤਾਂ ਕਰ ਸਕਦੀ ਐ ਸਿੱਕ ਨੂੰ ਰੋਟੀ ਤਾਂ ਬਣਾ ਸਕਦੀ ਐ ਐਵੇਂ ਕਿਉਂ ਗੱਪ ਮਾਰੀ ਜਾਂਦੀ ਹੋ ਪਸ਼ੂਆਂ ਦਾ ਤਾਂ ਤੁਹਾਡੇ ਦੋਵਾਂ ਚੋਂ ਕੋਈ ਨਹੀਂ ਕਰਦੀ ਤੁਹਾਡਾ ਬਾਪੂ ਸਾਂਭੇ ਨਾ ਸਾਂਭੇ ਫਿਰ ਬੁੜਾ ਕਿਹੜਾ ਮੰਮੀ ਘਸਣ ਲੱਗਿਆਗਾ ਜੇ ਕੰਮ ਕਰ ਲੂਗਾ ਹੱਡ ਗੋਡੇ ਚੱਲਦੇ ਰਹਿਣਗੇ ਕੁੜੇ ਵੀਰ ਗੱਲ ਘਸਣ ਦੀ ਨਹੀਂ ਹੁੰਦੀ ਤੁਹਾਨੂੰ ਦੋਵਾਂ ਨੂੰ ਕਾਦੇ ਵਾਸਤੇ ਵਿਆਹ ਹੈਗਾ ਸਾਨੂੰ ਇੱਥੇ ਨੌਕਰਾਣੀਆਂ ਵਾਸਤੇ ਵਿਆਹ ਹੈ ਮੈਨੂੰ ਤਾਂ ਐਂ ਲੱਗਦਾ ਨੌਕਰਾਣੀਆਂ ਵਾਸਤੇ ਵੇ ਤੁਹਾਡਾ ਹੱਕ ਹੈ ਹੁਣ ਕੰਮ ਕਰਨ ਦਾ ਉਰੇ ਆ ਪੁੱਤਾ ਮਨ ਤੂੰ ਵੀ ਬਸ ਬੇਬੇ ਮਿੱਠੇ ਪੋਚੇ ਦੇ ਨਾ ਮਾਰ ਮੇਰੇ ਕੋਲੇ ਮੈਂ ਤਾਂ ਨੌਕਰਾਣੀ ਬਣਾ ਰੱਖਿਆ ਤੈਂ 24 ਘੰਟੇ ਤੂੰ ਕਰ ਲਾ ਮਣ ਕੰਮ ਤੂੰ ਕਰ ਲਾ ਮੇਰੀ ਗੱਲ ਸੁਣਾ ਨਾ ਬਸ ਬੇਬੇ ਮੈਂ ਨਹੀਂ ਕੁਝ ਵੀ ਸੁਣਦੀ ਹੈਗੀ ਨਾ ਮਣ ਪਹਿਲਾਂ ਕੌਣ ਕਰਦਾ ਸੀ ਹੁਣ ਤੂੰ ਮੇਰੇ ਸ਼ਰੀਕੇ ਕਰਨ ਲੱਗੀ ਬਈ ਸ਼ਰੀਕੇ ਦੀ ਗੱਲ ਨਹੀਂ ਹੈਗੀ
जे तू मेरी भैन बन के रहे सारा काम करा उठ के तू चूल्हे दा सामने मैं उतला करा तू तो कुछ भी नहीं करदी भाई तू तो बोलने च किसे नु आन नहीं देंदी तेरी जीभ कैंची मांगो चलदी है ता ना कैंची मांगो चलदी है आ कर रहा मैं नहीं करदी कुर्दी मैं जानी है दो भांडे ने मैं मान दूंगी किवें मच्छरी फिरदी अहंकार पता नहीं का दा इनू ए अहंकार है मम्मी तेनू नहीं पता भी एदा बंदा काम करदा हुण मैं की करा जे मेरा घर वाला काम नहीं करदा मैं कड़ा नु मगरों लेके आई हां हैगे तो छोड़दा ही ओ चलो न्याणी रीत एक छोटी उम्र चा ब्याह लिया रवि महाराणी बन के बैठी रहिंदी मैं जिदे चढ़ी हूं मैं कड़ा लोहे दी बनी हुई सारा दिन काम करी चलना कोई ना पुत साल सी महीने टपा लै तू ऐसे कोई निक्का न्याणा हो गया आपी सियाणी बन जू देख बेबे तू टपाने टपा मैं ता नहीं टपाऊंदी ना मैं करा काम मैं तो आपके हिस्से का कम कर करूंगी मैं सारा छड़िया करूंगी चित मन का तू कर चित मन का वह करे मैं नहीं कम करती मैं तो आपके हिस्से हिस्से का करूंगी नहीं ती एक तो वह नहीं बेलैका मुंडा अपना किसी काम का रवि तू ए क्यों कर दी है जो बेलैका किसी काम का होंगे फिर ही सी जो आप दे नहीं करता इन की कही बगानी ती नू फिर ना फाहे टंग दे पहले मैं कले करे मैं तो आप सरीका है वो तो ब्याह तो ए चल जवाक समझ आता होंगे टाइम सिर उम्र सिर है चल सियाणा बन जू हूं की पता सी यही मत रखूगा वो तो तेन पता होना चाहिए बेबे तेरा पुत है मैनू नहीं कुछ भी लेना देना जे तो कम करूगी बराबर तो रह जे मेरे नाल नहीं मैं तो अड होऊंगी लाए कुड़े पुत तुझ तो नहीं किसी की मन के दिंदियां है मैं तेन कह बीती तू सियाणी बन जा कोई ना कट ला साल सी महीने ना मैं साल कट्टा ना मैं सी महीने कट्टा मैं तो बहुत चिर देख लिया थोड़े मूंह मनी तू उस दी मेर लैनी है मेरे तो कि मेर ही नहीं लेती नहीं पुत मेर कानू लैनी आ मैंने तो दोवे इको जी हो तुसी कानू जे दोने इको जी हुंदियां जा गल नहीं हुंदी सीगी तू ओनू भी कहंदी बी ती ए तू रोटी दा करया कर ते चल ए उतला करया करूगी तू तो समझ मैनू कहन लग जानी हैगी कोई ना पुत मैं हुन भी कहूंगी मैं रीत नू समझा दिनी आ कोई गल नहीं वी रोटी टको कर लिया करूगी हां हो ता तेरी लाड़ी नू आ ई लाड़ी बड्डियां ता तेनू पता नहीं हुंदियां नेगियां कानू जे लाड़ी हुंदी ए गल हुंदी नहीं सी अज देख पुत जे तुसी आड़ी होना ना चल मैं करदी आ तेरे बापू नाल गल और की है फिर हुण थोड़ी तो रोज की चिड़चिड़ हो ही जाती है तू की करती फिर इधर आ मैं तो थोड़े को आई सी जी क्यों मेरी गल सुनो फिर कर लियो काम तो इधर खड़गी आजा इधर ही आजा इधर बहिंदी हुंदे बंदे इधर बहिंदे हुंदे रोज का काम दस हूं इन्हों का हल की करिए फिर मैं तो कोई हल दीदा नहीं तू दस तेरे दिमाग च गल आ दिमाग च की दसा मैं तो इना समझा के देख लिया उन्होंने ना छोटी घट है ना बड़ी घट है और बड़ी ने तो एक रट फड़ लियो किस तरह अड होना गा देख भाई कहने जिदे होंगे आगे अड तो ओदे होंगे होंगे जे अड हो गए राजी आ पर कलेश मुक जी मैं तो एक गल जान दंगा फिर हुण तुसी देखो किवें करना इन्हां दा मैं तो बहुत समझाई सी आवण भी चल कोई ना पुत न्याणी सियाणी है तू थोड़ा टाइम साल सी महीने कट लै फिर तेरे बाल बच्चा हो जू कोई ना बच्चा आप ही समझदार हो जाता ना कहनी मैं इतों नहीं कम धंधे होंगे मैनू तो आप सौ सौ कुछ बोली है चल कोई गल नहीं मैं ऐ करदा दोनों मुंडिया ने नहीं करदा गल आहो तुसी देख लो करके गल ਤੁਸੀਂ ਕਿ ਦੇਖਣਾ ਨੇ ਤੂੰ ਦੇਖ ਇੱਕ ਵਾਰ ਤੂੰ ਕਰਨੀ ਤੂੰ ਕਰ ਲਾ ਦੋਨਾਂ ਨੇ ਮੈਂ ਕਰਨੀ ਮੈਂ ਕਰ ਲਓ ਮੁੰਡਿਆਂ ਨੂੰ ਪੁੱਛ ਭਾਈ ਕੀ ਕਹਿਣਾ ਅੱਡ ਕਾਣੇ ਦਾ ਅੱਡ ਹੋ ਜਾਓ ਪਰ ਘਰੇ ਕਲੇਸ਼ ਮਾੜਾ ਹੁੰਦਾ ਰੋ ਰੋ ਤੁਸੀਂ
ਤੁਸੀਂ ਆਉਂਦਾ ਕਰੋ ਇਹ ਆਉਂਦਾ ਕਰਨਗੇ ਹਾਂ ਇਹ ਤਾਂ ਹੈ ਤੁਹਾਡੀ ਗੱਲ ਹੈ ਫਿਰ ਹੋਰ ਜੇ ਕੋਈ ਹੱਲ ਹੀ ਨਹੀਂ ਆਪਣੇ ਕੋਲੇ ਰੋ ਰੋ ਦੇ ਚੱਜੂ ਨਾਲੋਂ ਜੇ ਹੁਣ ਆਪਾਂ ਇਹਨਾਂ ਨੂੰ ਕਹਾਂ ਇਕੱਠੇ ਹੋ ਜੇ ਇਹ ਜੇ ਇਕੱਠੇ ਰਹਿਣ ਹੁੰਦਾ ਤਾਂ ਇਹਨਾਂ ਲੜਾਈ ਪੈਂਦੀ ਨਹੀਂ ਘਰੇ ਇਹ ਤਾਂ ਗੱਲ ਤੁਹਾਡੀ ਠੀਕ ਹੈ ਜੀ ਗੱਲ ਤਾਂ ਕਰਨੀ ਪਊ ਅੱਜ ਬਾਹ ਕੇ ਦੋਨਾਂ ਨਾਲ ਗੱਲ ਕਰ ਲਾ ਚਲ ਫਿਰ ਵੀ ਮੇਰੀ ਜੇ ਮੰਨਦੇ ਤੈਨੂੰ ਸੱਚੀ ਗੱਲ ਦੱਸ ਦੇਣਗੇ ਉਹ ਮੈਂ ਕਰਾਂ ਗੱਲ ਤੂੰ ਗੱਲ ਕਰ ਤੇਰੇ ਕੋਲ ਸਾਰੀ ਗੱਲ ਮੈਂ ਤਾਂ ਕਹਿੰਦੀ ਜੇ ਤੁਸੀਂ ਕਰ ਲੈਂਦੇ ਮੈਂ ਕਹਿੰਦਾ ਅੱਡ ਨੂੰ ਕਹਿੰਦਾ ਮੇਰੇ ਕੋਲ ਤਾਂ ਫਿਰ ਮੁਰੇ ਹੋਗਾ ਨਾ ਤੇਰੇ ਕੋਲ ਸਹੀ ਗੱਲ ਦੱਸ ਦੇਣਗੇ ਤੂੰ ਮੈਨੂੰ ਦੱਸ ਦੇ ਆਪਾਂ ਉਵੇਂ ਕਰਦੇ ਆਂਗੇ ਬਸ ਚਲ ਠੀਕ ਹੈ ਜੀ ਦੋਨਾਂ ਨੂੰ ਬਹਾਰਾ ਇਹ ਦੱਸੋ ਵੀ ਕੀ ਗੱਲ ਆ ਜੇ ਉਹਨਾਂ ਨੇ ਕਹਿੰਦਾ ਸੀ ਅੱਡ ਹੋਣਾ ਕਹਿੰਦੇ ਕੋਈ ਗੱਲ ਨਹੀਂ ਭਾਈ ਪਰ ਕਲੇਸ਼ ਨਾ ਪਾਇਓ ਅੱਡ ਹੋਈ ਆਪਾਂ ਨੂੰ ਕੀ ਆਪਾਂ ਅੱਡ ਕਰ ਦੇਣਗੇ ਚਲੋ ਮੈਂ ਕਰ ਲੈਣੀ ਆ ਫਿਰ ਗੱਲ ਫਿਰ ਐਂ ਗੱਲ ਕਰ ਲਾ ਆਹੀ ਹੱਲ ਆ ਹੋਰ ਕੋਈ ਹੱਲ ਨਹੀਂ ਐਂ ਤਾਂ ਕਿੰਨੇ ਗੱਲਾਂ ਵਧਾਈ ਚਲੋ ਉਹਨੇ ਘਰੇ ਵਧੇ ਜਾਣਗੇ ਆਪਾਂ ਕਲੇਸ਼ ਨਹੀਂ ਪਾਉਣਾ ਚਾਹੁੰਦੇ ਹੋਰ ਇਹਨਾਂ ਦੇ ਤਾਂ ਰੋਜ਼ ਦੇ ਹੀ ਕੰਮ ਹੋ ਗਿਆ ਫਿਰ ਚਾਰ ਪੈਣ ਭਾਈ ਆਪਾਂ ਨੂੰ ਕਹਿਣਗੇ ਅਗਲਾ ਕਹਿੰਦਾ ਜਦੋਂ ਘਰੇ ਕਲੇਸ਼ ਸੀਗੇ ਅੱਡ ਨਹੀਂ ਕਰੇਗੇ ਲੋਕ ਆਪਾਂ ਨੂੰ ਕਹਿਣਗੇ ਇਹ ਤਾਂ ਗੱਲ ਤੁਹਾਡੀ ਠੀਕ ਹੈ ਚਲੋ ਆਹੀ ਹੱਲ ਆ ਚੁੱਪ ਕਰਕੇ ਉਹਨਾਂ ਨੂੰ ਬਾਹਰ ਆ ਦੱਸੋ ਭਾਈ ਕਿਵੇਂ ਕਰਨਾ ਜਿਵੇਂ ਉਹਨਾਂ ਨੇ ਕਿਹਾ ਪਾਉਂਦੇ ਕਰ ਦਾਂਗੇ ਪਰ ਆਪਾਂ ਕਲੇਸ਼ ਨਹੀਂ ਪਾਉਣਾ ਚਾਹੁੰਦੇ ਠੀਕ ਹੈ ਜੀ ਉਹਨਾਂ ਨੂੰ ਪੁੱਛਣੀ ਭਾਈ ਸਾਨੂੰ ਦੋਨਾਂ ਨੂੰ ਤੁਸੀਂ ਰੱਖਣਾ ਨਾ ਰੱਖ ਲਿਓ ਜੇ ਸਾਡੀ ਵੀ ਕੋਈ ਤਕਲੀਫ ਆ ਅਸੀਂ ਤਾਂ ਆਪਦੀਆਂ ਅੱਡ ਲਾ ਕੇ ਖਾਲਾਂਗੇ ਸਿੱਧੀ ਗੱਲ ਨਹੀਂ ਮੇੜਦੀ ਬਸ ਹਾਏ ਕਿਤੇ ਆਪਾਂ ਨੂੰ ਨਾ ਡੋਡੀ ਕਰ ਦੇਣਾ ਆਪਾਂ ਨੂੰ ਕਿਉਂ ਕਰ ਦੇਣਾ ਡੋਡੀ ਆਪਾਂ ਤਾਂ ਇਕੱਠੇ ਰਹਾਂਗੇ ਉਹਨਾਂ ਨੂੰ ਪੁੱਛ ਭਾਈ ਸਾਨੂੰ ਜੇ ਉਹ ਕਰਨ ਕਰ ਲਓ ਨਹੀਂ ਅਸੀਂ ਅਸੀਂ ਅੱਡ ਪਕਾ ਲਾਂਗੇ ਸਾਡੀ ਵੀ ਤਕਲੀਫ ਹੈਗੀ ਹੈ ਕਿਤੇ ਬੱਚਾ ਕਹਿੰਦੀ ਤੂੰ ਮੇਰੇ ਨਾਲ ਆ ਜਾ ਮਾ ਛੋਟਾ ਤੈਨੂੰ ਕਹਦੇ ਓਹੋ ਐਂ ਥੋੜੀ ਹੁੰਦਾ ਹੁੰਦਾ ਹੈ ਪੂਰੀ ਮਰ ਜਿੰਨੀ ਜੱਕੜ ਤੂੰ ਉਹਨਾਂ ਨੂੰ ਐਂ ਪੁੱਛ ਕਹਿੰਦੇ ਭਾਈ ਸਾਨੂੰ ਰੱਖਣਾ ਤੇ ਜਿਹਨੇ ਨਾ ਰੱਖਣਾ ਨਾ ਰੱਖੋ ਜੇ ਕਿਸੇ ਨੇ ਨਾ ਰੱਖਿਆ ਤਾਂ ਨਾ ਰਹਿਪਾਂਗੇ ਜੇ ਕਿਸੇ ਨੇ ਐਂ ਕਹਿੰਦਾ ਭਾਈ ਸਾਨੂੰ ਥੋੜੀ ਤਕਲੀਫ ਆ ਆਪਾਂ ਆਦੇ ਅੱਡ ਪਕਾਵਾਂਗੇ ਮੇਰੇ ਕੋਲ ਤਾਂ ਗੱਲ ਸਿੱਧੀ ਹੈ ਚਲ ਠੀਕ ਹੈ ਫਿਰ ਮੈਂ ਦੇਖਦੀ ਆ ਗੱਲ ਕਰਕੇ ਹੈ ਆਹ ਕਰ ਲਾ ਗੱਲ ਮੈਂ ਉਹ ਮੈਂ ਜਿਹਨੂੰ ਪਾਣੀ ਪਿਆਵਾਂ ਜਿਹੜੀ ਰਹਿੰਦੀ ਆ ਮੈਂ ਤਾਂ ਕਰਨਾ ਹੀ ਪਊਗਾ ਉਹ ਭਾਈ ਆਹ ਛੋਟਾ ਟਾਈਮ ਨਹੀਂ ਹੋਇਆ ਉੱਠਣ ਦਾ ਹਜੇ ਬਾਪੂ ਮੈਂ ਤਾਂ ਕਦੋਂ ਦੀ ਉੱਠੀ ਹੋਈ ਆ ਇਹਨੂੰ ਉਠਾਈ ਜਾਂਦੀ ਉੱਠਦੇ ਹੀ ਨਹੀਂ ਘੰਟਾ ਹੋ ਗਿਆ ਠੰਡ ਆ ਛੋਟੇ ਕੋਲ ਇਹ ਪਿਆ ਮਹਾਰਾਣੀ ਬਣਾ ਕੇ ਦੂਸਰਾ ਨੇ ਇਹਨੂੰ ਦੇਖੀ ਜਾਂਦੀ ਆ ਉਹ ਖੜਾ ਹੋ ਤੇ ਟਾਈਮ ਨਹੀਂ ਹੋਇਆ ਉੱਠਣ ਦਾ ਕੀ ਹੋ ਗਿਆ ਯਾਰ ਬਾਪੂ ਯਾਰ ਉਹ ਖੜੇ ਖੜੇ ਮਾੜਾ ਮੋਟਾ ਕੰਮ ਕਰ ਲਿਆ ਕਰ ਨਾਲ ਲੈ ਕੇ ਇਹਨੂੰ ਤੂੰ ਪਿਆ ਰਹਿਣਾ 24 ਘੰਟੇ ਇੱਕ ਨਹੀਂ ਤਾਂ ਉਠਾ ਦੇ ਕਰ ਤੂੰ ਨਹੀਂ ਉੱਠਣਾ ਬਾਪੂ ਜਦੋਂ ਮੈਂ ਹੀ ਨਹੀਂ ਉੱਠਿਆ ਇਹਨੂੰ ਮੈਂ ਕਿੱਥੋਂ ਉਠਾਦਾ ਯਾਰ ਮੈਂ ਤਾਂ ਆਪ ਸੁੱਤਾ ਪਿਆ ਹੀ ਅਜੇ ਉਹ ਸ਼ਾਬਾਸ਼ ਹੈ ਛੋਟੇ ਹੋਰ ਪੈ ਜਾਓ ਹਜੇ ਹਜੇ ਕਿਹੜਾ ਬਾਹਰ ਟਾਈਮ ਹੋਇਆ 11 ਵਜੇ ਆ ਗਏ 11 ਵਜ ਗਏ ਯਾਰ ਆਹੋ ਕੀ ਰੋੜਾ ਦੇਖਣ ਦੀ 11 ਵਜ ਗਏ ਆ ਤੁਸੀਂ ਭਾਈ ਮਾੜਾ ਮੋਟਾ ਤੁਹਾਨੂੰ ਪਤਾ ਤਾਂ ਹੁੰਦਾ ਹੀ ਆ ਤੜਕੇ ਚਾਹ ਕਰਨੀ ਆ ਜੀ ਬਾਪੂ ਚਾਹ ਤਾਂ 5 ਵਜੇ ਕਰਕੇ ਰੱਖਤੀ ਸੀ ਮੈਂ ਉਹ ਪਤਾ ਹੀ ਹੈ ਭਾਈ ਮੈਨੂੰ ਕਿਹਨੇ ਕਰੀ ਸੀ ਚਾਹ 5 ਵਜੇ ਕਰਕੇ ਰੱਖਤੀ ਸੀ ਨਾ ਜਾਣਦਾ ਤੁਹਾਨੂੰ 5 ਵਜੇ ਕਰਨਾ ਮੈਂ ਤਾਂ ਸੁੱਤਾ ਪਿਆ ਤੂੰ ਤਾਂ ਉੱਠ ਖੜਿਆ ਕਰ ਮੈਂ ਚਾਹ ਮੈਂ ਹੀ ਬਣਾ ਕੇ ਆਈ ਆ ਆਹੋ ਮੈਨੂੰ ਪਤਾ ਹੀ ਹੈ ਭਾਈ ਜਿਹਨੇ ਬਣਾਈ ਤੇਰੀ ਮਾਂ ਬਣਾਈ ਜਾਂਦੀ ਚਾਹ ਮੈਂ ਦੇ ਕੇ ਦੱਸਿਆ ਵੀ ਉਹਨੇ ਮੈਨੂੰ ਕਹਿੰਦੇ ਹਜੇ ਤੱਕ ਉੱਠਣਾ ਨਹੀਂ ਮਹਾਰਾਣੀਆਂ ਉਹ ਦੂਜੀ ਤਾਂ ਕਰੀ 6:30 ਵਜੇ ਬਾਪੂ ਬੇਬੇ ਨੇ ਤੈਨੂੰ ਵੀ ਸਿਖਾਈ ਜਾਂਦੀ ਆ ਤੂੰ ਹੀ ਸਾਰੇ ਘਰ 'ਚ ਫਰਕ ਪਵਾਇਆ ਪਿਆ ਕਿ ਬੇਬੇ ਕਾ ਪਾਉਂਦੀ ਭਾਈ ਉਸਦੇ ਤਾਂ ਤੁਸੀਂ ਨਹੀਂ ਆ ਟਾਈਮ ਦੇਖ ਲਓ ਹੁਣ ਕੀ ਹੋਇਆ ਤੇ 11 ਵਜੇ ਪਏ ਆ ਹੁਣ ਬੇਬੇ ਦੀ ਗਲਤੀ ਤੇ ਛੋਟੀ ਗਲਤੀ ਆ ਭਾਈ ਘਰੇ ਤਾਂ ਫਿਰ ਕੇ ਹੀ ਜਾਂਦਾ ਭਾਈ ਉੱਠ ਖੜੋ ਟਾਈਮ ਨਾਲ ਹੁਣ ਦੱਸੋ ਜੇ ਤੂੰ 11 ਵਜੇ ਤੱਕ ਪਏ ਰਹੇਗੀ ਦੂਜੀ ਪਹਿਲਾਂ ਉੱਠ ਖੜਦੀ ਆ ਉਹ ਕੀ ਕਹੂਗੀ ਵੀ ਭਾਈ ਮੈਂ ਵੀ ਇਸ ਘਰ ਦੀ ਨੂੰ ਆਗੀ ਤੇ ਫਿਰ ਮੈਂ ਕਿਸ ਦੇ ਉੱਠਾ ਉਹ ਵੀ 11 ਵਜੇ ਉੱਠੂਗੀ ਫਿਰ ਕੰਮ ਕਿਹੜੇ ਲੋਟ ਹੋਣਗੇ ਮੈਨੂੰ ਐਂ ਤਾਂ ਦੱਸ ਦਿਓ ਤੁਸੀਂ ਉਹ ਜਾ ਇਹ ਖੜਕੱਚੂ ਜਾ ਨਾ ਗੱਲ ਸੁਣੇ ਨਾ ਬਾਤਾਂ ਸੁਣੇ ਕਿ ਦੀ ਦੰਦ ਕੱਢਣ ਜਾਣਦਾ ਕੱਲੇ ਮੈਂ ਤੈਨੂੰ ਕਿਤੇ ਮਾਰ ਦੂੰ ਓਏ ਦੱਸਾਂ ਗੱਲ ਤੈਨੂੰ ਮੈਂ ਬਾਪੂ ਮੈਂ ਯਾਰ ਕਰੀ ਜਾਣਾ ਕੋਈ ਨਾ ਹੱਲ ਮੈਂ ਕੱਲ ਤੋਂ ਕੰਮ ਤੇ ਵਗ ਜਾ ਕਰੂੰਗਾ ਤੂੰ ਆ ਜਾ ਜਾਂਦਾ ਦਾ ਕੋਈ ਕੰਮ ਪਾੜ ਲੈ ਤੇ ਜੇ ਨਹੀਂ ਇਸ ਕੋਨਾ ਮੇਰੇ ਮੈਨੂੰ ਭਾਵੇਂ 12 ਵਜੇ ਤੱਕ ਰਹਿਓ ਭਾਵੇਂ ਤੂੰ ਆ ਅੱਡ ਹੋ ਜਾ ਮੈਂ ਉਹਨਾਂ ਨੂੰ ਅੱਡ ਕਰ ਦਿੰਦਾ ਮੇਰੇ ਕੋਲ ਤਾਂ ਗੱਲ ਸਿੱਧੀ ਯਾਰ ਅੱਡ ਹੋਣ ਵਾਲੀ ਕਿਹੜੀ ਗੱਲ ਆ ਰਹੀ ਯਾਰ ਇਹ ਤਾਂ ਹੋਊਗਾ ਕੰਮ ਫਿਰ ਤੇ ਚੁੱਪ ਕਰਕੇ ਤੇ ਕੰਮ ਤੇ ਲੱਗ ਜਾ ਕੰਮ ਤੇ ਹੁਣ ਪੋਸਟਾਂ ਭਰੀ ਜਾਣਾ ਯਾਰ ਕੋਈ ਦੇਖ ਕੇ ਰਾਜੀ ਨਹੀਂ ਮੈਂ ਤੈਨੂੰ ਕਹਿਣਾ ਤੂੰ ਤਾਂ ਚਲ ਕੰਮ ਉਹ ਤਾਂ ਕਰ ਸਕਦੀ ਤੂੰ ਤਾਂ ਕੰਮ ਨਹੀਂ ਕਰਾਉਂਦਾ ਬਈ ਕਰ ਲਿਆ ਕਰ ਨਾ ਤੂੰ ਤਾਂ ਤੂੰ ਮੇਰੇ ਨਾਲ ਕੋ ਆਦਮੀ ਆ ਡੱਕਾ ਨਹੀਂ ਤੋੜ ਦਿਓ ਚਲ ਬਾਪੂ ਸਾਰਾ ਬਰੋਬਰੀ ਹੋ ਕੇ ਪੈ ਜਾਂਦੀ ਮੈਨੂੰ ਪਤਾ ਹੀ ਆ ਜੇ ਤੂੰ ਕੰਮ ਕਰਦੀ ਹੋਵੇ ਮੈਂ ਕੋਈ ਕੰਮ ਲਾ ਨਹੀਂਗਾ ਸਿਆਣਾ ਮੈਣਾਗਾ ਕਿਉਂ ਕਹੂੰਗਾ ਮੈਂ ਪਤਾ ਹੀ ਆ ਬਾਪੂ ਤੂੰ ਵੀ ਉਹਨਾਂ ਦੀ ਡੱਕਾ ਦੇਖਦਾ ਵੱਡਿਆਂ ਦੇ ਨਾਲੇ ਚਾਹ ਲਿਆ ਦੇ ਮੈਨੂੰ ਤੂੰ ਮੈਂ ਤਾਂ ਭਾਈ ਕੋ ਸੁੱਥੋ ਕੋ ਬਣਾਉਣਾਗਾ ਡੱਕਾ ਦੇ ਕਰਨ ਨੂੰ ਭਾਈ ਇਹ ਕੀ ਗੱਲ ਹੋਈ ਮੈਨੂੰ ਤਾਂ ਇਹ ਵੀ ਉਹ ਜਾ ਉਹ ਵੀ ਉਹ ਜਾ ਚੱਲ ਕੋਈ ਨਾ ਬਾਪੂ ਯਾਰ ਬਾਪੂ ਨੂੰ ਮੈਂ ਤੈਨੂੰ ਸਹੀ ਗੱਲ ਦੱਸਦਾ ਵਾ ਇਹ ਆਹੀ ਹੱਲ ਆ ਮੇਰੇ ਕੋਲ ਉਹ ਕੋਈ ਹੱਲ ਨਹੀਂ ਜੇ ਤੈਨੂੰ ਸੰਭਾਲ ਲਈ ਤਾਂ ਕੰਮ ਕਰ ਸਕਦੀ ਆ ਜੋ ਤੈਨੂੰ ਮਿਲੂਗਾ ਦੇਖੀ ਜਾਊਗਾ ਜੇ ਤੁਹਾਨੂੰ ਇਹ ਵੀ ਭਾਈ ਮੈਂ ਬੁਰਾ ਬੋਲਦਾ ਲੱਗਦਾ ਮੇਰੇ ਕੋਲ ਤਾਂ ਇੱਕੋ ਹੀ ਹਿੱਲਾ ਤੂੰ ਆ ਤੁਸੀਂ ਆਦਾ ਅੱਡ ਹੋ ਜਾਓ ਉਹ ਆਦਾ ਅੱਡ ਹੋ ਜਾਣਗੇ ਸਾਨੂੰ ਕਿਸੇ ਨੇ ਰੱਖਣਾ ਨਾ ਰੱਖ ਲਿਓ ਨਹੀਂ ਅਸੀਂ ਆਦ ਨੂੰ ਦੋ ਲਾ ਕੇ ਖਾਵਾਂਗੇ ਮੇਰੇ ਮੈਂ ਨਾ ਤੈਨੂੰ ਮਾੜਾ ਕਹਾ ਨਾ ਹੋਊਗਾ ਹੈਗਾ ਬਾਪੂ ਯਾਰ ਮੈਂ ਇੱਥੋਂ ਖੇਤ ਕੂਦ ਦਾ ਨਹੀਂ ਹੁੰਦਾ ਮੈਂ ਆਪਦਾ ਪੋਸਟਾਂ ਪੋਸਟਾਂ ਭਰੀ ਜਾਂਦਾ ਜਿੱਦੇ ਮੇਰਾ ਕੁਝ ਬਣ ਗਿਆ ਮੈਂ ਉਹਦੇ ਲੱਗ ਜਾ ਬਈ ਤੇਥੋਂ ਕਿਸੇ ਦਾ ਨਹੀਂ ਹੁੰਦਾ ਇਹ ਤੋਂ ਘਰ ਦਾ ਤਾਂ ਹੁੰਦਾ
ਬਾਈ ਜਦੋਂ ਆਰਡਰ ਹੋ ਗਿਆ ਨਾ ਨੂਨ ਦੀ ਥੈਲੀ ਦਾ ਕੀ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜੂ ਲਾ ਸਿੱਖਾਂ ਦੀ ਡੱਬੀ ਤੋਂ ਕਿੰਨੇ ਕਿੰਨੇ ਦੀ ਆਉਂਦੀ ਆ ਆਹੋ ਸਿੱਖਾਂ ਦੀ ਡੱਬੀ ਦਾ ਪਤਾ ਰੁਪਈਏ ਦੀ ਆਉਂਦੀ ਆ ਬਸ ਉਹਦਾ ਹੀ ਪਤਾ ਲੱਗ ਜੂ ਕਿਹਦੀ ਆਉਂਦੀ ਆ 12 ਦੀ ਆਉਂਦੀ ਆ ਕਿ 15 ਦੀ ਆਉਂਦੀ ਆ ਕੋਈ ਨਹੀਂ ਤੂੰ ਚੱਲ ਉਧਰ ਮਾਰੇ ਕੰਮ ਕਰ ਕਰੀ ਮੇਰੇ ਨਾਲ ਗੱਲ ਕਰਕੇ ਜਾ ਜੇ ਹੁਣ ਕੰਮ ਕਰੀਂਗਾ ਤਾਂ ਸਿੱਧੀ ਗੱਲ ਆ ਨਹੀਂ ਮੈਂ ਆਰਡਰ ਕਰੂੰਗਾ ਮੈਂ ਦੱਸਤੀ ਕਰ ਬਾਤ ਕਰੂੰਗਾ ਐਂ ਭੱਜ ਕੇ ਨਹੀਂ ਸਰਦਾ ਚਾਹ ਤਾਂ ਪੀ ਲੈਂਦੇ ਘੁੱਟ ਫਿਰ ਬਹਿ ਕੇ ਗੱਲ ਕਰੋ ਉਹ ਚਾਹ ਤਾਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਤੜਕ ਟਾਈਮ ਨਾਲ ਬਣਾਇਆ ਕਰੋ ਨਾਲੇ ਸਾਨੂੰ ਦਿਆ ਕਰੋ ਮੈਂ ਤੁਹਾਨੂੰ ਹੋਰ ਕੀ ਬਿਲਕੀ ਜਾਂਦਾ 11 ਵਜੇ ਟਾਈਮ ਆ ਕੋਈ ਇਹਨਾਂ ਨੂੰ ਮਾਰ ਐਸੇ ਜੇ ਕੱਲ ਨੂੰ ਡਿਊਟੀ ਤੇ ਲੱਗ ਗਿਆ ਤਾਂ ਡਿਊਟੀ ਤੇ ਲੱਲੇ ਲਾ ਦੇ 11 ਵਜੇ ਆਇਆ ਕਰੇਗਾ ਉੱਥੇ 9 ਵਜੇ ਪਹੁੰਚਣਾ ਪੈਂਦਾਗਾ ਉਦੋਂ ਫਿਰ ਬੰਦਾ ਉਹ ਜਿਹਾ ਹੋ ਜਾਂਦਾਗਾ ਉਦੋਂ ਉੱਠ ਖੜਿਆ ਕਰੋ ਹੁਣ ਹੀ ਹੋ ਜਾਂਦਾ ਹੁਣ ਫਿਰ ਘਰੇ ਹੁਣ ਵਿਹਲੇ ਆ ਤੂੰ ਪਤਾ ਕੰਮ ਦਾ ਹੈ ਉਹੀ ਮਾਤਾ ਬਸ 24 ਘੰਟੇ ਹੱਸ ਕੇ ਗੱਲ ਕਰਨੀ ਜਵਾਕਾਂ ਦੀ ਮਸ਼ਹੂਰ ਮਾਤਾ ਦੱਸ ਹੁਣ ਮੈਂ ਕਿੱਧਰ ਮਾਰਾਂ ਜਾ ਕੇ ਦੱਸ ਉਹ ਮੈਨੂੰ ਕਹਿੰਦੇ ਤੂੰ ਇਹਨਾਂ ਨੂੰ ਕਹਿੰਦਾ ਨਹੀਂਗਾ ਦੱਸ ਅਸੀਂ ਤਾਂ ਕਿਤੇ ਇਹ ਕੁਝ ਦੇਖਿਆ ਨਹੀਂਗਾ ਵੀ 11 ਵਜੇ ਤੱਕ ਕੇ ਇਹਨੂੰ ਆਏ ਨਾਲ ਲੈ ਕੇ ਬਾਈ ਸ਼ਰਮ ਸੰਗ ਇਹਨਾਂ ਜਮੀ ਲਾ ਕੇ ਮਾਰੀ ਇਹਨਾਂ ਨੇ ਅਸੀਂ ਕਿਹੜਾ ਵਿਆਹ ਨਹੀਂ ਕਰਾਈ ਜਾ ਅਸੀਂ ਕੋਲ ਕੁਝ ਦੇਖਿਆ ਨਹੀਂ ਸੀਗਾ ਉਹ ਟਾਈਮ ਹੁੰਦਾ ਰੰਗ ਉਹ ਢੰਗ ਹੁੰਦਾ ਤੜਕੇ ਨੂੰ ਜਾ ਕੇ ਕਹਦੇ ਭਾਈ ਬਾਹਰ ਆਸੇ ਪਾਸੇ ਬਜਾ ਜਾ ਕੇ ਨਾਲ ਬਰੋਬਰ ਪਾਈ ਰੱਖਣਗੇ ਬਰੋਬਰ ਦੇ ਹੋਏ ਭਾਈ ਸ਼ਰਮ ਸੰਗ ਹੈ ਨਹੀਂ ਇਹਨਾਂ ਨੂੰ ਹਜੇ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂਗਾ ਜੇ ਮੈਂ ਉੱਠੂੰਗਾ ਉਹਨੂੰ ਫੇਰ ਹੀ ਠਾਉਂਗਾ ਵੀ ਹੁਜ ਤਾਂ ਬੰਦਾ ਲਾ ਹੀ ਸਕਦਾਗਾ ਲਾਰਮ ਲਾ ਲਓ ਨਹੀਂ ਜਾਗ ਆਉਂਦੀ ਕੀ ਯਾਰ ਇਹਨਾਂ ਤਾਂ ਲੈ ਇਹਨਾਂ ਨੇ ਤਾਂ ਹਾਏ ਹਾਏ ਹੋ ਹੋ ਕਹੀ ਜੀ ਦਮ ਕਿੰਨਾ ਚਿਰ ਆਪ ਨਾ ਜਾਏ ਨਾ ਲੈ ਉਵੇਂ ਹੀ ਖੜੀ ਹੈ ਰੇੜੀ ਮੱਖੇ ਸਾਡਿਆਂ ਦਾ ਕੀ ਕੰਮ ਕਰਨ ਦੀ ਲੋੜ ਹੈ ਨਾ ਵੀ ਵੱਡਾ ਹੈਗਾ ਨਾ ਉਹੀ ਕਰੇਗੀ ਉਹ ਕੱਲ੍ਹ ਕੰਧਾ ਕਲੇਸ਼ ਉਹ ਗੱਲ ਸੁਣ ਤੇ ਉਹਨੂੰ ਰੇੜੀ ਕਹਿੰਦੇ ਗੋਆ ਛੱਟੇ ਹੁੰਦੇ ਤੇ ਖੇਤ ਲਾਏ ਹੁੰਦੇ ਕਹਿੰਦੇ ਕਰ ਮਾੜਾ ਮੋਟਾ ਐ ਕਰ ਯਾਰ ਪਾਣੀ ਲਿਆ ਉਹ ਮੈਂ ਤੈਨੂੰ ਬੁਲਾਈ ਜਾਂਦਾ ਕੀ ਗੱਲ ਹੋ ਗਈ ਕੁਛ ਨਹੀਂ ਤੂੰ ਮੈਨੂੰ ਬੁਲਾਈ ਜਾਂਦਾ ਮੈਂ ਤੈਨੂੰ ਸੁਣੀ ਜਾ ਰਹੀ ਹਾਂ ਤੇ ਉਹ ਜਵਾਬ ਵੀ ਦੇ ਦੇਣਾ ਦੇ ਦੂੰ ਇੱਕ ਤੂੰ ਦਿਮਾਗ ਖਰਾਬ ਕਰ ਦੇਣਾ ਪਹਿਲਾਂ ਤੇਰੇ ਪਰਿਵਾਰ ਨੇ ਖਰਾਬ ਕਰ ਰੱਖਿਆ ਦਿਮਾਗ ਕੀ ਖਰਾਬ ਕਰਤਾ ਮੈਂ ਨਾ ਤੇਰੀ ਭਰਜਾਈ ਕੰਮ ਕਰਦੀ ਹੈਗੀ ਨਾ ਤੇਰਾ ਭਾਈ ਕੰਮ ਕਰਦਾ ਹੈਗਾ ਤੂੰ ਫਿਰ ਨਹੀਂ ਕਰਦਾ ਤੂੰ ਤਾਂ ਕਰ ਲਿਆ ਕਰ ਬਾਪੂ ਹੈਗੇ ਬੇਬੇ ਸਾਰੇ ਕੰਮ ਕਰਨ ਨੂੰ ਹੈਗੇ ਮੈਂ ਕਿੰਨਾ ਕੁ ਚਿਰ ਕਰੀ ਚੱਲੂੰਗੀ ਲੈ ਕਿੰਨਾ ਚਿਰ ਕਰੀ ਕਿੰਨਾ ਕੁ ਟਾਈਮ ਕਰੂੰਗੀ ਮੈਂ ਗੋਲੀ ਲੱਗੀ ਹੋਈ ਆ ਮੈਂ ਸਾਰਾ ਦਿਨ ਕੰਮ ਕਰਨ ਤੇ ਉਹ ਫੇਰ ਕੇ ਦੋ ਜਣੇ ਨੇ ਵੱਧ ਰੋਟੀਆਂ ਲਾ ਦਿੰਦੀ ਆ ਚੁੱਲਾ ਤਾਂ ਸਾਂਭ ਸਕਦੇ ਆ ਜੇ ਡੰਗਰਾਂ ਦਾ ਨਹੀਂ ਕਰਨਾ ਤਾਂ ਹਾਂ ਉਹ ਤਾਂ ਗੱਲ ਸਹੀ ਹੈ ਤੇਰੀ ਇਹ ਚੁੱਲੇ ਦਾ ਕਰ ਸਕਦੀ ਆ ਉਹ ਚੱਲ ਕੋਈ ਗੱਲ ਨਹੀਂ ਕਰ ਲਾਂਗੇ ਜਰਾ ਹੌਲੀ ਹੌਲੀ ਪਹਿਲਾਂ ਸਵੇਰੇ ਉੱਠਦੀ ਆ 4 ਵਜੇ ਪਹਿਲਾਂ ਡੰਗਰਾਂ ਕੰਨੀ ਆਣੀ ਆਂਗੀ ਫਿਰ ਚੁੱਲੇ ਕੰਨੀ ਆਉਣੀ ਆ ਹਜੇ ਮਹਾਰਾਣਾ ਨੂੰ ਚਾਹ ਚਾਹੀਦੀ ਆ ਮਜੋਲਿਆਂ ਤੇ ਬੇਬੇ ਤਾਂ ਚੱਕ ਕੇ ਪੀ ਸਕਦੀ ਆ ਹੱਟੀ ਕੱਟੀ ਪਈ ਹੈਗੀ ਉਹ ਵੀ ਮੈਂ ਜਦੇ ਭਾਲਦੀ ਹੈਗੀ ਉਹ ਫੇਰ ਕਿੰਨਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ ਪੁੰਨ ਮਿਲਦਾ ਮੈਨੂੰ ਤਾਂ ਕੋਈ ਲੋੜ ਨਹੀਂ ਪੁੰਨ ਪਾਣ ਦੀ ਸਾਈਡ ਤਾਂ ਸੋਟੀ ਦੀ ਲੈਂਦੀ ਆ ਫਿਰ ਉਧਰੋਂ ਪੀ ਲੈਣਾ ਫੜ ਕੇ ਬਾਟੀ ਚਾਹ ਦੀ ਕਬੀਲਦਾਰੀ ਰਾਣੀ ਹਾਰ ਕਰਾ ਕੇ ਪਾਤਾ ਮੈਨੂੰ ਤੂੰ ਹੋਰ ਰਾਣੀ ਹਾਰ ਕਰਾ ਕੇ ਦਿੱਤਾ ਤੈਨੂੰ ਪਿਛਲੇ ਸਾਲ ਆਹੋ ਦਿੱਤਾ ਜਿਹੜਾ ਦਿੱਤਾ ਸੀ ਉਹ ਵੀ ਉਹਨੂੰ ਪਾਤਾ ਸੋਟੀ ਨੂੰ ਲੈ ਕੇ ਉਹ ਫੇਰ ਕਿਉਂ ਗਿਆ ਉਹ ਆਪਾਂ ਕੋਲ ਹੀ ਆ ਜੂ ਹੁਣ ਘਰੇ ਆਪਾਂ ਕਿਹੜਾ ਪਾਉਣਾ ਆਈ ਖੜਾ ਹੈਗਾ ਮੈਂ ਤਾਂ ਇੱਕ ਗੱਲ ਕਹਿੰਨੀ ਆ ਮੈਂ ਤਾਂ ਜੇ ਰਹਿਣਾ ਅੱਡ ਹੋ ਜਾ ਨਹੀਂ ਮੈਂ ਤਾਂ ਫਿਰ ਪੇਕੇ ਜਾਊਂਗੀ ਮੈਂ ਨਹੀਂ ਰਹਿੰਦੀ ਇਕੱਠ 'ਚ ਲੈ ਇਹ ਕੀ ਗੱਲ ਬਣੀ ਨਹੀਂ ਅੱਡ ਹੋ ਜਾਣੀ ਮੈਂ ਪੇਕੇ ਜਾਂਦੀ ਆ ਛੋਟਾ ਕਹਿੰਦਾ ਇਹੀ ਕੰਮ ਹੋ ਗਿਆ ਇਹੀ ਕੰਮ ਨਹੀਂ ਹੈਗਾ ਤੂੰ ਤਾਂ ਉਹਨੂੰ ਤਾਂ ਕਹਿੰਦਾ ਨੇ ਜਮਾ ਵੀ ਆਲੇ ਭਾਈ ਨੂੰ ਵੀ ਭਾਈ ਨੂੰ ਮਾੜਾ ਮੋਟਾ ਕਿਹਾ ਕਰ ਕੰਮ ਕਰੂਗੀ ਉਹ ਮੈਂ ਤਾਂ ਆਰ ਕੇ ਕਹਿਣਾ ਮੈਂ ਕਿਉਂ ਮੜਾ ਉਹ ਲੜ ਲੁੜ ਪਿਆ ਬਾਅਦ ਚ ਉਹਦੇ ਘਰ ਵਾਲੀ ਭੱਜ ਜਾਣੀ ਮੁੜ ਕੇ ਘਰ ਵਸਣਾ ਨਹੀਂ ਮੁੜ ਕੇ ਉਹਦਾ ਰਿਸ਼ਤਾ ਵੀ ਨਹੀਂ ਹੋਣਾ ਮੈਂ ਤਾਂ ਵੀ ਮੈਂ ਕੋਈ ਠੇਕਾ ਨਹੀਂ ਲਿਆ ਹੈਗਾ ਕਿਸੇ ਦਾ ਵੀ ਸਾਰੇ ਟੱਬਰ ਨੂੰ ਮੈਂ ਪਕਾ ਕੇ ਖਵਾਵਾਂ ਮੈਂ ਲੋਹੇ ਦੀ ਬਣੀ ਹੋਈ ਹਾਂ 24 ਘੰਟੇ ਕੰਮ ਕਰਨ ਤੇ ਉਹ ਤੇਰੀ ਗੱਲ ਠੀਕ ਹੈ ਬੰਦਾ ਵੀ ਹੱਥ ਸਪਟਾਵੇ ਨਾਲ ਉਹ ਤਾਂ ਮਹਾਰਾਣੀ ਨਾ ਧੋ ਕੇ ਬੈਠੀ ਰਹਿੰਦੀ ਮੈਂ ਜੋਲੇ ਤੇ ਚੜੀ ਵੀ ਉਹਨੂੰ ਤੇ ਲਾਲੇ ਕੰਮ ਚਲ ਆਪ ਨਹੀਂ ਕਰਨਾ ਚਲ ਕੋਈ ਨਾ ਬਾਪੂ ਨੂੰ ਕਹਿਣਾ ਯਾਰ ਬਈ ਅੱਡ ਹੀ ਕਰ ਸਾਡਾ ਕੰਚੀਰ ਨਹੀਂ ਮੇਰਾ ਘਰ ਵੀ ਉੱਜੜਦਾ ਮੈਂ ਤਾਂ ਐ ਕਹਿਣਾ ਮੈਂ ਤਾਂ ਪੇਕੇ ਜਾਊਂਗੀ ਬਾਪੂ ਨੂੰ ਕੱਢ ਕਰਨਾ ਕਰ ਦੇ ਮੈਂ ਤਾਂ ਰਹਿਣਾ ਨਹੀਂ ਦੱਸ ਤਾ ਤੈਨੂੰ ਬਾ ਠੀਕ ਹੈ ਚਲ ਆਇਆ ਫਿਰ ਚਾਹ ਪੀ ਹੁਣ ਆਇਆ ਇਹਨਾਂ ਚਾਹ ਦੇ ਘੁੱਟ ਤੂੰ ਕੀ ਕਰਦਾ ਫਿਰਦਾ ਉਹ ਰੀਤਾ ਉਹ ਚਾਹ ਲਿਆ ਬੁੱਤ ਘੁੱਟ ਪੀ ਗਏ ਘੁੱਟ ਉਹ ਗੱਲ ਸੁਣ ਲੈ ਬਾਪੂ ਮੇਰੇ ਉਹ ਘਰ ਦਾ ਕੰਮ ਤੇ ਮਾੜਾ ਮੋਟਾ ਕਰਵਾ ਲਿਆ ਕਰ ਉਹ ਰੇੜੀ ਉਵੇਂ ਖੜੀ ਗੋਏ ਵਾਲੀ ਉਹ ਤਾਂ ਮੈਨੂੰ ਵੀ ਦਿਸੀ ਜਾਂਦੀ ਆ
ਮੈਨੂੰ ਕਿਹੜਾ ਦਿੰਦੀ ਨਹੀਂ, ਮੈਂ ਤਾਂ ਕਹਿ ਕੇ ਹੰਪ ਗਿਆ, ਉਹਨੂੰ ਕਹਿ ਦਿੰਦਾ ਗਾ, ਉਹਨੂੰ ਕਿਹੜਾ ਮੈਂ ਕਹਿੰਦਾ ਨਹੀਂ, ਉਹ ਕਹਿੰਦਾ ਤਾਂ ਮੈਂ 11 ਵਜੇ ਤੱਕ ਤਾਂ ਉੱਠਦਾ ਆ, ਕੰਮ ਕਿਹੜੇ ਵੇਲੇ ਹੋਣਗੇ 11 ਵਜੇ ਨਹੀਂ ਕਰ ਚੱਲਣਾ ਕੰਮ, ਸਿੱਧੀ ਗੱਲ ਆ, ਉਹ ਮੇਰੇ ਘਰ ਵਾਲੇ ਤਾਂ ਆਪ ਕਹਿੰਦੇ ਮੈਂ ਆਪ ਪੇਕੇ ਜਾਂਦੀ ਨਹੀਂ, ਅੱਡ ਹੋ ਜਾ ਸਿੱਧੀ ਗੱਲ, ਮੈਂ ਤਾਂ ਆਪਾਂ ਹੀ ਸੋਚਿਆ ਸੀਗਾ, ਮੈਂ ਵੀ ਆਈ ਰਾਤ ਸਕੀਮ ਬਣਾਈ ਆ, ਉਹਨੂੰ ਪੇਕੇ ਭੇਜ ਦੇ ਮਹੀਨਾ, ਤੂੰ ਐਂ ਕਰ ਮਹੀਨਾ ਰਿਸ਼ਤੇਦਾਰੀ 'ਚ ਲਾਇਆ, ਠੀਕ ਹੈ, ਇਹਨਾਂ ਨੂੰ ਵੀ ਦੋਨਾਂ ਨੂੰ ਮੈਂ ਕਿਸੇ ਪਾਸੇ ਭੇਜ ਦੇਣਾ, ਮਹੀਨਾ ਮਹੀਨਾ ਇਹ ਲਾਇਆ ਹੋਣਗੇ, ਇੱਕ ਪਾਸੇ ਇੱਕ ਜਣਾ ਅੰਮ੍ਰਿਤਸਰ ਭੱਗ ਜੂ, ਇੱਕ ਜਣਾ ਜਲੰਧਰ ਭੱਗ ਜੂ, ਅਸੀਂ ਰਹਿ ਜਾਂਗੇ ਆਪਦਾ ਜਿਹੋ ਜਿਹਾ ਹੋਇਆ ਕਰ ਲਿਆ ਕਰਾਂਗੇ, ਜੇ ਕੋਈ ਐਂ ਹੋਵੇ ਫਿਰ ਘਰ ਛੱਡ ਕੇ ਜਾਈਦਾ ਹੁੰਦਾ, ਅੱਗੇ ਉਹ ਪੇਕੇ ਜਾਂਦੀ ਹੈ, ਔਰ ਬਈ ਅੱਡ ਕਰਦੇ ਸਿੱਧੀ ਗੱਲ, ਮੇਰਾ ਘਰ ਤਾਂ ਆਪ ਉਜੜਦਾ ਨਹੀਂ, ਉਹਦੇ ਸੌਂਦਾ ਸੌਂਦਾ ਮੇਰਾ ਘਰ ਛੋਟਾ ਕਲਾ ਕਲਾ, ਅੱਜ ਛੋਟਾ ਬਣ ਗਿਆ, ਪਹਿਲਾਂ ਮੇਰਾ ਘਰ ਤਾਂ ਘਰ ਹੀ ਨਹੀਂ ਰਿਹਾ, ਜਿਹਦੀ ਸਾਰੀ ਉਮਰ ਲੰਘ ਗਈ, ਘਰ ਤਾਂ ਮੇਰਾ ਹੈਗਾ, ਜਿਹਨੇ ਬਣਾਇਆ ਸੀਗਾ, ਸੋਨੂੰ ਮੈਂ ਜੰਮਿਆ ਪਾਲਿਆ ਸੀਗਾ, ਐਡੇ ਐਡੇ ਕਰਿਆ ਸੀਗਾ, ਵੀ ਮੇਰਾ ਸਹਾਰਾ ਬਣਨਗੇ, ਮੈਂ ਤਾਂ ਉਹੀ ਕੁਛ ਕਰਦਾ ਫਿਰਦਾਗਾ, ਉਹ ਬਾਪੂ ਸਹਾਰਾ ਤਾਂ ਮੈਂ ਬਣੀ ਜਾਂਦਾ, ਹੋਰ ਕੀ ਕੰਮ, ਸਾਰਾ ਦਿਨ ਤਾਂ ਲੱਗਿਆ ਰਹਿੰਦਾ ਭਾਵੇਂ ਜਿਵੇਂ ਤੂੰ ਕਰਦਾ, ਜੋ ਵੀ ਕਰੇ ਕਲੇਸ਼ ਹੀ ਨਾ ਪੈਣਾ, ਪੰਗਾ ਕਲੇਸ਼ ਤਾਂ ਉਹਦਾ ਹੀ ਆ ਹੁਣ, ਚਲੋ ਆਪ ਨਹੀਂ ਕਰਦਾ ਘਰ ਵਾਲੀ ਤੂੰ ਕਰਵਾ ਲਿਆ ਕਰੇ, ਭਾਈ ਬਥੇਰਾ ਕਹਦਾ ਬਥੇਰਾ ਜਲੂਸ ਕੱਢ ਕੇ, ਮੈਂ ਹਰਾ 11 ਵਜੇ ਤੱਕ ਭਾਈ ਉਹਨੂੰ ਨਾਲ ਪਾਈ ਰੱਖਦਾ, ਮੈਂ ਹੱਦ ਕਰਕੇ ਆ ਬਥੇਰੀ ਕੁਛ ਕਰਕੇ, ਹੋਰ ਇਦੋਂ ਵੱਧ ਮੈਂ ਹੁਣ ਕੀ ਕਹਦੇ ਆ, ਸਿੱਧੀ ਗੱਲ ਨਿਬੇੜਿਆ ਰੱਡ ਕਰਦੇ ਸਿੱਧੀ ਗੱਲ, ਮੈਂ ਲਾਸਟ ਫੈਸਲਾ ਮੇਰਾ ਰੱਡ ਕਰਦਾ, ਮੈਂ ਤੁਹਾਨੂੰ ਬੜਾ ਉਹ ਚੁਰੇ ਸੁਣੇ ਆ, ਹੁਣ ਆ ਕੇ ਬਹਿਨਾ ਪਾਣੀ ਪੁੱਛਦਾ, ਉਹ ਮੂੰਹ ਸਜਾ ਕੇ ਬੈਠੀ ਹੁੰਦੀ ਹੈ 24 ਘੰਟੇ, ਚੱਲ ਕੋਈ ਗੱਲ ਨਹੀਂ, ਜੇ ਤੁਸੀਂ ਅੱਡ ਹੋ ਕੇ ਖੁਸ਼ ਆ ਨਾ, ਮੈਂ ਅੱਡ ਹੀ ਕਰ ਦਿੰਦਾ, ਉਹ ਮੈਂ ਖੁਸ਼ ਨਹੀਂ ਸੀ, ਅੱਡ ਮੈਂ ਚੱਲ ਇਕੱਠੇ ਹੋਏ, ਉਹ ਕੰਮ ਤੇ ਕਰਨਾ ਚਾਹੀਦਾ ਬੰਦਾ ਆਪਦੇ ਹਿੱਸੇ ਦਾ, ਮੈਂ ਤਾਂ ਕਹਿੰਦਾ ਮੈਂ ਤਾਂ ਆਪ ਕਹਿੰਦਾ ਕੰਮ ਨਾ ਹੋ ਭਾਈ, ਜੇ ਕੰਮ ਨਹੀਂ ਹੁੰਦੇ ਘਰ ਤਾਂ ਹੀ ਕਲੇਸ਼ ਪੈਂਦੇ ਆ, ਤੋ ਘਰੇ ਹੁਣ ਕਲੇਸ਼ ਰਹਿੰਦਾ ਮੇਰੇ ਤਾਂ ਆਪ ਘਰੇ ਕਲੇਸ਼ ਰਹੂਗਾ, ਫਿਰ ਬਾਅਦ 'ਚ ਮੈਂ ਕੀ ਕਰੂੰਗਾ ਯਾਰ, ਚੱਲ ਕੋਈ ਗੱਲ ਨਹੀਂ, ਮੈਂ ਉਹਨੂੰ ਕਹਿਣਾ ਭਾਈ ਆਪਦਾ ਅੱਡ ਉੱਡ ਹੀ ਭਰ ਦਿੰਦੇ, ਕੋਈ ਆਪਦਾ ਥੋੜਾ ਕਰੇ, ਕੋਈ ਆਪਦਾ ਵਾਲਾ ਕਰੇ, ਮੈਂ ਬੁਲਾ ਲਵਾਂ ਅੱਡ ਕਰਦੇ ਸੱਚੀ, ਮੈਂ ਠੀਕ ਹੈ, ਓ ਭਾਈ ਰੀਤਾ ਉਹ ਬਣੀ ਨਹੀਂ ਚਾਹ, ਇਹ ਬੈਠੀ ਮਾਰੀ ਦੇਖੀ ਜਾਂਦੀ ਹੈ ਭਾਈ, ਸ਼ਰਮ ਸੰਗੀ ਲਾ ਲਈ, ਬਾਪੂ ਬਣਾਈ ਤਾਂ ਜਾਨੀ ਆ, ਰਵੀ ਨਾਲ ਲਿੱਸਾ ਹੋਇਆ ਪਿਆ, ਮੈਂ ਤਾਂ ਵੈਸੇ ਘਿਓ ਵੀ ਕੱਢ ਰਹੀ ਆ, ਕਿਉਂ ਥੱਲੇ ਲੱਗ ਜੂਗਾ ਜਿਵੇਂ ਆ ਗਈ ਚਾਹ ਲੈ ਕੇ, ਕਿੱਥੇ ਆਪ ਕਿੱਥੇ ਆ, ਉਹ ਆ ਸੀ ਇੱਥੇ ਰੀਲ ਬਣਾਈ ਜਾਂਦਾ ਮੇਰੀ, ਰੀਲ ਬਣਾਈ ਜਾਂਦਾ, ਹਾਂਜੀ ਤੇ ਮੈਂ ਬਣਾਉਣਾ ਛੋਟੀਆਂ ਰੀਲਾਂ, ਹਾਏ ਬਾਤ ਆ, ਤੁਸੀਂ ਭਾਈ ਸ਼ਰਮ ਸੰਗ ਲਾਈ ਜਾਂਦਾ, ਬੈਠੇ ਰੀਲਾਂ ਬਣਾਈ ਜਾਂਦੀ ਆ, ਕਿਆ ਦਾ ਤੁਹਾਨੂੰ ਚਾਹ ਨੂੰ ਆ, ਬਾਪੂ ਤੂੰ ਤਾਂ ਮੋਈ ਧੱਕਾ ਕਰ ਜਨਾ, ਤੈਨੂੰ ਐਵੇਂ ਨਹੀਂ ਹੈਗਾ ਵੀ ਜਵਾਬ ਹੈ, ਮਾੜਾ ਮੋਟਾ ਹੱਸ ਖੇਡ ਲੈਂਦੇ ਨੇ, ਆਏ ਹੱਸ ਤੇ ਖੇਡਦੇ ਹੁੰਦੇ, ਆਪ ਇੱਥੇ ਬੈਠੀ ਹੋ ਘਿਓ ਬਣਾ ਬਣਾ ਦੇ ਜਾਂਦੇ, ਮੈਂ ਉੱਥੇ ਚਾਹ ਚਾਹ ਕੇ ਜਾਂਦੇ ਬਿਲਕੀ ਜਾਣਾਗਾ, ਲਿਆਉਣੀ ਹੈ ਬਾਪੂ ਚਾਹ, ਲਿਆਉਣੀ ਹੈ ਬਾਪੂ, ਆ ਦੇਖ ਲੈ ਤੇਰੇ ਸਾਹਮਣੇ ਘਿਓ, ਉਹ ਸੜਿਆ ਹੋ ਕੇ ਤਾਂ ਹੋਵੇ ਭਾਈ, ਉਹ ਹੋਰ ਖਵਾ ਕੇ ਹੁਣ ਤਾਂ ਬੰਦਰਾ ਲਾਉਣਾ, ਕੰਮ ਤਾਂ ਅੱਗੇ ਨਹੀਂ ਕਰਦਾ ਉਹ, ਬੇਨੇ ਨੂੰ ਖਵਾ ਖਵਾਈ ਜਾਂਦੇ ਪੰਜੀਰੀਆਂ ਇੱਥੇ, ਬਾਪੂ ਲਿਆਉਣੀ ਹੈ ਚਾਹ, ਚੰਗਾ ਗੁੱਸੇ ਨਾ ਹੋ, ਲਿਆਉਣੀ ਗੁੱਸੇ ਨਾ ਹੋ, ਹੱਦ ਹੀ ਲਾਤੀ ਇਹਨਾਂ ਨੇ, ਹਜੇ ਕਹਿੰਦੀ ਆ ਲਿੱਸਾ ਹੋ ਜਾਂਦਾ ਪੰਜੀਰੀ ਬਣਾਉਣੀ ਆ, ਹਾਈ ਸਾਰਾ ਕਿਉਂ ਪਾਈ ਬੈਠੀ ਹੈਗੀ, ਹਾਈ ਪਾਤੀ ਨਹੀਂ ਤਾਂ ਸਰ, ਹਾਈ ਦੁੱਧ ਮੈਂ ਰਿੜਕਦੀ ਆ, ਤੂੰ ਨਹੀਂ ਰਿੜਕਦੇਗੀ, ਰਿੜਕੀ ਜਾ, ਜਿਹਨੂੰ ਹੱਥ ਲੱਗਿਆ ਕਿ ਉਹਨੇ ਬਣਾ ਲਿਆ, ਅਗਲੇ ਨੇ ਐਂ ਕਿਵੇਂ ਬਣਾ ਲਿਆ, 4 ਵਜੇ ਉੱਠ ਕੇ ਮਧਾਣੀ ਲਾਉਣੀ ਆ ਮੈਂ, ਭਾਈ ਨਾ ਲੈ ਕਰ ਨਾਲੇ ਮੜਾਈ ਚ ਵੱਧਾ ਤੇਰੀ ਮਖਣੀ ਮੁਖਣੀ ਉੱਥੇ ਪਈ ਹੋਣੀ, ਪਈ ਨਹੀਂ ਹੋਣੀ, ਚੁੱਪ ਕਰਕੇ ਰੱਖ ਦੇ ਉੱਥੇ, ਐ ਨਹੀਂ ਰੱਖੀ ਜਾਂਦੀ, ਐਂ ਕਿਵੇਂ ਰੱਖੀ ਜਾਂਦੀ, ਮੋਰ ਨਾ ਉੱਠ ਕੇ 12 ਵਜੇ ਬੈਗੀ ਪਾ ਕੇ ਕਨੂੰਡੇ ਚ ਕੜਾਈ, ਅੜੀਏ ਜਿਹੜਾ ਅਸੀਂ ਦੁੱਧ ਪੀਨੇ ਆ ਉਹਦੇ ਉੱਤੇ ਮਲਾਈ ਤਾਰ ਕੇ ਉਹਦਾ ਬਣਾਉਣ ਲੱਗੀ ਆ, ਮਰੀ ਇਹਨੇ ਪਕਾਈ ਇੱਥੇ ਜਮੀ ਨਹੀਂ ਜਿਉਣ ਦਿੰਦੀ, ਜਿਉਣ ਕਾਹ ਦਿੰਦੀ, ਤੂੰ ਤਾਂ ਜਮੀ ਹੱਦ ਕਰੀ ਜਾਨੀ ਆਂਗੀ, ਰਵੀ ਆ ਹਰਦੀ ਨਹੀਂ ਦੇਖ ਲਾ, 24 ਘੰਟੇ ਵਿਹਲਾ ਰਹਿੰਦਾ, ਹਜੋ ਚੋ ਕਹਿੰਦੀ ਕਮਜ਼ੋਰੀ ਪੈ ਗਈ, ਪਰ ਤੁਹਾਡੇ ਕੀ ਅੱਗ ਲੱਗ ਗਈ, ਉਹ ਸਾਰਾ ਦਿਨ ਖੇਤ ਚ ਕੰਮ ਕਰਦਾ ਹੈਗਾ, ਕਰੀ ਜਾਵੇ ਤੂਰ ਲਾ ਦਿੰਦੀ ਕਿਉਂ ਉਹਨੂੰ, ਰਾ ਦੀ ਖਵਾ ਕੇ ਤੂੰ ਉਹਨੂੰ ਦਿੰਨੀ ਆ ਵਿਹਲੇ ਨੂੰ, ਬਈ ਇਹ ਤਾਂ ਅਸੀਂ ਜਿਹੜਾ ਦੁੱਧ ਪੀਨੇ ਉਹ ਤੋਂ ਮਲਾਈ ਤਾਰੀ ਹੈ, ਠੀਕ ਆ ਬਾਪੂ, ਬਾਪੂ ਕੁਛ ਨਹੀਂ ਬਾਪੂ, ਕਿਉਂ ਅਸੀਂ ਇਕੱਠਾ ਕਰਿਆ, ਮੈਂ ਮਾਂ ਸਾਰਾ ਦਿਨ ਖੇਤ ਚ ਕੰਮ ਕਰਦਾ, ਚੱਲ ਉਹਨੂੰ ਸਿਰ ਕਿਉਂ ਲਾ ਦਾਂਗੇ, ਸਾਰਾ ਚੱਕ ਕੇ ਇਹਦੇ ਉੱਪਰ ਚ ਪਾ ਦਾਂਗੇ, ਆ ਰੱਬਾ ਬਾਪੂ, ਮੈਂ ਕਿਸੇ ਨੂੰ ਨਹੀਂ ਦਿੰਦਾ, ਮੈਂ ਆ ਖਾਊਂਗਾ, ਖਾਲਾ ਖਾਲਾ ਚੜੇ ਮੁੰਡੇ ਮਾਰੋ ਨਾ, ਨਾਲੇ ਤਾਂ ਰਵੀ ਇਹ ਸਾਰੀ ਮਾਖਣੀ ਖਾਂਦੀ ਆ, ਆਪਣੇ ਦੁੱਧ ਤਾਂ ਮਲਾਈ ਤਾਰੀ ਹੋਈ ਸੀ ਜਿਹੜੇ ਪੀਣ ਵਾਲਾ, ਤਾਂ ਉਹ ਵੀ ਨਹੀਂ ਛੱਡਦੀ ਹੈਗੀ, ਮੈਂ ਨਹੀਂ ਕੁਛ ਨਹੀਂ ਖਾਂਦਾ, ਸੜੀ ਹੋਈ ਬਿੱਲੀ, ਬਾਪੂ ਰੋਜ਼ ਦੀ ਕਿਚ ਕਿਚ ਨੂੰ ਅੱਜ ਖਤਮ ਕਰ ਦੇ, ਨਵੇੜਦੇ ਕੰਮ, ਉਹ ਖਤਮ ਹੀ ਕਰੂੰਗਾ, ਮੈਥੋਂ ਵੀ ਰੋਜ਼ ਸੁਣੀ ਦਿਆਂ, ਰੋਜ਼ ਹੀ ਲੱਗ ਜਾਂਦੇ ਆ, ਉੱਧਰ ਤੜਕੇ ਵੈਸੇ ਰੁਕਣ ਦਾ ਟਾਈਮ ਹੁੰਦਾ ਗਾ, ਇੱਧਰ ਕਲੇਸ਼ ਪੈ ਜਾਂਦਾ ਗਾ, ਇਹਦਾ ਰੱਬ ਦਾ ਨਾਮ ਨਹੀਂ ਲੈ ਕੇ ਦੇ ਦੇਖਿਆ ਕਿਤੇ, ਮਾੜੀ ਜੀ ਗੱਲ ਦਾ ਯਾਰ, ਤੂੰ ਸਭ ਤੰਗੜ ਬਣਾ, ਮਾੜੀ ਜੀ ਗੱਲ ਨਹੀਂ ਬਈ, ਰੋਜ਼ ਰੋਜ਼ ਦੇ ਕੰਮ ਛੋਟੇ, ਬਹੁਤ ਆਸਾਂ ਲਾਂਗੀਆਂ ਸੀਗੀਆਂ ਵੀ ਮੇਰੇ ਦੋ ਪੁੱਤ ਸ਼ੇਰ ਪੁੱਤ ਆ ਗਏ ਤੇ ਕੰਮ ਕਰਨਗੇ, ਸੁੱਖ ਦੀ ਰੋਟੀ ਖਾਵਾਂਗੇ, ਆ ਦੇ ਦਿੱਤੀ ਸੁੱਖ ਦੀ ਰੋਟੀ, ਕੰਮ ਕਰਾਂਗੀ ਹੁਣ, ਪਹਿਲਾਂ ਤਾਂ ਜੂੜ ਪਾਤਾ ਮੇਰੇ, ਨਾ ਮੈਂ ਕਿ ਜੂੜ ਪਾਤਾ, ਉਦੋਂ ਨਾ ਕਰਾਉਂਦਾ ਹੁਣ ਤੈਨੂੰ ਜੂੜ ਲੱਗਦੀ ਆ, ਹੋਰ ਕੀ ਹੁਣ ਬਾਹਰ ਅੰਦਰ ਇਹ ਨਹੀਂ ਜਾਣ ਦਿੰਦੀ ਮੈਨੂੰ ਕਿਤੇ ਯਾਰ, ਜਾਈ ਨਾ ਤੂੰ, ਬਿਆਰ ਕੀ ਕਰਨਾਗਾ ਤੂੰ, ਬਾਹਰ ਹੁਣ ਫੇਰ ਹੀ ਕੰਮ ਧੰਦੇ ਫੇਰ ਹੀ ਪੁੱਛਾਂਗੇ, ਜਾਣ ਦਊਗੀ ਘਰੇ,
ਛੋਟੇ ਕੋਲੇ ਬੈਠਾ ਚਾਚਾ ਸ਼ਰਮ ਛੰਗ ਮੰਨ ਲਿਆ ਕਰੋ। ਸ਼ਰਮ ਨੀ ਛੰਗ ਨੀ ਕਿਸੇ ਨੂੰ, ਰੀਲਾਂ ਬਣਾਉਂਦੇ ਅਸੀਂ ਸ਼ਰਮ ਛੰਗ ਨੀ ਕਿਤੇ ਮੰਨਦੇ। ਇਹਨਾਂ ਨੇ ਸ਼ਰਮ ਕੀ ਮੰਨੇ ਬਾਈ ਯਾਰ, ਸਾਰਾ ਦਿਨ ਫੂਸ ਭਰਦੀ ਰਹਿਣੀ ਆ। ਮੈਂ ਤਾਪੇ ਭਰਦੀ ਫੂਸ। ਚਲੋ ਭਾਈ ਮੈਨੂੰ ਵੀ ਬਾਲੀਆਂ ਗੱਲਾਂ ਨੀ ਆਉਂਦੀਆਂ, ਗੱਲ ਮੈਂ ਵਧਾ ਘਟਾ ਕੇ ਕਰਾਂ। ਕਿਹੜਾ ਰੱਖਣਾ, ਇੱਕ ਜਣਾ ਆਹ ਰੱਖ ਲਓ ਘਰ, ਇੱਕ ਜਣਾ ਪਰ ਰੱਖ ਲਓ ਬਸ। ਅਸਾਂ ਹੀ ਰੱਖਾਂਗੇ ਬਾਪੂ, ਅਸੀਂ ਨਹੀਂ ਪਾਲਾਂ। ਕਿਆ ਤੂੰ ਵਾਲੀ ਜਾਂਦੀ ਆ, ਐ ਕਿਵੇਂ ਰੱਖਾਂਗੇ ਅਸੀਂ ਰੱਖਾਂਗੇ। ਸਾਰਾ ਦਿਨ ਖੇਤਾਂ ਚ ਮਰਦਾ ਹੈਗਾ, ਫੇ ਮਰੀ ਜਾਵੇ। ਤੁਸੀਂ ਦੋਨੇ ਜੀ ਐਸ ਕਰ ਦਿਓਗੇ ਕੀ? ਐਸ ਕਰ ਲਈ ਅਸੀਂ, ਕਿਹੜਾ ਖੋਆ ਕੱਢ ਕੇ ਖਾ ਗਏ ਅਸੀਂ? ਕਿਉਂ ਪਿੱਛੇ ਤੇ ਇੰਨੀ ਲੜਾਈ ਕਰਾਈ ਹੈ? ਜਿਹੜੀ ਕੁੱਟੁੰਦੀ ਉਹ ਚੱਕ ਕੇ ਇਹਨੂੰ ਦੇ ਦਿੰਦੀ ਆ ਵੇਲੇ। ਉਹ ਭਾਈ ਤੁਸੀਂ ਨਾ, ਮੈਂ ਤੁਹਾਨੂੰ ਅੱਟ ਕਰੀ ਜਾਂਦਾ, ਹੁਣ ਜਿਹੜਾ ਕੁਛ ਹੋ ਗਿਆ ਠੀਕ ਆ, ਤੁਸੀਂ ਆਪਦਾ ਖਾ ਲਿਓ ਤੇ ਇਹ ਆਪਦਾ ਖਾ ਲੈਣਗੇ। ਦੇਖ ਬਾਪੂ ਜੀ ਗੱਲ ਸੁਣ, ਘਰ ਤਾਂ ਅਸੀਂ ਇਹ ਰੱਖਾਂਗੇ, ਇਹਨੂੰ ਪਰਲਾ ਦੇ ਦੇ। ਚਲੋ ਭਾਈ ਤੂੰ ਪਰਲਾ ਰੱਖ ਲਾ, ਤੂੰ ਤਾਂ ਪੜ੍ਹਿਆ ਲਿਖਿਆਗਾ, ਨੌਕਰੀ ਤੇ ਲਾ ਕੇ ਬਣਾ ਲੇਗਾ, ਇਹਨੂੰ ਤਾਂ ਚੱਲ ਖੇਤੋਂ ਕੀ ਕਰਨੀ ਆ। ਨਾਲੇ ਸਾਨੂੰ ਲੁੱਟ ਕੇ ਖਾ ਗਏ, ਨਾਲੇ ਘਰ ਫੇਰ ਵੀ ਕੀ ਖਾ ਕੇ ਲੁੱਟ ਕੇ ਤੈਨੂੰ ਟੱਕਾ ਦਾ ਕੰਮ ਤਾਂ ਨਹੀਂ ਕਰਦੇ, ਸਾਨੂੰ ਪਤਾ ਹੀ ਆ ਹੁਣ ਕਿਹਨੇ ਲੁੱਟ ਕੇ ਖਾ ਲਿਆ। ਬਾਪੂ ਬੇਸ਼ੱਕ ਅਸੀਂ ਕੰਮ ਨਹੀਂ ਕਰਦੇ, ਹਿੱਸਾ ਤਾਂ ਹੈਗਾ ਨਾ ਸਾਡਾ ਜ਼ਮੀਨ 'ਚ, ਹਿੱਸਾ ਭਾਈ ਮਿਲੀ ਤਾਂ ਜਾਂਦਾਗਾ। ਅਸੀਂ ਕਿਹੜਾ ਕਦੇ ਕਿਸੇ ਨੂੰ ਪੁੱਛਿਆ ਵੀ ਕੀ ਹੈ ਕੀ ਫਸਲ 'ਚ ਬਚਿਆ ਕੀ ਨਹੀਂ, ਇਹੀ ਜਾਣਨ ਦੋਨੇ ਜੀ। ਉਹ ਫਸਲ ਨੂੰ ਕੀ ਭਾਈ ਗਦੀ ਬਚਦੀ ਅੱਜ ਕੱਲ, ਕੰਮ ਆ ਇੱਕ ਕੰਮ ਹੈ ਪਰ ਪੈਸੇ ਤਾਂ ਇਹੀ ਰੱਖਦਾ ਮੂਰੇ ਵੱਡਾਗਾ, ਵੱਡਾ ਬਣਾਇਆ ਬਦਰਾ। ਸਾਰਾ ਦਿਨ ਖੇਤੀ 'ਚ ਮਰਦਾ, ਅੱਗੇ ਪੈਸੇ ਇਹੀ ਰੱਖਦਾ, ਪੈਸਾ ਕਿਹੜਾ ਕਿਹੜਾ ਇਹਨੇ ਕੰਠਾ ਕਰਾ ਕੇ ਪਾਲਿਆ। ਭਾਈ ਚੁੱਪ ਕਰੋ ਜੀ, ਮੈਂ ਕੋਲ ਬੈਠਾ ਹਾਂ। ਹਾਂ ਉਹੀ ਵੱਧ ਬੋਲੀ ਹੁੰਦੀ ਉਹ ਭਾਈ, ਗੱਲ ਤਾਂ ਸੁਣ ਲਓ, ਜਦੋਂ ਮੈਂ ਬੈਠਾ ਹਾਂ ਨਾ ਜਾਂਦਾ ਤੁਸੀਂ ਨੇੜ ਲਓ ਹੁਣ। ਬਾਪੂ ਨੂੰ ਚੁੱਪ ਕਰਾ ਲਾਸ ਤਾਂ ਚੁੱਪੇ ਚੁੱਪ ਕੋਈ ਨਾ ਬੋਲੋ, ਜਿਵੇਂ ਮੈਂ ਆਪ ਹੀ ਕਰ ਦੂੰਗਾ ਇਸ ਹਿਸਾਬ ਨਾਲ ਬੈਠਾਂਗਾ। ਚੁੱਪ ਕਰ ਜਾ, ਅੱਟ ਕਰੀ ਜਾਂਦਾ, ਅੱਟ ਹੋ ਜਾ ਤੁਸੀਂ। ਕੋਈ ਨੀ ਰੱਖਦਾ, ਜਿਹੜੇ ਦੋ ਪੈਸੇ ਫਸਲ ਦੇ ਆਉਂਦੇ ਆ ਮੇਰੇ ਕੋਲ ਹੀ ਆਉਂਦੇ ਹੁੰਦੇ ਆ, ਜਿਹੜੇ ਦੋ ਪੈਸੇ ਹੋਣਗੇ ਕੋਲੇ ਤੁਹਾਨੂੰ ਕਿਹੜਾ ਸਾਰਾ ਹਿਸਾਬ ਦਾ ਤੁਹਾਡਾ ਸਹੀ ਕਰੂੰਗਾ, ਨਾ ਤਾਂ ਉਹ ਖਾਵੇ ਉਹਨੇ ਕੀ ਕਰਨੇ ਆ, ਫਸਲ ਤਾਂ ਅੜਤ ਦੀ ਵਿਕਦੀ ਆ, ਹਿਸਾਬ ਤਾਂ ਮੈਂ ਹੀ ਕਰਕੇ ਆਉਣਾ ਭਾਈ, ਉਹ ਕਿਵੇਂ ਰੱਖ ਲੂ ਪੈਸੇ? ਚੱਲ ਬਾਪੂ ਸਾਡੇ ਤਾਂ ਨਵੇੜ ਪਰਾਂ ਸੀ, ਆਪਾਂ ਕਰਦੇ ਯਾਰ ਕੀ ਆ ਨਵੇੜ ਤਾਂ, ਬਸ ਤੁਹਾਨੂੰ ਦੱਸਤੀ ਗੱਲ ਵੀ ਤੂੰ ਪਾਦਾ ਤੁਸੀਂ ਪਰਲੇ ਪਾਸੇ ਹੋ ਜਾਓ, ਇਹ ਆਦਾ ਇੱਧਰ ਹੋ ਜਾਣਗੇ, ਦੋ ਮੈਂ ਸਾਂਗੀ ਇੱਕ ਸੋਡੀ ਆ ਵੀ ਇੱਕ ਇਹਨਾਂ ਦੀ ਆ ਬਸ, ਤੇ ਆਹ ਸਾਨੂੰ ਦੱਸੋ ਭਾਈ ਜੇ ਅਸੀਂ ਦੋ ਜਾਣੇ ਆ ਜੇ ਸਾਨੂੰ ਕੋਈ ਰੋਟੀ ਦਿੱਤੋ ਠੀਕ ਆ, ਨਹੀਂ ਅਸੀਂ ਆਦੀਆਂ ਪਕਾ ਕੇ ਖਾਣਾ। ਮੇਰੇ ਨਹੀਂ ਰਹਿ ਕੋਈ ਯਾਰ, ਦੋਨੀ ਰਹਿ। ਹਾਂ ਬਾਪੂ ਦੋਨੀ ਰਹਾਂਗੇ, ਹੁਣ ਇੱਕ ਰਹੂਗਾ ਨਾ, ਦੋਨੀ ਰਹਾਂਗੇ, ਇੱਕ ਨਾ ਸਾਡੇ ਨਾਲ ਰਹੂਗਾ, ਬੇਬੇ ਸਾਡੇ ਨਾਲ ਰਹੂਗੀ। ਆਹੋ ਬਾਪੂ ਸੂਲ ਆ ਦੇ ਲੈ ਲੈ, ਬੇਬੇ ਨੂੰ ਘਟ ਕਰ ਦਿਓ ਤੁਸੀਂ, ਜੇ ਤੁਹਾਨੂੰ ਅੱਡ ਕਰਨਾ ਹੋਵੇ ਤੁਸੀਂ ਹੋ ਜਾਓ, ਸਾਡੇ ਨਾਲ ਰਹੋਗੇ ਸਾਡੇ ਟਾਈਮ ਆਇਆ ਚਾਚਾ ਜੀ, ਅਸੀਂ ਹੋ ਜਾਾਂਗੇ ਅੱਡ, ਫਿਰ ਇਹਨਾਂ ਨੂੰ ਬੇਬੇ ਨਹੀਂ ਰਹੂ, ਇਹਨਾਂ ਨੂੰ ਜਾਉਂਦੇ ਜਾਂਦੇ ਨੂੰ ਅੱਡ ਕਰ ਦਿਓ ਭਾਈ ਤੁਸੀਂ, ਫਿਰ ਦੋਨੇ ਰਹਿ ਜਾਣੇ ਇੱਧਰ। ਚਾਚਾ ਤੈਨੂੰ ਨੀ ਪਤਾ, ਬੇਬੇ ਤੇ ਰੋਟੀਆਂ ਬਣਵਾਇਆ ਕਰੂ, ਮਹਾਰਾਣੀ ਭਾਂਡੇ ਮੰਜਵਾਇਆ ਕਰੂ, ਹੈ ਆਪ ਇਹ ਜਾਇਆ ਕਰੂ ਪੇਕੇ ਟੋਰ ਚੱਕ ਕੇ ਦੂਜੇ ਦਿਨ ਝੋਲਾ ਚੱਕ ਕੇ। ਇਹ ਰੱਖਣਾ ਤੁਸੀਂ ਦੋਨੇ ਜਾਣੇ ਇੱਕ ਜਣੇ ਪਾਸੇ ਰੱਖਣਾ, ਉਹ ਭਾਈ ਤੁਸੀਂ ਚੁਬਣ ਲਾ ਤੂੰ ਬੇਬੇ ਬਾਪੂ ਨੂੰ ਅੱਡ ਕਰਦੀ ਆ, ਦੋ ਬਸ ਆਈ ਬੋਲੀ ਜਾਣੀ ਆ ਇਹ। ਓਏ ਯਾਰ ਕਹੀ ਜਾ ਯਾਰ, ਮਾਰੂ ਮੈਂ ਤੇਰੇ ਤਾਂ, ਚੁੱਪ ਕਰ ਬੇਬੇ। ਤੂੰ ਕੀ ਕਰ ਰਿਹਾ, ਇਹ ਤਾਂ ਖੜੇ ਬੈਠੇ ਦੀ ਵੀ ਸ਼ਰਮ ਮੰਨਦੀ ਜਮੇ ਨਹੀਂ ਮੰਨਦਾ, ਪਰ ਚਾਰ ਚਾਰ ਚਾਲ ਦਿਆਂਗੇ ਬਾਅਦ ਤੂੰ ਕਿੱਥੋਂ ਹਟ ਜਾਓਗੀਆਂ, ਇਹ ਦੋਨੇ ਘੋਗਣਾ ਹੋਏ ਬਾਹਰ ਰੱਖੀ ਹੋਈ ਆ, ਤਾਂ ਹੀ ਤਾਂ ਕੰਮ ਨੀ ਕਰਦਾ। ਜੇ ਮੈਂ ਕੰਮ ਕਾਰ ਕਰਦਾ ਨਾ ਫਿਰ ਤਾਂ ਮੈਂ ਤਿੰਨ ਚਾਰ ਰੱਖਦਾ, ਹੁਣ ਤਾਂ ਵਿਹਲਾ, ਹੁਣ ਤਾਂ ਤੂੰ ਮਸਾਂ ਲੋਟ ਆਉਣੀ ਆ। ਹੋਰ ਪਟਿਆਲੇ ਵਾਲਾ ਮਹਾਰਾਜਾ ਨਾ ਵੀ ਸੋਰਾ ਨੀ ਰੱਖੇਗਾ ਭਾਈ, ਤੁਸੀਂ ਚੁੱਪ ਕਰਦੇ ਹੋ ਨਹੀਂ ਕਰਦੇ, ਮਾੜੀ ਮੋਟੀ ਸ਼ਰਮ ਸੰਗ ਤਾਂ ਮੰਨ ਲਓ, ਪਤਾ ਨਹੀਂ ਮਾਪਿਆਂ ਨੇ ਕਿਵੇਂ ਕਹਿੰਦੇ ਨੂੰ ਸ਼ਰਮ ਆਉਂਦੀ ਹੈਗੀ। ਬਾਪੂ ਇਹਦੀ ਸ਼ਰਮ ਦੇਖ ਲੈ, ਚਾਰ ਚਾਰ ਲਿਆਉਣ ਨੂੰ ਫਿਰਦਾ, ਇਹਦੀ ਤਾਂ ਤੁਸੀਂ ਐ ਜਰੀ ਜਾਂਦੇ ਹੋ। ਦੂਸਰਾ ਆਪ ਹੀ ਬੋਲੀ ਜਾਂਦੀ ਹੈ, ਉਹ ਤੁਮਣੀ ਕਰਦੀ ਯਾਰ, ਉਹ ਭਾਈ ਇਹ ਕਿਹੜਾ ਲਿਆਉਂਦਾ ਮਾਰ ਕਹਿਣ ਦੇ ਕਲਾ ਮੁੱਕੀ ਮਾਰ ਲਾ, ਤੇ ਜਿਹੜਾ ਕਹਿ ਸਕਦਾ ਉਹ ਕਰ ਵੀ ਸਕਦਾ। ਨਹੀਂ ਲਿਆਉਂਦਾ ਭਾਈ, ਸਾਨੂੰ ਪਤਾ ਹੀ ਆ ਹੁਣ ਜੇ ਲਿਆਉਣੀ ਹੋਈ ਤਾਂ ਪਹਿਲੀ ਲਿਆਉਂਦਾ ਇਹ। ਐਡਾ ਲੱਛ ਮੈਂ ਬਹੁ ਵੀ ਦੇਉਣਾਗਾ ਵੀ 5-7 ਰੱਖੂਗਾ, ਸਾਰਾ ਪਤਾ ਮੈਨੂੰ ਚੱਲ। ਭਾਈ ਤੁਹਾਡੀ ਲੜਾਈ ਐ ਤੇ ਤੁਸੀਂ ਗੱਲ ਲੋ ਫਿਰ, ਗੜਾਸਾ ਮਾਰਿਆ ਉਈ ਲੱਗੀ ਵੀ ਹਜੇ ਕਿਹੜਾ ਹਟਦਾਗਾ ਚੁੱਲੇ ਚ ਦੇਣਾ, ਇੱਥੇ ਨਾ ਭੰਡਾਰਾ ਹੋ ਜਾਂਦਾਗਾ, ਇੱਥੇ ਕੋਈ ਡਾਂਸ ਨੀ ਹੁੰਦਾ, ਊ ਲਾਈ ਜਵਾਗਣੀ ਮੈਨੂੰ ਵੀ ਆਹੀ ਵਾਰੀ ਸ਼ਰਮ ਸ਼ਾਂਗਾ ਮਾਰ ਲੈਣਾ ਮਾੜੀ ਮੋਟੀ, ਬੈਠੇ ਉੱਠੇ ਦੀ ਕੋਈ ਸ਼ਰਮ ਸ਼ਾਂਗ ਹੀ ਹੈ ਨੀ ਗਾ, ਇੱਕ ਦੂਜੇ ਬੰਦੇ ਉਹ ਜਵਾਕਾਂ ਨੇ ਮਛੋਣ ਮਗਰ ਰੱਖਦਾ, ਕਿਤੇ ਤਾਂ ਮੈਂ ਗੱਲ ਚ ਆ ਜਾਇਆ ਕਰੋ।
ਤੇਰੀ ਵਜ੍ਹਾ ਨੀ ਮੈਨੂੰ ਅੱਡ ਕਰੀ ਜਾਂਦੇ ਨੀ ਮੈਂ ਵਧੀਆ ਪਿਆ ਰਹਿੰਦੇ ਟੌਰ ਨਾਲ ਹੁਣ ਭੈਣ ਦੀ ਕੰਮ ਕਰਨਾ ਪਊਗਾ ਚੱਲ ਬਾਪੂ ਕਰ ਯਾਰ ਮੁੱਦੇ ਦੀ ਗੱਲ ਕਰ ਤੂੰ ਜਿਹੜੀ ਗੱਲ ਮੁੱਦੇ ਦੀ ਕੀ ਕਰਨੀ ਆ ਆ ਪਾਲਾ ਘਰ ਛੋਟਾ ਹੈਗਾ ਬਸ ਇੰਨਾ ਦਾ ਦੋ ਮਹੀਨੇ ਸਹਿਕ ਕਰ ਲਓ ਬਸ ਜਿਹੜਾ ਬਾਹਣ ਹੈਗਾ ਇਕੱਠਾ ਰੱਖਣਾ ਇਕੱਠਾ ਰੱਖੋ ਹੁਣ ਕਿਵੇਂ ਕਰਨਾ ਭਾਈ ਬਾਈ ਕੀ ਮਗਾਣੀ ਅੱਡੀ ਆ ਬਸ ਬਾਹਣ ਹੈ ਸਾਨੂੰ ਪਤਾ ਹੀ ਇੱਕ ਮੋਟਰ ਤੂੰ ਸਾਹਮਣੇ ਲੈ ਕੇ ਸਾਹਮਣੇ ਬਸ ਗੱਲ ਸਿੱਧ ਨੂੰ ਜਿਹੜੀ ਝੋਟੀ ਹੈਗੀ ਇੱਕ ਉਹ ਕਿਹੜੀ ਝੋਟੀ ਕਾਲੀ ਬੁਰੀ ਬਾਲਟੀ ਝੋਟੀ ਛੋਟੀ ਤਾਂ ਹੁਣ ਮੈਂ ਸਮਗਰੀ ਜਾਊ ਜਿਹੜਾ ਉਹ ਨਾ ਉਹ ਵੀ ਇੱਦੀ ਇੱਦੀ ਕਰਾਂਗੇ ਆਪਾਂ ਮੱਝਾਂ ਦਾ ਵੰਡਦੇ ਆ ਬਾਪੂ ਜਿਹੜੀ ਝੋਟੀ ਹੈਗੀ ਤੇ ਉਹ ਕਿਹਨੂੰ ਦੇਗਾ ਉਹ ਭਾਈ ਜਿਹੜੇ ਮੈਂਸ ਆ ਗਏ ਉਧਰ ਮੈਂਸ ਨਾਲੀ ਜਲ ਝੋਟੀ ਵੀ ਐ ਕਿਵੇਂ ਜਾਊ ਬਾਪੂ ਝੋਟੀ ਵੀ ਸੱਦੀ ਅੱਦੀ ਕਰਾਂਗੇ ਉਹ ਭਾਈ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਕਿ ਨਹੀਂ ਸਿਖਾਇਆ ਝੋਟੀ ਵੀ ਅੱਦੀ ਕਰਾਂਗੇ ਉਹਨੂੰ ਬਚਾਲੋ ਵੋਟੋਗੇ ਤੇਰੀ ਮਾਂ ਨੇ ਕੁਝ ਸਿਖਾ ਕੇ ਭੇਜਿਆ ਕਿ ਨਹੀਂ ਭੇਜਿਆ ਲੈ ਬਾਪੂ ਇਹ ਮਾਂ ਕਿਵੇਂ ਆ ਗਈ ਝੋਟੀ ਤਾਂ ਅੱਦੀ ਅੱਦੀ ਲਵਾਂਗੇ ਚੁੱਪ ਕਰ ਜਾ ਬਾਈ ਚੁੱਪ ਕਰ ਜਾ ਦਿਮਾਗ ਨਾਲ ਝੋਟੀ ਵਾਲੀ ਮਰਜ਼ੀ ਨਾਲ ਭੈਣੇ ਆ ਲੋੜੀ ਨਹੀਂ ਮੇਰੀ ਮਰਜ਼ੀ ਤੂੰ ਲੈ ਜੀ ਚੁੱਪੀ ਕਰੋ ਮੈਂ ਜੂੜੀ ਵੜਦਾ ਮੈਂ ਝੋਟੂ ਕੇ ਭੇਜ ਦੂੰਗਾ ਉਹ ਨਹੀਂ ਯਾਰ ਅਸੀਂ ਝੋਟੀ ਵਾਲੀ ਮਰਜ਼ ਲੈ ਲਾਂਗੇ ਆ ਨਹੀਂ ਨਹੀਂ ਤਵੀ ਵੇਚ ਦੇਣ ਦੇ ਮੈਂ ਸੂਟ ਲਿਆਉਂਗੀ ਪੈਸੇ ਆਉਣਗੇ ਅੱਦੇ ਉਹ ਲੈ ਜਾਣਗੇ ਅੱਦੇ ਕੀ ਕਰਾਂਗੇ ਝੋਟੀ ਗਾਂ ਵਧੀਆ ਬਣਨ ਵਾਲੀ ਹੋ ਜੂਗੀ ਮੱਝ ਬਣ ਜੂ ਕਾਰ ਮੋਟਰ ਉਹ ਤੁਸੀਂ ਰੱਖ ਲਾਂਗੇ ਤੇ ਮੋਟਰ ਕਿਹੜੇ 5 ਕਿੱਲੇ ਵਾਲੇ ਇੱਧਰ ਅਸੀਂ ਰੱਖ ਲਾਂਗੇ ਇਹ ਦੂਜੀ ਮੋਟਰ ਉਹ ਰੱਖ ਲੂੰਗੇ ਆਈ ਵਾਲੀ ਮੈਂ ਇੱਧਰ ਰੱਖ ਲੂੰ ਚਲ ਬਸ ਭਾਈ ਆਦਾ ਕਰੋ ਬਸ ਭਾਈ ਜੇ ਮੇੜ ਕੇ ਆਪਣਾ ਗੱਲ ਜੂਰਾ ਮੈਨੂੰ ਨਹੀਂ ਆਈ ਵਾਲੀ ਦਾ ਕੀ ਪਤਾ ਵਧੀਆ ਦੇਖ ਕੇ ਰੱਖਦੇ ਯਾਰ ਮੈਨੂੰ ਕੋਈ ਵਧੀਆ ਹੀ ਆ ਬਾਹਾਂ ਕਿਹੜਾ ਮਾੜਾ ਦੋਨੇ ਪਾਸੇ ਹੋ ਨਾ ਵਧੀਆ ਕੋਈ ਮਾੜਾ ਕਿਸੇ ਪਾਸੇ ਕਿਸੇ ਪਾਸੇ ਰੱਖ ਲੈ ਕੋਈ ਜ਼ਮੀਨ ਇੱਕੋ ਰੇਟ ਇੱਕੋ ਠੇਕੇ ਤੇ ਲੱਗਦਾਗਾ ਬਥੇਰੀ ਬਰੀ ਕਿਹਾ ਵੀ ਖੇਤ ਪੈੜ ਕਰ ਦਿਆ ਕਰ ਕਦੇ ਗਏ ਚੱਲ ਭਾਈ ਸਾਰਾ ਕੁਝ ਅਸੀਂ ਮੰਨ ਲਿਆ ਬੇਬੇ ਬਾਪੂ ਸਾਡੇ ਨਾਲ ਰਹਿਣਗੇ ਕੰਨ ਖੋਲ ਕੇ ਗੱਲ ਸੁਣ ਲਓ ਵੀ ਜੇ ਅੱਜ ਤੋਂ ਬਾਅਦ ਮੈਂ ਤੈਨੂੰ ਚਾਹੀਦ ਨੂੰ ਏ ਕੌਣ ਕੌਣ ਕਰਦਾ ਦੇਖ ਲਿਆ ਕਿਸੇ ਗੱਲ ਵਿੱਚ ਹਿਸਾਬ ਲਾ ਲਿਓ ਆ ਦੇ ਲੈ 11 ਨੰਬਰ ਹੈ ਤਾਂ ਫੌਲਾ ਮੈਂ ਪਾਉਂ ਫੇਰ ਨਾ ਬਲੌਂ ਦੀ ਲੋੜ ਨਹੀਂ ਬਸ ਹੁਣ ਜਿਵੇਂ ਉਹ ਕਰੀ ਜਾਂਦੇ ਨੇ ਉਵੇਂ ਹੀ ਰਹਿਣ ਦੇ ਜਿਆਦਾ ਅੱਟ ਬੇਟਾ ਆਪਦਾ ਕੰਮ ਤੂੰ ਕਰਨਾ ਭਾਵੇਂ ਪਹਿਲਾਂ ਕਰੀ ਭਾਵੇਂ ਮਗਰ ਕੋਈ ਉਹਨੇ ਆਪਦਾ ਕਰਨਾ ਪਹਿਲਾਂ ਕਰਕੇ ਮਗਰੋ ਕਰੇ ਠੀਕ ਹੈ ਬਾਪੂ ਅਸੀਂ ਰਹਿ ਗਏ ਅਸੀਂ ਤਾਂ ਫਿਰ ਮੈਂ ਤਾਂ ਕਿਸੇ ਨਾਲ ਨਹੀਂ ਹੁੰਦਾ ਅਸੀਂ ਤਾਂ ਦੋਨੇ ਜਣੇ ਆਦਿਆਂ ਅੱਡ ਪਕਾ ਕੇ ਖਾਲਾਂਗੇ ਬਸ ਹਾਂ ਨਾ ਬਾਪੂ ਤੂੰ ਇਹਨਾਂ ਨਾਲ ਉਹ ਤੇ ਸਾਡੇ ਨਾਲ ਬੇਬੇ ਇਹ ਕੀ ਗੱਲ ਬਣੀ ਆ ਕਿ ਇਹਨਾਂ ਨਾਲ ਹੋ ਮੈਂ ਹੋਵਾਂ ਲੋਕ ਤੂੰ ਅੱਡ ਕਰਨਤੀ ਹੋਇਆ ਪਿਆ ਯਾਰ ਵੱਡੇ ਰਹਿ ਕੀ ਗੱਲ ਆ ਯਾਰ ਸਾਡਾ ਕੀ ਕਸੂਰ ਆ ਅਸੀਂ ਕਿਉਂ ਅੱਡ ਹੋਵਾਂਗੇ ਇਹਨਾਂ ਨੂੰ ਅੱਡ ਕਰਦੇ ਹੋ ਤੁਸੀਂ ਲਾ ਅੱਡ ਕੀ ਗੱਲ ਇਹਨਾਂ ਦਾ ਕਸੂਰ ਆ ਘਰ ਹੈ ਦੋਨੋਂ ਇਕੱਠੇ ਕਿਉਂ ਨਹੀਂ ਜਾਣ ਦਿੰਦੇ ਤੁਸੀਂ ਰੋਟੀ ਪਾਣੀ ਅੱਡ ਤੁਸੀਂ ਅੱਡ ਹੋ ਜਾਓਗੇ ਚੱਲ ਭਾਈ ਤੂੰ ਐਂ ਕਰ ਤੁਹਾਡਾ ਬਾਪੂ ਕਹੂਗਾ ਮੈਂ ਤਾਂ ਮੇਕ ਭਾਈ ਤੂੰ ਐਂ ਕਰ ਜਾ ਕਰ ਲੈਂਦੇ ਕੇ ਇਹਨਾਂ ਨੂੰ ਚਾਹ ਪੂਰਾ ਕਰ ਲੈਂਦੇ ਮੇਰੇ ਭੂਗੀ ਭਾਈ ਤੁਸੀਂ ਸੋਚੋ ਤੁਹਾਨੂੰ ਸ਼ਰਮ ਮੈਂ ਕਦੋਂ ਮੈਂ ਕਹੀਏ ਨਾ ਮੇਰੇ ਨਾਲ ਰੋਣੇ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਛੋਟੀ ਉਮਰ ਤੇ ਜਵਾਕ ਨਹੀਂ ਵਿਆਹਣੇ ਚਾਹੀਦੇ ਅਰੇ ਸਾਡੀ ਉਮਰ ਹੀ ਕੀ ਹੈ ਮੰਮੀ ਅਸੀਂ ਤੇ ਤੁਹਾਨੂੰ ਰੱਖ ਰਹੇ ਆ ਤੁਹਾਨੂੰ ਰੱਖ ਰਹੇ ਆ ਅਸੀਂ ਦੋਨਾਂ ਨੂੰ ਕਹੀਏ ਨਾ ਸਾਡੇ ਉਹੀ ਕਹੀਏ ਨਾ ਮੇਰੇ ਨੂੰ ਬੇਬੇ ਦੋਰ ਤੋਂ ਬਾਪੂ ਇਹਨਾਂ ਨੂੰ ਰਵੀ ਤੈਨੂੰ ਕੀ ਪਤਾ ਇਹਨਾਂ ਨੂੰ ਐਸੇ ਕੰਮ ਕਰਾਇਆ ਕਰਾਂਗੇ ਉਹ ਮੈਂ ਆ ਕਰਦੇ ਆ ਮਦਰ ਉਹ ਦਾਦਾ ਅਸੀਂ ਵੀ ਦੋਨੇ ਉੱਧਰ ਰਹਿ ਪੰਨੇ ਰਵੀ ਕੁਛ ਨਹੀਂ ਦਾ ਬਾਪੂ ਰੱਖ ਲੱਤ ਫੇਤੀ ਗੁੱਤੀ ਕਰਾ ਲੈ ਕੇ ਤੈਨੂੰ ਕਿਹੜਾ ਕੰਮ ਕਰਨਾ ਹੁੰਦਾ ਚਲ ਠੀਕ ਚਲ ਬਾਪੂ ਮੇਰੇ ਨਹੀਂ ਰਹਿ ਪਈ ਫਿਰ ਤੂੰ ਲੈ ਹੁਣ ਤਾਂ ਤੂੰ ਮੈਨੂੰ ਕਹੀ ਜਾਂਦਾ ਸੀਗਾ ਵੀ ਚੱਲ ਤੁਸੀਂ ਦੋਨੇ ਜਣੇ ਉਧਰ ਬਾਜੂ ਇਕੱਠੇ ਹੋ ਜਾਓ ਹੁਣ ਕਾ ਤੂੰ ਮੇਰ ਕਰਨੀ ਆ ਨਾ ਫਿਰ ਹੁਣ ਅਸੀਂ ਇਕੱਲੇ ਰਹਿ ਜਾ ਕਰੇ ਹੁਣ ਮੈਂ ਡਿਊਟੀ ਭੱਗ ਫਿਰ ਇਹ ਇਕੱਲੀ ਕਰੇ ਐ ਰਵੀ ਨਾਲੇ ਹੁਣ ਫਿਰ ਛੋਟੇ ਦੋਹਾਂ ਭਾਈਆਂ 'ਚ ਬੜਾ ਫਰਕ ਪੈਂਦਾ ਚੱਲ ਉਹਨਾਂ ਨੂੰ ਬੇਬੇ ਪਸੰਦ ਆ ਬੇਬੇ ਲੈ ਜਾਣ ਦੇ ਆਪਾਂ ਨਾਲ ਬਾਪੂ ਰਹੀ ਜਾਊਗਾ ਬੇਬੇ ਰੱਖਣੀ ਆ ਬਈ ਅਸ ਬੇਬੇ ਨੂੰ ਰੱਖ ਕੇ ਖੁਸ਼ ਆਂਗੇ ਮੈਂ ਰੱਖ ਲਾ ਦੇਖ ਲੈ ਮੇਰੀ ਗੱਲ ਸੁਣ ਲੈ ਨੀ ਮਾਗਰੋਂ ਨਾਲੇ 3-5 ਜੀ ਕਰੀ ਫੇਰ ਨਾ ਕਹੀਂ ਵੀ ਦੁਬਾਰਾ ਕਲੇਸ਼ ਹੋ ਗਿਆ ਕਿਤੇ ਕੱਲ ਨੂੰ ਬੇਬੇ ਨਾਲ ਲੜਿਆ ਲੋ ਜਾਓ ਜਾਓ ਫੜਿਓ ਕੇ ਜਾਓ ਜਾਓ ਨੰਬਰ ਦਾ ਕੰਮ ਛੋਟਾ ਚੱਲ 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 ਆਪਣੇ ਬਾਪੂ ਨੂੰ ਲੈ ਚੱਲ ਚਲੋ ਜਾਓ ਜਾਓ ਆ ਦੇ ਬਾਪੂ ਫਿਰ ਹਾਂ ਹਾਂ ਹੁਣ ਪੈਰੀ ਹੱਥ ਲਾਉਣ ਲੱਗ ਬਾਪੂ ਲੈ ਦੇ ਦਾ ਅੱਡੇ ਆਹੋ ਆ ਓਏ ਭਾਈ ਬਾਪੂ ਆ ਜਾਊਗਾ ਸਾਨੂੰ ਗੱਲ ਤਾਂ ਕਰ ਲੈਂਦੇ ਕੋਈ ਚੰਗਾ ਬਾਪੂ 2 ਮਿੰਟ ਦਾ ਬਾਈ ਆਂਦੇ ਇਕੱਠਾ ਨੂੰ ਚੁੱਪ ਕਰਕੇ ਮੇਰੇ ਬਿਨੀ ਤੁਰੇ ਫਿਰ ਹੁਣ ਦੱਸ ਦੀ ਕਿਤੇ ਕੱਲ ਨੂੰ ਨਾ ਦੱਸੇ ਨਾ ਕੋਈ ਗੱਲ ਨੀ ਜੀ ਆਹੀ ਦਿਨ ਦੇਖਣਾ ਬਾਕੀ ਸੀ ਜਿਨ੍ਹਾਂ ਨੇ ਪੰਡੀਆਂ ਪਾਤੀਆਂ ਚੱਲ ਹੁਣ ਇਹਦੇ ਆਪਾਂ ਕਰ ਵੀ ਕੀ ਸਕਦੇ ਹਾਂ ਮੈਂ ਤੈਨੂੰ ਕਿਹਾ ਸੀਗਾ ਵੀ ਸਾਨੂੰ ਲੋੜ ਹੀ ਨਹੀਂ ਸਾਨੂੰ ਤਾਂ ਦੋਨੇ ਜਣੇ ਇਕੱਠੇ ਰਹਾਂਗੇ ਹੁਣ ਉਹ ਕਹਿੰਦੇ ਸਾਨੂੰ ਮਾਮਲੇ ਨਾਲ ਛੱਡਦਾ ਇਹ ਕਹਿੰਦੇ ਇਹਨੇ ਸਕੀਮ ਕੀ ਲਾਈ ਇਹਨਾਂ ਨੇ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਕੋਈ ਗੱਲ ਨਹੀਂ ਤੂੰ ਚੱਲ ਇੱਧਰ ਮੈਂ ਦੇਖਦਾ ਇਹ ਤੋਂ ਬਾਅਦ ਕੀ ਬਣਦਾ ਕੋਈ ਗੱਲ ਜੇ ਮੈਂ ਚੱਲਦਾ ਨਾ ਉਵੇਂ ਚੱਲ ਕੇ ਦੇਖ ਲਾ ਕੋਈ ਗੱਲ ਨਹੀਂ ਆਹੋ ਆਪਾਂ ਨੂੰ ਤਾਂ ਕੀ ਗੱਲ ਅਲੱਗ ਕਰ ਦੇਣਗੇ ਆਪਾਂ ਤਾਂ ਇਕੱਠੇ ਹੀ ਰਹਾਂਗੇ ਕੋਈ ਨਹੀਂ ਇਹਨਾਂ ਨੂੰ ਦੇਖ ਲੈਂਦੇ ਕਿਹੜਾ ਕਿਉਂ ਵੀ ਕੋਰਿਆ ਕੋਈ ਨਹੀਂ ਬਾਈ ਕੋਈ ਨਹੀਂ ਆਹੋ ਆਏ ਕਿਵੇਂ ਅਟਕਾ ਦੇਣਗੇ ਪਤਾ ਨਹੀਂ ਸਮਝ ਨਹੀਂ ਆਉਂਦੀ ਗੱਲ ਲੋਕਾਂ ਦੇ ਜਵਾਕ ਤਾਂ ਇਹ ਗੱਲ ਕਹਿੰਦੇ ਹੁੰਦੇ ਆ ਚੱਲ ਠੀਕ ਆ ਬਾਈ ਮੈਂ ਵੀ ਜਾਦਾ ਬੱਚਾਗਾ ਠੀਕ ਆ ਚੱਲ ਕੋਈ ਗੱਲ ਨਹੀਂ ਤੂੰ ਤਾਂ ਜਾ ਲੈ ਮੈਂ ਤਾਂ ਇਹਨਾਂ ਨੂੰ ਅਟਕਾ ਕਰਦਾ ਮੈਂ ਤਾਂ ਆਪ ਹੀ ਅਡ ਹੋ ਕੇ
मैं तो कला ही अड होऊंगा, ये की गल बनी। पर कहते होंगे जवाकों मोहरे झुकना पैंता, चल मैंने तो इन्हों का घर वस जूगा, चल साढ़े तो जी उम्र से लंघनी लंघ गई, चल उधर वो सियानी रही है उन्होंने कम से लाई रखो, इधर चल मैं इन्होंने समझाई रखो, चल ऐ कम लौट आ जू कि नहीं, चल होर की है अड्डू कह दूर है, चल कोल ही हाँ, चल हूँ तू खुश है। मैं तो हूँ बथेरी खुश हाँ, रो रोज किचकिच होंगी सी, आ वधिया स्यापा मुक गया। चल ठीक है, तो हूँ तो चाह प्या दें करेंगे ना चाचा मुंकू, हूँ मैं पेके जाके आऊंगी, दो दिन ला के आऊंगी पेके। ले हूँ तू कहते मैं अड हो तेरी गल की बनी है, हूँ पेके जाने की हो जूगा। बे दो साल हो गए गई नहीं सी, आ कट से सोडा स्यापा कर दी सी, हूँ भी ना मैं जावा, हूँ है बुढ़ी घरे आप ही कर लूगी। चल ठीक है फिर एक दिन ला आई, दो दिन नहीं मैं दो दिन ला के आऊंगी, बुढ़ी हैगी बथेरी हट्टी कट्टी पई है, कर लू किधर जान निकल दी ओदी। चल फिर जाया फिर ऐ कर, चल अज ही भग जा तू, फिर दस की गल फिर हाँ। कृपा लाने झोना वड्डांगे फिर, बे फिर हैगी है घरे पका दूगी रोटियां की जान निकल दी ओदी। ओ पर मेरा नहीं सरदा, मेनू औखा हो जाता, मेनू घर सुना सुना लगता, सुना सुना लगता है, मन भी लिया कर गल। बे चल ठीक है आ जाऊंगी एक दिन ला के, होर हूँ दो दिन लाए ऐ करी, अज वग जा रात हो गई एक, तो कल ला के परसों मुड़ जाए शाम जी। तो होर मैं की कही आंदी सी, बस ठीक है चल मैं जानी हूं, मैं तैयार हूं, चल रोटी लिया फिर, मैं रोटी तो खवा दे, रोटी तू मां तो खा ली, मैनू कबेरा हो जूगा। चल ठीक पक जा यार दिमाग खाना, बेबे आ गई, आ जा बेबे बह जा, बह गई भाई। की होया बेबे उ दस जा मूह कर रखा है, कुड़े पुत ऐ तो होंदा ही है, तुसी अड्डो अड्डी हो गए, चित तो मां प्यो का भैड़ा होंदा ही है। कादा भैड़ा होने वाले च की गल है बेबे, तुहानू लगदा पुत मां बाप नू तो लगदा ही होंदा। मैनू लगदा बेबे तू तो सोटे का ज्यादा करदी सीगी। नहीं नहीं एह जी कोई गल नहीं, अमन ते नू ही लगदा पुत। चल मैं भी कड़िया गल्ला लेके बहगी, मैं ना पेके जानी हैगी, सारा काम करनी पिछों घर का। कोई ना पुत कर लूंगी, नाले मशीन लगूगी सवेरे, जीरी वड्डनी हैगी। ते फिर तू पुत ठहर के बग जी एक दो दिन। मैं किवें ठहर के बग जा, दो साल हो गए गई नहीं, पहला हूं स्यापा करदी रही सारा कट्ठ दे विच, जे हुण दो दिन जाण दा मिलिया मौका तां हुण तू नहीं जाण दिंदी, हुण हट्टी खट्टी पई है, तेरा कुछ नहीं दुखदा, कम कर ली। चंगा धीए मर्जी है तेरी, जाया कर लूंगी। ना मशीन लगूगी, चार पंज होणगे दिहाड़ीए, रोटी पका के खेत पचा दी, नाले मुंडे नूं स्कूल तोर दी, मैं जानी हैगी। हाय हाय बे मुहा, फिर मंगेगा नूहा ला गई ऑर्डर, मैनू तो लगते ने मैनू ता ही नाल रखे आपदे बुढ़ी तो कम कराया करूंगी। भैया महाराणी बनी, नीरू बाजवा बनी बैठी हैगी, आ चकला खले रहा हूं, आ कौन चकू इन्हों तेरा बेड़ा बजे, तेरा गंदे गंदे मेरे मुंह ते मारे कपड़े सड़े हाथ ने। खुश होना चाहिदा, तेन देख मैं खेती आला ना, फ्रिज सीरी लब के देता सीरी अपने मियां कम लगे ठहर के बना दू फिर घंटे किन्ने बज गए उधर चाकी मेरा टाइम पीस किन्ने बज गए टाइम भी देखना था ਆਉਂਦਾ ਮੈਨੂੰ ਦੇਂਦਾ ਘਟਾ ਕਿੰਨੇ ਆ ਫਿਰ 1 ਵਜੇ ਨਾਲ ਤੇ ਫੇਰ ਬਣਾ ਦੂੰਗੀ ਫਿਰ ਘਟਾ ਹਰੇ ਵੀ ਤੂੰ ਘਟਾ ਕਹੀ ਜੰਨੀ ਆ 2 ਵੇ ਰੋਟੀ ਖਾਊਗਾ ਸਵੇਰ ਵਾਲੀ ਬਾਪ ਸਵੇਰੇ ਖਾਂਦਾ ਨਹੀਂ ਦੁਪਹਿਰ ਨੂੰ ਹੀ ਖਾਂਦਾ ਹੁੰਦਾ ਕਮਾਲ ਆ ਚੰਗਾ ਤਾਂ ਚੱਕ ਦੇ ਹੁਣ ਮੇਰੇ ਆਹ ਸੰਦੇ ਉੜੇ ਤਰਦੇ ਉਰੇ ਕੀ ਤੇਰੇ ਲੜਦੇ ਨੇ ਇਹ ਲੜਦੇ ਨੇ ਦੋ ਘੜੇ ਆਰਾਮ ਕਰ ਲੈਂਦੇ ਕਰਨ ਵਾਲੇ ਆਪ ਕਰ ਲਿਆ ਕਰ ਪਹਿਲਾਂ ਇਕੱਠ ਸੀਗੇ ਉਹ ਨਹੀਂ ਜੀਉਣ ਦਿੰਦੇ ਸੀ ਹੁਣ ਤੂੰ ਮੇਰਾ ਹੈ ਉਹ ਬਣ ਰਹੇਗਾ ਤਿਆਗ ਲੈ ਲਿਆ ਤੁਸ ਤਾਂ ਮੇਰਾ ਸਾਰਾ ਟੱਬਰ ਨੇ ਰਲ ਕੇ ਉਹ ਮੈਂ ਕਹਿਣਾ ਉੱਠ ਕੇ ਮਾੜਾ ਮੋਟਾ ਕਰ ਲਾ ਕੰਮ ਕੰਦਾ ਦੇ ਲਾ ਗਾ ਪਾ ਰੱਖਿਆ ਕੋਈ ਸੈਂਡਲ ਜੇ ਨਹੀਂ ਕੋਈ ਉਹ ਚੱਪਲਾਂ ਨਹੀਂ ਉਹ ਤੇ ਪੈਰ ਚ ਦੱਸ ਕੀ ਕੰਮ ਕਰਾਂ ਖੜ ਜਾ ਤੂੰ
ਕਰ ਲੂੰਗੀ ਜਦ ਮੇਰਾ ਮੂਡ ਜਾ ਬਣਿਆ ਆ ਜੀ ਨੇ ਟੌਫੀ ਜਾਂ ਤਾਂ ਚੱਪ ਕੇ ਨਗਾਲਾ ਲੱਪ ਲੱਪ ਜੇ ਕਰੀ ਜਾਂਦੀ ਹੈ ਮੇਰੇ ਕੋਲੋਂ ਹੀ ਬੈਠੀ ਲੈ ਤੂੰ ਖਾਇਆ ਨਹੀਂ ਰਿਹਾ ਮੈਂ ਤਾਂ ਖਾ ਗਿਆ ਆਪਦੀ ਮੇਰੇ ਘਰੇ ਅੱਗ ਲੱਗਦੀ ਤੇਰੇ ਤੂੰ ਮੇਰੀ ਗੱਲ ਸੁਣ ਟਾਈਮ ਬਹੁਤ ਹੋ ਗਿਆ ਨੀਰੇ ਚਾਰੇ ਦਾ ਦੇਖ ਲੈ ਕਿਵੇਂ ਆਪਦਾ ਕੁਛ ਹੁੰਦਾ ਤੁਹਾਡਾ ਉਹ ਕਰ ਲਓ ਚੱਪ ਕਰਕੇ ਜੇ ਤਾਂ ਸੰਗਲ ਖੋਲ ਦੇ ਨਹੀਂ ਬਾਪੂ ਨੂੰ ਕਹਿ ਦੇ ਨੀਰਾ ਪਾ ਦੂਗਾ ਕਿਉਂ ਸੰਗਲ ਖੋਲਦੇ ਪਹਿਲਾਂ ਲੜ ਲੜ ਕੇ ਤੂੰ ਅੱਧੀ ਝੋਟੀ ਲੈਣੀ ਅੱਧੀ ਝੋਟੀ ਲੈਣੀ ਪਹਿਲਾਂ ਤਾਂ ਉਹਨਾਂ ਨੇ ਲੜੀ ਫਿਰ ਤਿੰਨੀ ਉਹਨਾਂ ਨੂੰ ਫੜਾ ਆਂਦਾ ਮੈਂ ਫੜਾ ਦੇ ਫਿਰ ਜਾ ਤਿੰਨ ਤਾਂ ਉਹਨਾਂ ਦੀ ਮੇਰ ਹੁੰਦੀ ਜਾ ਉਹਨਾਂ ਦੀ ਮੇਰ ਹੁੰਦੀ ਤੇਰਾ ਕਰਕੇ ਅੱਡ ਕਰਿਆ ਮੈਨੂੰ ਉਹਨਾਂ ਨੇ ਨਹੀਂ ਹੁੰਦਾ ਨਹੀਂ ਸੀ ਮੈਂ ਉੱਠਦਾ ਤਾਂ ਤੂੰ ਨਹੀਂ ਸੀ ਯਾਰ ਕਮਾਲ ਕਰੀ ਜਾਂਦਾ ਉਹ ਕਹਿੰਦੇ ਕਹਿੰਦੇ ਤੇਰੇ ਤੋਂ ਕੋਈ ਰੌਲਾ ਹੀ ਨਹੀਂ ਤੂੰ ਤਾਂ ਚੱਲ ਨਹੀਂ ਕਿਤੇ ਗਿਆ ਖੇਤ ਬੰਨੇ ਰੌਲਾ ਇਹਦਾ ਹੈਗਾ ਸਾਰਾ ਵੀ ਇਹ ਕਰਦਾ ਕੰਮ ਵੀ ਨਹੀਂ ਕਰਦੀ ਕਿ ਜਮਾ ਹੁਣ ਕਿਹੜਾ ਤੂੰ ਕਰੀ ਜਾਂਦੀ ਹੁਣ ਤੈਨੂੰ ਮੈਂ 20 ਵਾਰੀ ਕਹਤਾ ਬੰਦਾ ਗੱਲ ਤਾਂ ਸੁਣ ਲੈ ਯਾਰ ਕਰਦਾ ਨਹੀਂ ਐ ਤੈਂ ਕਰਦੇ ਆ ਗਿੱਲੀ ਲਾ ਕੇ ਤਾਰ ਤੋਂ ਆ ਦੇਖੀ ਆਹ ਕੀ ਆ ਇਹ ਚੱਲ ਨਹੀਂ ਉੱਡਦੀ ਨਾ ਇਹਨੂੰ ਉਹ ਛੱਡ ਦੇ ਇਹ ਮੈਂ ਆਪ ਹੀ ਕਰ ਲੂੰਗਾ ਜਾ ਆਪਦੇ ਸੰਨੀ ਪਾਇਆ ਕੀ ਕਿਹਾ ਸੰਨੀ ਪਾਇਆ ਉਹਨਾਂ ਨੂੰ ਮੈਨੂੰ ਨਹੀਂ ਆਉਂਦੀ ਸੰਨੀ ਸੰਨੀ ਪਾਣੀ ਜਾਣ ਦਾ ਰਸਤਾ ਖੋਲ ਦੇ ਨਹੀਂ ਬਾਪੂ ਨੂੰ ਕਹਿ ਸੰਨੀ ਪਾਊਗਾ ਨਹੀਂ ਆਪਾ ਜਾ ਤੂੰ ਜਾ ਫਿਰ ਮੈਨੂੰ ਨਹੀਂ ਪਤਾ ਇੱਥੇ ਉੱਠ ਕੇ ਤੁਰ ਜਾਂਦੇ ਨੇ ਅੱਖਾਂ ਸਾਹਮਣੇ ਲਬੜਾ ਮਰੂੰ ਆਏ ਬੇ ਮੈਨੂੰ ਆਉਂਦੀ ਸੰਨੀ ਪਾਣੀ ਤੇ ਮੈਨੂੰ ਕੀ ਆਉਂਦੀ ਆ ਫਿਰ ਤੂੰ ਸਿੱਖ ਲੈ ਮੈਂ ਕੋ ਸਿੱਖਾ ਤੂੰ ਨਹੀਂ ਸਿੱਖ ਸਕਦੀ ਮੈਂ ਤਾਂ ਡਿਊਟੀ ਜਾਇਆ ਕਰੂੰਗਾ 10 ਦਿਨਾਂ ਨੂੰ ਫੇਰ ਹੋਰ ਡਿਊਟੀ ਜਾਏਗਾ ਕਿਉਂ ਮੈਂ ਲੱਗਾ ਰਹੂੰਗਾ ਉਹ ਵੀ ਆਪ ਕਰ ਲਿਆ ਕਰਨਗੇ ਇੱਧਰ ਹੀ ਆਪ ਕਰ ਲਿਆ ਕਰਨਗੇ ਆਰਾਮ ਨਾਲ ਹੁਣ ਕੋਈ ਫਿਕਰ ਨਹੀਂ ਬਾਪੂ ਆਉਰ ਨਾ ਪੈ ਜਾ ਕਰਾਂਗੇ ਬਾਪੂ ਹਾਂ ਭਾਈ ਆ ਨੀਰਾ ਪਾ ਦਿੰਦੇ ਮੜੇ ਉੱਠ ਕੇ ਕੀ ਕਰ ਦਿੰਦੇ ਨੀਰਾ ਸੰਨੀ 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 ਭਾਈ ਤੁਸੀਂ ਆਦੀ ਆਪ ਆਓ ਹੁਣ ਮੈਂ ਪਾਉਣੀ ਸੰਨੀ ਲੈ ਬਾਪੂ ਨਾ ਰਵੀ ਕਹਿੰਦਾ ਮੈਨੂੰ ਨਹੀਂ ਆਹ ਸੰਨੀ ਪਾਉਣੀ ਆਉਂਦੀ ਇਧਰ ਮੈਂ ਨਹੀਂ ਕਦੇ ਸੰਨੀ ਕੀਤੀ ਹੈਗੀ ਤੇ ਹੁਣ ਤੁਹਾਨੂੰ ਤਾਂ ਕਰਨੀ ਪੈਣੀ ਆ ਸੰਨੀ ਦੀ ਕਿ ਭਾਈ ਚਲ ਉੱਥੇ ਮੇਰੇ ਨਾਲ ਤੁਹਾਨੂੰ ਦੱਸਦਾ ਨਿੱਕ ਦਿਨ ਰੋਜ਼ ਤਾਂ ਨਹੀਂ ਮੈਂ ਤੁਹਾਨੂੰ ਦੱਸੀ ਜੇ ਮੈਂ ਪਾਇਆ ਕਰੂੰ ਭਾਈ ਲੈ ਬਾਪੂ ਨੋ ਆ ਕਦੇ ਐ ਸੰਨੀਆਂ ਪਾਉਂਦੀਆਂ ਹੁੰਦੀਆਂ ਨੇ ਜਾਂ ਤੁਸੀਂ ਪਾਇਆ ਕਰੋ ਨਹੀਂ ਆਪਦੇ ਰਵੀ ਨੂੰ ਕਹੋ ਮੈਨੂੰ ਮੁੰਨੂੰ ਨਹੀਂ ਪਤਾ ਹੈਗਾ ਚਲੋ ਭਾਈ ਫਿਰ ਰਵੀ ਨੂੰ ਸਿਖਾ ਦਿੰਦਾ ਮੈਂ ਜਦੋਂ ਆ ਗਿਆ ਸਿਖਾ ਦੋ ਆ ਉਹ ਕਿੱਥੇ ਗਿਆ ਹੋਇਆ ਅੰਦਰੇ ਬੈਠਾ ਟਹਿਲਦਾ ਲੈ ਬੋਲ ਮਾਰ ਕੇ ਲਿਆ ਫਿਰ ਉਹਨੂੰ ਬਾਹਰ ਮੈਂ ਹੁਣ ਮੈਂ ਸੰਨੂਗਾ ਮੈਂ ਪਾਇਆ ਕਰੂੰਗਾ ਹੱਦ ਹੋ ਗਈ ਸੀ ਆ ਸੁਣਦਾ ਨਹੀਂ ਹੱਦ ਨਹੀਂ ਹੋ ਗਈ ਇਹਨਾਂ ਦੀ ਬਾਪੂ ਨਾਲ ਚਾਹ ਪੀ ਲੈ ਨਾਲੇ ਮੈਂ ਰੋਟੀ ਬਣਾਉਣੀ ਰੋਟੀ ਖਾ ਲਈ ਜੇ ਪਾਇਆ ਭੱਜ ਕੇ ਮਿੰਟ ਮਾਰ ਜਾ ਭਾਈ ਮੈਂ ਤਾਂ ਰੋਟੀ ਤੜ ਕੇ ਖਾਧੀ ਨਹੀਂ ਤਾਂ ਕਾਈ ਤੁਰੇ ਫਿਰਦਾਗਾ ਮੈਂ ਕਿਹੜਾ ਬਾਪੂ ਖਾਈ ਐ ਮੈਂ ਤਾਂ ਆਪ ਮੜੇ ਇੱਕ ਕੁਲਚਾ ਖਾਇਆ ਸੀ ਤੇ ਇੱਕ ਚਿਪਸ ਦਾ ਪੈਕਟ ਖਾਇਆ ਤੇ ਭਾਈ ਫਿਰ ਰੋਟੀ ਦੀ ਵੀ ਲੋੜ ਐ ਤੇ ਕੁਲਚਾ ਖਾ ਲਿਆ ਲੈ ਬਾਪੂ ਤੂੰ ਤਾਂ ਉਹੀ ਨਿਆਣੇ ਵਾਲੀਆਂ ਗੱਲਾਂ ਕਰ ਜੰਨਾ ਰੋਟੀ ਵਾਲਾ ਕੰਮ ਕਿੱਥੇ ਕੁਲਚਾ ਕਰਦਾ ਵੇ ਆ ਜਾ ਓਏ ਆ ਗਿਆ ਕੀ ਹੁੰਦਾ ਪਲੇਗ ਪੈਂਦੀ ਆ ਤੈਨੂੰ ਪੈ ਜੇ ਪਲੇਗ ਓਏ ਛੰਨੀ ਸੁੰਨੀ ਨੂੰ ਕਹਿੰਦੀ ਆ ਛੰਨੀ ਸੁੰਨੀ ਆ ਗਈ ਆਪੀ ਭਾਈ ਸਿੱਖੋ ਭਾਈ ਤੂੰ ਬਸ ਸਿੱਖ ਨੂੰ ਦੇ ਕੋਈ ਬੈਦ ਪੜਨੇ ਆ ਉਹ ਮੇਰੇ ਇਹ ਚੜ ਜਾਂਦੀ ਆ ਨੱਕ ਨੂੰ ਚਲ ਇੱਕ ਅੱਧਾ ਦਿਨ ਤਾਂ ਬੰਦਾ ਪਾ ਦੂਗਾ ਕਰ ਦੇ ਫੇ ਉਹਨੂੰ ਆਦਾ ਸਿੱਖੋ ਭਾਈ ਐਸੀ ਗੱਲ ਨਹੀਂ ਤੂੰ ਸਿੱਖ ਲੈਣਾ ਮੈਂ ਕਾ ਤੂੰ ਸਿੱਖਾ ਪਹਿਲਾਂ ਉਹਨਾਂ ਨੂੰ ਅੱਡ ਕਰਾ ਕੇ ਰੱਖਦਾ ਕਿ ਇਹਨੇ ਕਰਾਇਆ ਨਾ ਇਹਦੀ ਵਜ੍ਹਾ ਨਾਲ ਹੋਇਆ ਨਾ ਦੇਖੋ ਭਾਈ ਮੇਰੇ ਕੋਲ ਜੇ ਤੂੰ ਛੋਟੀ ਜਿੱਤ ਇਹ ਗੱਲ ਹੋਊਗੀ ਵੀ ਬਾਪੂ ਸਾਡਾ ਇੱਧਰ ਆ ਗਿਆ ਚਲ ਕੋਈ ਢਿੱਲ ਮਿੱਠਾ ਮੈਂ ਪਾ ਦੂੰਗਾ ਜੇ ਛੋਟੇ ਜੇ ਇਹ ਜਿੱਤ ਜੋਗੇ ਅਸੀਂ ਰੋਜੇ ਤੋਂ ਭਾਈ ਮੈਂ ਮੂੰਹ ਨਹੀਂ ਪਾਉਂਦਾ ਮੈਂ ਤਾਂ ਜਾ ਕੇ ਤਾਂ ਉਧਰ ਬਹਿ ਜਾਊਂਗਾ ਮੈਂ ਪੱਲੇ ਦੱਸਦਾ ਤੁਹਾਨੂੰ ਲੈ ਬਾਪੂ ਪਹਿਲਾਂ ਵੀ ਤਾਂ ਪਾਉਂਦੇ ਹੀ ਹੁੰਦੇ ਸੀ ਤੂੰ ਸੁਣੀ ਉਹੀ ਫਿਰ ਹੁਣ ਤੂੰ ਤਾਂ ਬਣਾ ਕਰੇ ਕਰਦਾ ਨਹੀਂ ਮੈਂ ਪਾ ਦਿਆ ਕਰੂੰਗਾ ਅੱਜ ਤਾਂ ਰੋਜੇ ਤਾਂ ਨਹੀਂ ਪਾਈ ਜਾਊਂ ਛੋਟਾ ਵੀ ਹੱਕ ਬਣਦਾ ਆ ਤੂੰ ਗਲਤੀ ਕੀਤੀ ਵਿੱਚ ਤੇ ਤੇਰਾ ਵੀ ਹੱਕ ਬਣਦਾ ਹੀ ਭਾਈ ਜੇ ਬੰਦਾ ਕਿਤੇ ਕਵੇਲੇ ਉੱਠਿਆ ਕਹਿ ਸਕਦੇ ਬਾਪੂ ਕੱਖ ਪਾ ਦਿਓ ਚਲ ਮੈਂ ਲੇਟ ਉੱਠੀ ਉਹ ਚੱਲ ਜਾਂਦਾ ਜੇ ਤੁਸੀਂ ਰੋਜ਼ ਹੀ ਕਹੋਗੇ ਬਾਪੂ ਪਾਊਗਾ ਉਹ ਭਾਈ ਮਾੜੀ ਗੱਲ ਤੁਹਾਡੀ ਬਾਪੂ ਮੇਰੀ ਗੱਲ ਸੁਣ ਤੇਰਾ ਮੁੰਡਾ ਬੈਠਾ ਇਹਨੂੰ ਤੂੰ ਕਹਿ ਸਕਦਾ ਮੈਂ ਰੋਟੀ ਟੁੱਕ ਕਰਿਆ ਕਰੂੰਗਾ ਕਿ ਇੱਥੇ ਡੰਗਰਾਂ ਨਾਲ ਮੱਥਾ ਮਾਰਿਆ ਕਰੂੰ ਰੋਟੀ ਕਿਹੜਾ ਕਰਤੀ 5-6 ਵਜੇ ਨਹੀਂ ਬੁੜੀਆਂ ਲਾਉਂਦੀਆਂ ਤੂੰ 2:30 ਵਜਾ ਤਾ ਹੋਊਗਾ 2 ਵਜਣ ਵਾਲੇ ਹੋਣਗੇ ਦੇਖੀ ਮੜੇ ਵੇ ਬਣਾ ਦੇਣੀ ਹੈ ਕਿਉਂ ਮੱਚਦੀ ਤੇ ਅੱਗ ਪਾਉਣ ਵਾਲੇ ਤੇਲ ਪਾਉਣ ਵਾਲੇ ਸਾਰੇ ਤੇਲ ਵਾਲੀ ਗੱਲ ਭਾਈ ਮੈਂ ਤਾਂ ਭੁੱਖਾ ਜਿਹਾ ਬੈਠਾ ਹੈਗਾ ਆ ਨਾਲਾ ਦੋਖਣ ਲੱਗ ਗਿਆ ਭੁੱਖੇ ਦੀਆਂ ਬਾਪੂ ਰੋਟੀ ਲਿਆਉਣੀ ਮੈਂ ਬਣਾ ਕੇ ਤੂੰ ਜਾ ਭੱਜ ਕੇ ਲੱਗਿਆ ਪੈਦਾ ਚੱਲ ਚੰਗਾ ਉਹੀ ਗੱਲਾਂ ਪੁੱਠੀ ਬਾਪੂ ਮੈਂ ਰੋਟੀ ਬਣਾਣੀ ਜਾ ਬਾਪੂ ਬਣ ਕੇ ਜਾ ਸੰਨੀ ਪਾਏ ਜਾ ਉਹ ਪਾਉਂਦਾ ਨਹੀਂ ਇਹ ਕਹਿੰਦਾ ਮੈਂ ਤੂੰ ਉਹਨੂੰ ਮੜੇ ਦੱਸਿਆ ਮੜੇ ਬਾਰਾ ਸਿਆਣਾ ਨਾ ਬਣ ਸਿੱਖ ਲੈ ਜਾ ਕੇ ਦਾਂ ਦੂ ਜਾ ਨਾ ਪਾਉਂਦੀ ਨਹੀਂ ਇਹ ਮਨ ਲਾਦੇ ਯਾਰ ਥੋੜਾ ਪਾਉ ਮਿੱਥੇ ਯਾਰ ਕਿਹਦਾ ਥੋੜਾ ਮੈਨੂੰ ਤਾਂ ਤੁਹਾਡੇ ਦੋਨਾਂ ਦੀ ਥੋੜਾ ਪਾਉਣ ਵਾਲਾ ਉਹ ਜਵਾਕ ਵਾਲੀ ਮਸੌਰ ਮਤ ਉਹ ਪਾਉ ਮੈਂ ਪਾਉ ਭਾਈ ਤੂੰ ਵੀ ਮਾੜਾ ਮੋਟਾ ਸਿੱਖ ਲਿਆ ਕਰ ਕੁਛ ਮੈਨੂੰ ਚੜਦਾ ਯਾਰ ਰੀਣ ਜਾ ਹੁੰਦਾ ਨਾ ਤੂੜੀ ਦਾ ਉਹ ਚੜ ਜਾਂਦਾ ਨੱਕ ਨੂੰ ਮੈਂ ਜ਼ੁਕਾਮ ਲੱਗ ਗਈ ਯਾਰ ਗੱਲ ਸੁਣ ਲਓ ਮੇਰੀ ਜਰ ਜਰ ਤਾਂ ਮੈਨੂੰ ਪਤਾ ਨਹੀਂ ਤੇ ਚੁੱਪ ਕਰਕੇ ਮੈਂ ਵੇਚ ਦਿਓ ਬਾ ਵੇਚ ਦੇ ਜਾ ਤੂੰ ਦੇਖ ਕੋਈ ਵਪਾਰੀ ਆਦਾ ਹਾਂ ਫਿਰ ਉਹਨਾਂ ਨੂੰ ਦੇ ਦਿਓ ਕਿੰਨਾ ਉਹਨਾਂ ਨੂੰ ਨਹੀਂ ਪੈਸੇ ਲੈਣੇ ਆ ਪਤਾ ਨਾ ਮੈਂ ਤਾਂ 5000 ਘੱਟ ਵੇਚ ਦੂੰ ਉਹਨਾਂ ਨੂੰ ਮੈਂ ਤਾਂ ਦੱਸ ਦਿੰਦਾ ਆਪਦੀ ਮੱਝਾਂ ਵੀ ਨਾ
ਇਹ ਕੀ ਕਿਹੜੀ ਸਾਣ ਕਰੀ ਜਾਂਦੇ? ਰੀਨ ਚੜ੍ਹਦੀ ਆ ਮੂੰਹ ਬੰਨ ਲਾ, ਇੱਕ ਮੈਸ ਆ ਗਈ, ਬੱਤੀ ਪਸ਼ੂ ਆ, ਕਿੱਡਾ ਕੰਮ ਆ ਉਹ ਦੇਖ ਲਾ। ਕਹਿੰਦੇ ਮੈਂ ਚੁੱਲ੍ਹੇ ਦੇ ਨਹੀਂ ਲੋਟ ਆਉਂਦਾ। ਇਹ 5 ਮਿੰਟਾਂ ਦਾ ਕੰਮ ਨਹੀਂ, ਉਹ ਸਿੱਟ ਕੇ ਚੀਜ਼ ਤਾਂ ਸਾਈਂ ਕਰਨਾ ਮਾੜਾ, ਇਹਦੇ ਬੁੱਤੇ ਮੂਠੀ ਦਾਣਾ ਲਾ ਦੇ, ਇਹਦਾ ਨਹੀਂ ਕੰਮ ਲੋਟ ਆਉਣਾ। ਇਹ ਤਾਂ ਕੋਈ ਸਕੀਮ ਲਾਉਣੀ ਪਊ ਤੈਨੂੰ, ਜਦੋਂ ਅੱਜ ਰੋਜ਼ ਪਾਉਣ ਲੱਗ ਗਿਆ, ਗੱਲ ਪਾਉਣ ਦੇ ਨਹੀਂ, ਪਾ ਤਾਂ ਰੋਜ਼ ਦੇਵਾਂਗੇ, ਫਿਰ ਇਹ ਕੰਮ ਤੇ ਕਿਵੇਂ ਲੱਗਣਗੇ? ਯਾਰ ਕੋਈ ਨਹੀਂ, ਲਾਉਣੇ ਕੋਈ ਜੁਗਾੜ। ਯਾਰ ਪਸ਼ੂਆਂ ਦਾ ਕੀ ਦੋਸ਼ ਆ, ਕਿ ਇਹਨਾਂ ਦਾ ਪਾ ਜਾਂਦਾ ਵਿਚਾਰੀ ਨੂੰ ਭੁੱਖੀ ਰਿਹਾਈ ਹੈ, ਬਾਅਦ 'ਚ ਦੇਖਦੇ ਹਾਂ। ਹੋਰ ਲਿਆਵਾਂ ਪੁੱਤ ਰੋਟੀ? ਨਾ ਬੇਬੇ, ਬਸ ਬੇਬੇ ਹੁਣ ਜਾਮ ਖੇਤ ਆ। ਅੱਛਾ ਪੁੱਤ, ਮੱਝ ਨੂੰ ਸੰਨੀ ਕਰਦੀ? ਕੋਈ ਨਾ ਪੁੱਤ, ਕਰ ਦੂੰਗੀ। ਨਹੀਂ ਮੈਂ ਕਰ ਦਿੰਦਾ ਸਰ, 3 ਵਜੇ ਵਾਰੀ ਹੈ ਮੇਰੀ। ਚੱਲ ਕੋਈ ਨਾ ਭਾਈ, ਮੈਂ ਕਰ ਦੂੰਗੀ। ਕੋਈ ਨਹੀਂ, ਮੈਂ ਮੋਟਰ ਛੱਡ ਕੇ ਵੀ ਲਾ ਲੈਂਦਾ ਪਾਣੀ, ਨਹਿਰੀ ਪਾਣੀ ਆ, ਤਾਂ ਕਰਕੇ ਔਖਾ, ਮੈਂ ਫਸਲ ਲਾ ਜਾਂਦਾ ਵਧੀਆ। ਉਹ ਤਾਂ ਠੀਕ ਹੈ ਪੁੱਤ ਤੇਰੀ ਗੱਲ, ਉਧਰਾਂ ਝੋਨਾ ਵੱਡਿਆ ਜਾਊਗਾ ਤਾਂ ਕਰਕੇ। ਤੂੰ ਖਾ ਲਈ ਬੇਬੇ ਰੋਟੀ? ਹਾਂ ਹਾਂ ਖਾ ਲਈ ਪੁੱਤ ਰੋਟੀ, ਤਾਂ ਫਿਰ ਮੈਂ ਕਰਾਂ ਪੁੱਤ ਸੰਨੀ ਹੋਣੀ ਕਿ 10-20 ਮਿੰਟ ਠਹਿਰ ਕੇ ਕਰਦਾ। 3 ਵਜੇ ਕਰ ਲਈ, ਅਜੇ ਟਾਈਮ ਪਿਆ। ਬਸ 15-20 ਮਿੰਟ ਹੀ ਰਹਿੰਦੇ ਨੇ ਪੁੱਤ, ਹੌਲੀ ਹੌਲੀ ਪਾਊਂਗੀ ਵੀ ਫਿਰ ਮੈਂ ਕਰਦਾ ਫਿਰ। ਚੱਲ ਬੇ ਮਨਾ ਭਾਵਾਂ ਸੰਨੀ। ਠੀਕ ਹੈ ਬੂਟੇ ਦੇ ਬਾਪੂ? ਠੀਕ ਆ ਠੀਕ ਆ ਵਧੀਆ। ਆ ਮੈਨੂੰ ਟੋਕਰਾ ਦੇ, ਮੈਂ ਕੱਖ ਪਾਉਣੇ ਆ। ਉਹ ਕੱਖ ਹੁਣ ਤੂੰ ਪਾ ਕੇ ਜਾਏਂਗੇ ਇੱਧਰ? ਉਹ ਦੂਜੇ ਦੇ ਪਾਉਣੇ ਆ, ਵੱਡੇ ਦੇ, ਉਹਨਾਂ ਦੇ ਹੈ ਨਹੀਂ ਟੋਕਰਾ। ਜੇ ਤੱਕ ਦਿਨ ਉਹਨੇ ਕੱਖ ਖੰਡਾ ਪਾਇਆ ਹੋਵੇ ਤਾਂ ਤਾਂ ਪਤਾ। ਤੂੰ ਵੱਡੇ ਦੇ ਕਹਿਣਾ, ਹੁਣ ਮੈਂ ਤੈਨੂੰ ਛੋਟੇ ਦੇ ਕਹਿਣਾ। ਫਿਰ ਉਹ ਕਹਿੰਦਾ ਮੈਂ ਵਾਂ ਖੇਤ ਜਾਣਾ ਹੈ, ਕਹਿੰਦਾ ਤੂੰ ਕੱਖ ਪਾ ਦੀ, ਮੈਂ ਦੇ ਟੋਕਰਾ, ਮੈਂ ਟੋਕਰਾ ਲੈਣ ਆਈ ਆ। ਨਾਲੇ ਤੈਨੂੰ ਰੋਟੀ ਪਾਣੀ ਛੱਡ ਤੂੰ, ਤੂੰ ਦੱਸ ਤੈਨੂੰ ਰੋਟੀ ਪਾਣੀ ਟਾਈਮ ਨਾਲ ਦੇ ਦਿੰਦੇ ਆ? ਬਸ ਵਾਹਵਾ ਜਾ ਵਾਹਵਾ ਜਾ। ਉਹ ਕਿਵੇਂ? ਪਤਾ ਹੀ ਹੈ, ਉਹੀ ਹਾਲ ਹੈ ਬਸ, ਤੁਰ ਗਈ ਪੇਕਿਆਂ ਨੂੰ। ਕਹਿੰਦੀ ਮਾਂ ਤੂੰ ਪਕਾ ਰੋਟੀਆਂ ਜੀਰੀ ਜੂਰੀ ਵਾਲੇ ਦੇ, ਮੇਰੇ ਤਾਂ 2-3 ਦਿਨਾਂ 'ਚ ਹੀ ਬੁਰਾ ਹਾਲ ਕਰਤਾ। ਉਹ ਮੈਂ ਤਾਂ ਪਿਆ ਸੀ ਵਧੀਆ, ਮੈਂ ਚੱਲ ਆਹ ਆਪ ਹੀ ਕਰੀ ਜਾਣਗੇ। ਇੱਕ ਮੈਸ ਆ ਗਈ ਅਤੇ ਮੈਨੂੰ ਆ ਕੇ ਬੋਚ ਕੇ ਦੇਣੇ, ਕਹਿੰਦੀ ਬਾਪੂ ਸੰਨੀ ਆ ਹਰਾ ਦੇ ਮੈਸ ਨੂੰ। ਮੈਂ ਕਿਹਾ ਭਾਈ ਮੈਂ ਕਿਉਂ ਰਹਾਂ, ਤੁਸੀਂ ਆਪਦੇ ਰਹੋ ਨਾ ਰਹੋ, ਅੱਗੇ ਮੈਂ ਤਾਂ ਜਾਣਦੀ ਨਹੀਂ। ਅਤੇ ਉਹ ਆਪਣਾ ਸਰਦਾਰ ਜੀ ਕਹਿੰਦਾ ਮੈਨੂੰ ਤਾਂ ਤੂੜ ਕੋਈ ਚੜ੍ਹਦੀ ਹੈ, ਅੱਗੇ ਤੂੰ ਪਾ ਕੇ ਆ। ਮੈਂ ਭਾਈ 2:30 ਰੋਟੀ ਨਹੀਂ ਦਿੱਤੀ ਮੈਨੂੰ ਹਜੇ ਤੱਕ, ਅੱਗੇ ਮੈਂ ਕਿਹੜਾ ਖਾਧੀ ਹੈ? 2 ਪੈਟ ਕਿ 3 ਲੇਜੀ ਦੇ ਖਾ ਲਏ ਸੀਗੇ, ਇੱਕ ਮੈਂ ਕੁਲਚਾ ਦੇ ਖਾ ਲਿਆ ਸੀ। ਆਪ ਤਾਂ ਭਾਈ ਡਾਕੜੀ ਅਤੇ ਦੂਜਾ ਭਾਵੇਂ ਤੁਰਿਆ ਫਿਰੇ। ਆਪਾਂ ਤਾਂ ਪਹਿਲਾਂ ਵੀ ਨੌਕਰ ਲੱਗੇ ਹੋਏ ਸੀ, ਇੰਨਾ ਮੁਰ ਇਹਨਾਂ ਨੂੰ ਅੱਡ ਕਰਕੇ ਵੀ ਨੌਕਰੀ ਲੱਗ ਗਏ ਆਪਾਂ ਤਾਂ। ਉਹ ਨੌਕਰ ਤਾਂ ਨੌਕਰ ਆ ਜਿਹੜਾ ਆਪਾਂ ਨੂੰ ਪਾੜ ਕੇ ਧਰਤਾ ਇਹਨਾਂ ਨੇ, ਮੈਨੂੰ ਤਾਂ ਇਹਦਾ ਵਾਜਦੂ ਵੱਡਾ ਦੁੱਖ ਹੋਈ ਜਾਂਦਾ ਗਾ। ਤੂੰ ਉੱਧਰ ਕੰਮ ਕਰੀ ਜਾਂਦੀ ਆ, ਮੈਂ ਇੱਧਰ ਕੰਮ ਕਰੀ ਜਾਂਦਾ, ਇਹ ਮੌਜਾਂ ਨਾਲ ਉਹੀ ਤਾਂ ਉਹੀ ਕੰਮ। ਆਪਾਂ ਸਾਨੂੰ ਵਿਚਾਰੇ ਆਪਣੀ ਜਾਨ ਫਸ ਗਈ। ਇੱਧਰ ਨਾਲ ਤਾਂ ਆਪਾਂ ਆਪਦੀਆਂ 2 ਗੁੱਲੀਆਂ ਅੱਡੀ ਲਾ ਕੇ ਖਾ ਲਿਆ ਕਰਦੇ ਤਾਂ ਠੀਕ ਸੀ। ਉਹ ਇਰਾਦਾ ਤਾਂ ਐਂ ਸੀ, ਉਹ ਚੱਲ ਮੈਨੂੰ ਐਂ ਸੀਗਾ ਵੀ ਚੱਲ ਤੂੰ ਉੱਧਰ ਵਗ ਜਾਏਗੀ, ਮੈਂ ਇੱਧਰ ਆ ਜਾਊਂਗਾ, ਵੀ ਦੋਨਾਂ ਨੂੰ ਸਮਝਾ ਕੇ ਕੰਮ ਚੱਲ ਜੂ। ਆਪਾਂ ਤਾਂ ਮੈਂ ਤਾਂ ਫਸਾਉਣ ਸਮਝਾਉਣ ਦੇ ਚੱਕਰ 'ਚ ਆਪ ਹੀ ਫਸ ਗਿਆ। ਇਹ ਮੈਥੋਂ ਕੰਮ ਕਰਾਈ ਜਾਂਦੇ ਆ, ਸਕੀਮ ਲਾ ਗਏ। ਮੈਂ ਦੱਸਿਆ ਸਕੀਮ ਲਾ ਗਏ ਬਈ, ਇਹਨੇ ਰਾਏ ਬਣਾਈ ਸੀ ਜਾਣ ਕੇ ਨਾ, ਸਕੀਮ ਲਾ ਗਏ। ਇਹਨਾਂ ਨੂੰ ਪਤਾ ਸੀਗਾ ਉੱਧਰ ਮਾਂ ਕੰਮ ਕਰੀ ਚੱਲੂਗੀ, ਇੱਧਰ ਇਹ ਕਰੀ ਚੱਲੂਗਾ, ਸਕੀਮ ਲਾ ਗਏ। ਕੋਈ ਗੱਲ ਨਹੀਂ, ਜੇ ਸਕੀਮ ਲਾ ਗਏ ਆਪਾਂ ਕਿਹੜਾ ਲਾਉਣ ਨਹੀਂ ਜਾਣਦੇ। ਕੋਈ ਗੱਲ ਨਹੀਂ, ਮੈਂ ਕਰਦਾ ਕੁਛ ਨਾ ਕੁਛ, ਤੂੰ ਹੁਣ ਕਰ ਕੋਈ ਨਹੀਂ, ਮੈਂ ਕਹਾਂਗਾ ਪਾ ਦਿਆ, ਤੂੰ ਟੋਕਰਾ ਲੈ ਲਈ। ਚੱਲ ਤੂੰ ਐਂ ਕਰ, ਤੂੰ ਵਗ ਜਾ, ਸੰਨੀ ਮੈਂ ਹੀ ਰਾਜੂ। ਚੰਗਾ ਆਹ ਤੂੰ ਵਗ ਜਾ, ਕਹਿੰਦੀ ਰਾਜੀ ਬਸ, ਮੈਂ ਰਾਜੂ ਕੋਈ, ਤੂੰ ਜਾ ਤਾਂ ਕੰਮ ਕਰ, ਆਹ ਮੈਂ ਰਾਜੂ, ਮੈਂ ਕਹਿੰਦਾ ਥੱਕ ਜੂੰਗਾ। ਇਹ ਤਾਂ ਇੰਨਾ ਸੋਚਦਾ ਮੇਰੇ ਬਾਰੇ। ਕੁੜੇ ਪੁੱਤ ਅਮਨ ਉੱਧਰ ਝਾੜੇ ਆਉਂਦੀ, ਪੁੱਤ ਪੈਰ ਮੈਂ ਪੋਚਾ ਲਾਉਣ ਲੱਗ ਰਹੀ ਹਾਂ, ਇੱਥੇ ਕਿਉਂ ਰੇਤਾ ਝਾੜਤਾ? ਫਿਰ ਕਿੱਡੀ ਕੁ ਗੱਲ ਹੈ, ਜੇ ਇੱਥੇ ਪੈਰ ਝਾੜੇ ਗਏ ਕੋਈ ਨੀ, ਲਾ ਲਈ ਸਾਰਾ ਦਿਨ ਵਿਹਲ ਕੋਈ ਰਹਿੰਦੀ ਹੈ, ਪੋਚਾ ਕਾਹਦਾ ਲਾਉਣ ਲੱਗ ਗਈ, ਸਾਨ ਕਰਤਾ। ਪੁੱਤ ਜੇ ਤੂੰ ਉੱਧਰ ਝਾੜ ਲੈਂਦੀ ਪੈਰ, ਤੈਨੂੰ ਕੀ ਹੋਣ ਲੱਗ? ਬੇਬੇ ਮੈਂ ਥੱਕੀ ਆਈ ਆ, ਬਾਲੀ ਪਕਾਈ ਨਾ ਕਰ, ਨਾਲੇ ਹੱਥ ਧੋ ਕੇ ਮੈਨੂੰ ਪਾਣੀ ਲਿਆ ਦੇ, ਫਿਰ ਕੁੱਟ ਚਾਹ ਦੀ ਬਣਾ ਦੀ। ਲਿਆ ਦਿੰਦੀ ਆ ਭਾਈ, ਮੈਂ ਤਾਂ ਫੇਰ ਲਾ ਲੂੰਗੀ ਪੋਚਾ, ਬਾਹਰੋਂ ਆ ਕੇ ਸੱਸਾਂ ਤੋਂ ਪਾਣੀ ਮੰਗਦੀਆਂ ਨੇ। ਓਹੋ ਬਾਪੂ ਬੈ ਕਾ ਤੋ ਗਿਆ ਤੇ ਹੋਰ ਮੈਂ ਸਾਲਾ ਲਾਉਣ ਲੱਗ ਜਾ, ਕੀ ਕਰਕੇ ਆ ਇੱਧਰ?
ਪਸ਼ੂਆਂ ਨੂੰ ਕੱਖ ਪਾ ਕੇ ਹੋਰ ਕੀ ਕਰਨਾ ਸੀ ਜਿਹੜੇ ਤਾਂਸਲੇ ਭਰੇ ਪਏ ਨੇ ਗੋਹੇ ਦੇ ਉਹ ਰੇੜੀ ਚ ਪਾ ਦੇ ਆਥਣੇ ਦਾ ਖੇਤ ਜਾਂਦਾ ਹੁਣ ਸਿੱਟੇ ਤੇ ਹੁਣ ਗੋਹਾ ਵੀ ਮੈਂ ਪਾਉ ਬਾਪੂ ਹੋਰ ਕੌਣ ਪਾਉ ਹੋਰ ਅਸੀਂ ਤੇਰੇ ਉਹ ਮੂੰਹ ਦੇਖਣਾ ਆਰਤੀ ਤਾਰਨੀ ਆ ਕੰਮ ਕਰਨ ਵਾਸਤੇ ਨਾਲ ਰੱਖਿਆ ਸੀ ਤੇ ਕੰਮ ਮੈਥੋਂ ਕਰਾਉਂਗੇ ਮੈਂ ਤੁਹਾਨੂੰ ਕਹਦੇ ਬਾਤ ਤੇ ਬਹਿ ਕੇ ਲਿਆਂਦਾ ਸੀਗਾ ਵੀ ਘਰੇ ਕੰਮ ਕਰਨੀ ਆ ਤੁਸੀਂ ਮੈਥੋਂ ਕੰਮ ਪਾ ਲੈ ਜਾਂਦੇ ਹੋ ਛੋਟੀ ਮਾਂ ਉਧਰ ਪਾ ਗਈ ਉਹ ਤਾਂ ਮਾਂ ਤੋਂ ਕਰਾਈ ਜਾਂਦੇ ਆ ਛੋਟੀ ਤਾਂ ਹੱਦ ਹੀ ਹੋ ਗਈ ਮੈਂ ਰੋਟੀ ਬਣਾ ਕੇ ਖਵਾਈ ਜਾਂਦੀ ਆ ਨਾ ਇੰਨੇ ਹੀ ਮੇਰਾ ਸ਼ੁਕਰਗੁਜ਼ਾਰ ਕਰੋ ਚੁੱਪ ਕਰਕੇ ਨਾਲੇ ਗੋਹਾ ਰੇੜੀ ਚ ਪਾ ਦੇ ਨਾਲੇ ਉਹਦਾ ਖੇਤ ਜਾਈ ਰਵੀ ਕਹਿ ਕੇ ਗਿਆ ਮੈਨੂੰ ਫਿਰ ਤੁਸੀਂ ਮੈਨੂੰ ਕੰਮ ਵਾਸਤੇ ਰੱਖ ਲਿਆ ਮੈਂ ਤਾਂ ਨੌਕਰ ਬਣਾ ਲਿਆ ਮੈਂ ਘਰ ਦਾ ਕਹਦਾ ਉਹ ਫਿਰ ਨੌਕਰਿਆ ਹੋਰ ਕੀ ਆ ਹੁਣ ਤੋਂ ਚੱਲ ਕੋਈ ਗੱਲ ਨਹੀਂ ਐਂ ਸਹੀ ਗੋਹਾ ਤਾਂ ਮੈਂ ਪਾ ਦਿੰਦਾ ਕੋਈ ਗੱਲ ਨਹੀਂ ਜਾ ਤੂੰ ਕਰ ਕੰਮ ਆਹੋ ਮੈਨੂੰ ਜ਼ੁਬਾਨ ਜੀ ਲੜਾਉਣ ਦੀ ਲੋੜ ਨਹੀਂ ਬਾਪੂ ਉਹ ਜਾ ਜਾ ਵਗ ਜਾ ਮੈਂ ਤੇਰੇ ਨਾਲ ਬੋਲ ਕੇ ਰਾਜੀ ਨਹੀਂ ਮੁੰਡਾ ਆਜੂ ਮੈਂ ਮੁੰਡੇ ਨਾਲ ਗੱਲ ਕਰ ਲੂੰ ਬਸ ਮੁੰਡੇ ਨਾਲ ਕੀ ਗੱਲ ਕਰਨੀ ਆ ਤੂੰ ਬਸ ਮੇਰੇ ਦੇ ਨਾਲ ਬਾਦੂ ਐਵੇਂ ਸਿਰ ਤੇ ਚੜੀ ਜਾਣਾ ਮੈਂ ਤੈਨੂੰ ਕਹਿਦਾ ਤੂੰ ਗੋਹਾ ਪਾਉਣ ਨੂੰ ਕਿਹਾ ਮੈਂ ਪਾ ਦਿੰਦਾ ਬਸ ਤੂੰ ਆਦਾ ਕੰਮ ਕਰ ਜਾ ਕੇ ਕੰਮ ਕੁਮ ਮੈਂ ਕਹਤੋ ਕਰਾਂ ਕੰਮ ਤਾਂ ਮੈਂ ਸਾਰੇ ਤੇਰੇ ਤੋਂ ਕਰਾਇਆ ਕਰੂ ਦੇਖੀ ਚੱਲੀ ਹਜੇ ਤੂੰ ਇਹਨਾਂ ਦਾ ਬੜਾ ਠਾਕ ਠਾਕਾ ਪਾ ਲਿਆ ਬੜੀ ਸਕੀਮ ਲਾਈ ਦੋਨੇ ਭਰਾਵਾਂ ਨੇ ਇੱਕ ਬੁੜੀ ਨੂੰ ਲੈ ਗਿਆ ਇੱਕ ਬੁੜੀ ਨੂੰ ਲੈ ਗਿਆ ਉਧਰ ਬੁੜੀ ਤੋਂ ਕੰਮ ਕਰਾਈ ਜਾਂਦੀ ਆ ਆਪ ਵੇਖੀ ਵੱਜੀ ਇੱਧਰ ਮੈਥੋਂ ਕਰਾਈ ਜਾਂਦੀ ਆ ਕੋਈ ਗੱਲ ਨਹੀਂ ਜ਼ਮੀਨ ਤਾਂ ਹਜੇ ਮੇਰੇ ਨੋਂ ਹੀ ਆ ਨਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਦਿਖਾਉਣਾ ਪੰਜੀ ਦਾ ਕੌਣ ਵੀ ਐਂ ਗੋਹਾ ਸਟਾਈ ਜਾਂਦਾ ਬੁੜਿਆਂ ਤੋਂ ਚਲ ਕੋਈ ਗੱਲ ਨਹੀਂ ਜੇ ਤੁਸੀਂ ਸਕੀਮ ਲਾਉਣ ਜਾਣਦੇ ਹੋ ਸਕੀਮ ਲਾਉਣ ਮੈਂ ਵੀ ਜਾਣਦਾ ਜੇ ਸੋਥੋਂ ਨਾ ਪਰੀ ਹੱਥ ਲਵਾਏ ਤੇ ਮੈਨੂੰ ਚਰਨਾ ਕਿਹੜਾ ਕਹੂਗਾ ਆਈ ਗਈ ਮੋੜੇ ਆਈ ਹੈ ਤੂੰ ਹੋਰ ਆਉਣੀ ਸੀ ਉੱਥੇ ਬੈਠਣਾ ਸੀਗਾ ਅੱਧਾ ਦਿਨ ਵੱਧ ਲਾਇਆ ਤੂੰ ਵੱਧ ਲਾਇ ਨਾਲੇ ਹੋਰ ਤੈਨੂੰ ਪਤਾ ਮੈਂ ਤੇਰੇ ਬਗੈਰ ਮੇਰਾ ਜੀ ਨਹੀਂ ਲੱਗਦਾ ਆਹੋ ਮੈਨੂੰ ਪਤਾ ਹੈ ਉਹਨੂੰ ਲੱਗ ਰਿਹਾ ਹੈਗਾ ਕਰ ਰਿਹਾ ਹੋਰ ਬੇਬੇ ਵਿਚਾਰੀ ਕਰ ਲਈ ਔਖੀ ਹੋਈ ਗਈ ਇੱਥੇ ਕੰਮ ਕਰਦੀ ਕੋਈ ਨਾ ਕਿਧਰੇ ਨਹੀਂ ਬੇਬੇ ਨੂੰ ਫਰਕ ਪੈਂਦਾ ਕੰਮ ਨਾਲ ਚਰਾਏ ਕਿਉਂ ਮੱਛੀ ਛੜੀ ਬੈਠੀਆਂ ਤੂੰ ਗੱਲ ਵੀ ਦੱਸ ਕੀ ਹੋਈ ਹੈ ਹੁਣ ਤਾਂ ਕੋਈ ਗੱਲ ਨਹੀਂ ਹੈਗੀ ਹੁਣ ਤਾਂ ਖੁਸ਼ ਹੋਣਾ ਅੱਜ ਤੋਂ ਮੈਂ ਤਾਂ ਖੁਸ਼ ਹੀ ਆ ਮੈਨੂੰ ਹੋਰ ਕੀ ਹੋਣਾ ਸੀ ਖੁਸ਼ੀ ਤੇਰੇ ਮੂੰਹ ਤੇ ਦਿਸਦੀ ਨਹੀਂ ਪਈ ਨਾ ਮੈਨੂੰ ਹੋਰ ਕਿਵੇਂ ਆਉਗੀ ਪੁੱਠੇ ਜਵਾਬ ਦੇ ਓਏ ਚਾਹ ਕਹਿ ਕੀ ਆਈ ਸੀ ਬੇਬੇ ਨੂੰ ਵੀ ਘੁੱਟ ਚਾਹ ਦੀ ਦੇ ਦੇ ਉਹ ਤਾਂ ਆਪ 2 ਘੰਟੇ ਲਾਇਆ ਆਈ ਤੇ ਤੂੰ ਬਣਾ ਲੈ ਦੀ ਚਾਹ ਜੇ ਘੁੱਟ ਚਾਹ ਦੀ ਦੇ ਦੂ ਕਿੱਡੀ ਕੁ ਗੱਲ ਐ ਚਲ ਕੋਈ ਗੱਲ ਤੂੰ ਵੀ ਥੱਕੀ ਆਇਆ ਨਾ ਗੁੱਸੇ ਨਾਲ ਨਹੀਂ ਆ ਗਈ ਧੀ ਆ ਗਈ ਬੇਬੇ ਤੈਨੂੰ ਵੀ ਨਾ ਸਬਰ ਨਹੀਂ ਆਉਂਦਾ ਜਿੰਨਾ ਚਿਰ ਦੋਨਾਂ 'ਚ ਲੜਾਈ ਨਾ ਹੋਵੇ ਲੈ ਪੁੱਤ ਮੈਂ ਕਾਹਦੀ ਲੜਾਈ ਪਵਾਤੀ ਮੈਂ ਤਾਂ ਰਸੋਈ 'ਚ ਚਾਹ ਬਣਾਈ ਜਾਂਦੀ ਸੀ ਬੋਲੀ ਤਾਂ ਤੁਸੀਂ ਜਾਣਦੇ ਹੋ ਆਪਸ 'ਚ ਉਹ ਨਹੀਂ ਬੇਬੇ ਅੱਜ ਤੂੰ ਵੀ ਪੁੱਛਦੇ ਗੱਲ ਕੀ ਤੈਨੂੰ ਕੀ ਹੋਇਆ ਕੀ ਯਾਰ ਐ ਬੋਲੀ ਨੇ ਬੇਬੇ ਨੂੰ ਮੈਂ ਕੀ ਬੋਲਣਾ ਬੇਬੇ ਨੂੰ ਚਾਹ ਦੀ ਕੁੱਟੀ ਗਈ ਏ ਕੋਈ ਮੈਂ ਫਾਹਾ ਤਾਂ ਨਹੀਂ ਦਿੱਤਾ ਚਲ ਕੋਈ ਗੱਲ ਪੀ ਲੈ ਧੀ ਪੀ ਲੈ ਲਿਆਤੀ ਕਰ ਪੁੱਛਦਾ ਮੈਂ ਕੀ ਗੱਲਬਾਤ ਹੋਈ ਚਾਹ ਪੀ ਲੈ ਚਾਹ ਬੇਬੇ ਤੈਂ ਪੀ ਲੈ ਚਾਹ ਪੁੱਤ ਦੇ ਸਾਹਮਣੇ ਬੇਬੇ ਢੰਗ ਜੇ ਨਾ ਕਰਿਆ ਕਰ ਮੈਂ ਖਾ ਪੀ ਲੈਣੀ ਆ ਨਾਲੇ ਹਜੇ ਕਹਿ ਦਿੰਦੀ ਆ ਕਿ ਮੈਨੂੰ ਕੋਈ ਨਾ ਨਹੀਂ ਲੈਂਦੇ ਹੈਗੇ ਜਦੋਂ ਇਕੱਠ 'ਚ ਸੀਗੇ ਉਹ ਤਾਂ ਬਥੇਰਾ ਪਾਈ ਪਾਈ ਕੰਮ ਕਰਦੀ ਸੀ ਆਹ ਹੁਣ 2 ਰੋਟੀਆਂ ਲਾਉਣੀਆਂ ਪੈਣੀਆਂ ਐ ਮੱਚ ਕੇ ਕੋਲੇ ਹੋ ਜਾਂਦੀ ਹੈਗੀ ਨਹੀਂ ਨਹੀਂ ਧੀ ਮੈਂ ਕਦੋਂ ਕਹਿ ਤੈਨੂੰ ਮੈਂ ਕਰੀ ਤਾਂ ਜਾਂਦੀ ਆ ਕੰਮ ਮੈਂ ਤੈਨੂੰ ਜਵਾਬ ਦਿੱਤੇ ਕੰਮ ਤੋਂ ਪੁੱਤ ਦੇ ਸਾਹਮਣੇ ਐ ਰਹਿੰਦਾ ਵੀ ਕਿਤੇ ਆਹਣਾ ਹੋ ਜੇ ਇਹ ਮੈਂ ਤਾਂ ਉਹਨਾਂ 'ਚ ਲੜਾਈ ਕਰਾ ਕੇ ਰੱਖਿਆ ਕਰਾਂ 24 ਘੰਟੇ ਬੇ ਪੁੱਤ ਮੈਨੂੰ ਕੀ ਮਿਲੂਗਾ ਤੁਹਾਡੇ 'ਚ ਲੜਾਈ ਕਰਾ ਕੇ ਮੈਨੂੰ ਪਤਾ ਹੀ ਹੈ ਬੇਬੇ ਬਥੇਰੇ ਹੁਣ ਕੰਨ ਭਰੇ ਹੋਣਗੇ ਗਈ ਹੋਈ ਸੀ ਨਾ ਨਹੀਂ ਭਰੇ ਧੀਏ ਮੈਂ ਕੰਨ ਭਰ ਕੇ ਕੀ ਲੈਣਾ ਚੰਗਾ ਤੂੰ ਗਰਮ ਨਾ ਹੋ ਚਾਹ ਪੀ ਲੈ ਮੈਂ ਵੀ ਪੀਨੀ ਆ ਘੁੱਟ ਜਾ ਕੇ ਪੀ ਲੈ ਮੇਰੀ ਧੀ ਪੀ ਲਊਂਗੀ ਹੁਣ 24 ਘੰਟੇ ਬੜਬੜ ਕਰਦੀ ਰਹਿੰਦੀ ਹੈਗੀ ਪਿੱਛੇ ਤਾਂ ਪਤਾ ਨਹੀਂ ਕੀ ਕੰਨ ਭਰੇ ਹੋਣਗੇ 2 ਰੋਟੀਆਂ ਲਾਉਣੀਆਂ ਪੈ ਗਈਆਂ ਔਖਾ ਹੋ ਜਾਂਦਾ ਹੈਗਾ ਦੇਖ ਲੈ ਮਾਂ ਨਾ ਪਈ ਹੈਗੀ ਬੇਬੇ ਹਾਂ ਪੁੱਤ ਕੰਮ ਨਹੀਂ ਕਰਨਾ ਮਾਂ ਨਾ ਪਈ ਹੈ ਤਾਂ ਮੈਨੂੰ ਤਾਂ ਤਾਪ ਹੋ ਰਿਹਾ ਕੁਛ ਨਹੀਂ ਹੋਇਆ ਖੜੀ ਹੋ ਕੰਮ ਕਰ ਮੇਰੇ ਤਾਂ ਪਹਿਲਾਂ ਹੀ ਦਰਦ ਹੋ ਜਾਂਦਾ ਹੈਗਾ ਇਹ ਮੈਨੂੰ ਬੁਖਾਰ ਹੋ ਰਿਹਾ ਸੀਗਾ ਤੁਰਿਆ ਨਹੀਂ ਆਉਂਦਾ ਬੇਬੇ ਮਖੰਡ ਜਿਹਾ ਨਾ ਕਰ ਸਾਰਾ ਕੰਮ ਪਿਆ ਕਰੇ ਕਰਨ ਵਾਲਾ ਅਜੇ ਪੁੱਤ ਅੱਗੇ ਕਦੇ ਪਖੰਡ ਕਰਿਆ ਮੈਂ ਬਹਾਨੇ ਜੇ ਤਾਂ ਬਾਹਰੇ ਕੱਢਦੀ ਹੈ ਬੇਬੇ ਤੂੰ ਕਾਹਨੂੰ ਕੱਢਦੀ ਆ ਪੁੱਤ 24 ਘੰਟੇ ਬਹਾਨੇ ਤਾਂ ਲੱਕ ਲਾ ਰੱਖੀ ਹੈਗੀਆਂ ਤਾਂ ਹੈ ਨੀ ਵੀ ਕੰਮ ਕਰਨਾ ਸਾਰਾ ਪਿਆ ਕਰਨ ਵਾਲਾ ਹਜੇ ਕੁੜਤੀ ਅੱਗੇ ਮੈਂ ਕਿੰਨਾ ਕੁ ਪੈਨੀ ਆ ਜੇ ਅੱਜ ਬੁਖਾਰ ਹੋ ਗਿਆ ਸੀ ਤਾਂ ਹੀ ਪੈ ਗਈ ਮੈਨੂੰ ਤਾਂ ਲੱਗਦਾ ਨੀ ਬੇਬੇ ਤੈਨੂੰ ਕਿਹੜਾ ਬੁਖਾਰ ਚੜ ਰਿਹਾ ਤਈ ਆ ਚਲ ਚੰਗਾ ਪੁੱਤ ਜੇ ਤੈਨੂੰ ਲੱਗਦਾ ਕਰ ਲੈਨੀ ਕੰਮ ਕਰ ਲੈ ਮੈਂ ਤਾਂ ਪਹਿਲਾਂ ਹੀ ਦਰਦ ਨਾਲ ਮਿਲ ਹੀ ਜਾਂਦੀ ਹੈਗੀ ਪੈ ਜਾਂਦੇ ਬਿੰਦ ਮੈਨੂੰ ਓਹੋ 2 ਮਿੰਟ ਲਾ ਲੈਨੇ ਆ
ਇੱਕ ਤੋਂ ਅੱਜ ਬੰਨ ਜਾਂ ਵਾਲਾ ਕੱਢ ਲਾ ਸੀ ਨਾ ਜਾਨ ਲੈਣੀ ਕਰ ਲਈ ਬਾਪੂ ਡੰਗਰ ਨਾ ਕਦੋਂ ਦੇ ਰਿੰਗੀ ਜਾਂਦੇ ਨੇ ਉਹਨਾਂ ਨੂੰ ਪਾਣੀ ਦਿਖਾਇਆ ਜਾ ਉਹ ਕਿਹੜਾ ਪਾਣੀ ਭਾਈ ਚਾਹ ਨਹੀਂ ਕੋਈ ਪਾਣੀ ਨਹੀਂ ਖੇਤੋਂ ਹੁਣ ਆਏਗਾ ਬੱਖਲ ਇਕੱਠੇ ਹੋਏ ਪਿਆ ਹੁਣ ਡੰਗਰਾਂ ਜਾਂ ਵਗਦਾ ਮੈਥੋਂ ਨਹੀਂ ਚਾਹੀਦਾ ਡੰਗਰਾਂ ਡੁੰਗਰਾਂ ਉੱਥੇ ਪੀ ਲਈ ਬਾਪੂ ਪਾਣੀ ਇੱਕ ਨੂੰ ਹਜੇ ਮੈਂ ਲਸਣ ਗੰਡਾ ਛਿੱਲ ਕੇ ਲਾਉਣ ਆਈ ਹੈ ਤੇ ਤੂੰ ਹੁਣ ਆਪ ਬਹਿ ਕੇ ਢਿੱਗ ਢਾਲ ਕੇ ਕੰਮ ਕਰਨ ਦਾ ਤਾਂ ਨਾਂ ਹੀ ਨਹੀਂ ਲੈਂਦੇ ਤੁਸੀਂ ਪਿਓ ਪੁੱਤ ਨਾ ਹੋਰ ਕੰਮ ਕਿਵੇਂ ਹੁੰਦੇ ਹੁਣ ਤਾਂ ਭਾਈ ਇਹ ਖੇਤੋਂ ਆਇਆ ਕੋਈ ਪਾਣੀ ਨਹੀਂ ਪੁੱਛਣਾ ਲੈਣ ਨਹੀਂ ਦੇਣੀ ਉੱਥੇ ਪੀ ਲਈ ਪਾਣੀ ਕੋਈ ਨਾ ਖੁਰਲੀ ਭਰੀ ਪਈ ਆ ਉਹ ਖੇਤ ਵਿੱਚ ਮੈਂ ਪਾਣੀ ਪੀਊਂਗਾ ਉਹ ਖੇਤ ਚ ਪਾਣੀ ਹੁਣ ਨਮੀ ਦਾ ਆਪਾਂ ਮੋਟਰ ਲਵਾਈਏ ਸਾਫ ਪਾਣੀ ਆਉਂਦਾ ਜਾ ਬਾਪੂ ਕਿਤੇ ਮੈਨੂੰ ਆਰੋ ਦਾ ਪਾਣੀ ਨਾ ਪਿਆ ਦਾਂ ਉਹ ਦੇਖ ਲੈ ਇਹ ਫੱਕਰ ਬੰਦੇ ਨੇ ਕਰਕੇ ਕਿੱਥੇ ਭਰੋਗੇ ਆਹੋ ਤੇਰੇ ਵਰਗਾ ਫੱਕਰ ਉਹੀ ਹੈ ਜਿਹੜਾ ਸਵੇਰੇ ਸਾਨੂੰ ਲੱਤਾਂ ਮਾਰ ਮਾਰ ਠੋਂਦਾ ਹੁੰਦਾ ਸੀ ਜਾ ਕੇ ਕੰਮ ਕਰ ਬਾਪੂ ਖੜਾ ਹੋ ਜਾ ਜਾ ਕੰਮ ਨੂੰ ਕਹਿੰਦਾ ਹੀ ਭਾਈ ਕੰਮ ਨੂੰ ਤਾਂ ਕਹੀ ਜਾਂਦਾ ਬਾਪੂ ਮੈਂ ਵੀ ਕੰਮ ਨੂੰ ਕਹਿਨੀ ਆ ਹੋ ਜਾ ਖੜਾ ਕਿਉਂ ਮੇਰਾ ਬਲੱਡ ਵਧਾਵੇਂਗਾ ਬੇ ਤੂੰ ਗੰਡੇ ਛਿੱਲ ਲਾ ਛਿੱਲ ਲਾ ਇਹਨੂੰ ਮਾੜਾ ਮੋਟਾ ਕੋ ਗੂਣ ਕੇ ਵਜੇ ਨਾ ਬੋਲੀ ਜਾਂਦੀ ਰਹਿੰਦੀ ਆ ਉਹ ਤਾਂ ਕੰਮ ਕਰੀ ਜਾਂਦਾ ਬਾਪੂ ਕੰਮ ਕਰਦਾ ਆਥਣ ਦੀ ਸਬਜ਼ੀ ਦੀ ਤਿਆਰੀ ਕਰੀ ਜਾਂਦਾ ਉਹ ਕਰਦਾਗਾ ਤਿਆਰੀ ਹਾਂ ਹੁਣ ਤਾਂ ਮੈਂ ਖੇਤੋਂ ਤੁਰ ਆਇਆਗਾ ਜੀ ਆਹ ਲੈ ਲਸਣ ਛਿੱਲਤਾ ਤੇ ਗੰਡੇ ਕੌਣ ਚੀਰੂਗਾ ਆ ਕੰਮ ਤੇ ਆ ਗਿਆ ਤੂੰ ਓਏ ਆ ਰੇ ਟਿਕਣ ਨਹੀਂ ਦਿੰਦੀ ਕਹਿੰਦੀ ਵੇਲਾਂਗਾ ਵੇਲਾਂਗਾ ਬਾਪੂ ਸਾਗ ਧਰਨਾਗਾ ਹੁਣ ਤੈਨੂੰ ਪਤਾ ਹੀ ਹੈ ਕਿੰਨਾ ਲਸਣ ਪੈਂਦਾ ਫਿਰ ਕੀ ਕੱਸ ਗਿਆ ਇਹ ਜੇ ਲਸਣ ਛਿੱਲ ਲਿਆ ਨੇ ਨਾ ਹੁਣ ਤੇਰੇ ਮਗਰ ਕਿਉਂ ਪਈ ਵੀ ਇਹ ਹੁਣ ਪਾਣੀ ਦਿਖਾਣਾ ਯਾਰ ਡੰਗਰਾਂ ਨੂੰ ਪਸ਼ੂਆਂ ਚ ਵਗ ਜਾ ਰੋਹਾ ਦਿਖਾ ਦੂਗਾ ਕੋਈ ਨਾ 2 ਮਿੰਟ ਪਾਣੀ ਪੂਣੀ ਤਾਂ ਪਿਆ ਦੇ ਉਹਨੂੰ ਪਹਿਲਾਂ ਪਾਣੀ ਇੱਥੇ ਪੀ ਲੂਗਾ ਹੁਣ ਲੈ ਜਾ ਕੇ ਖੇਲ ਚ ਪੀਣਾ ਤੇ ਖੇਲ ਚ ਨਹੀਂ ਪੀਂਦਾ ਜਿਹੜੀ ਉਹਦੇ ਟੂਟੀ ਲੱਗੀ ਹੋਈ ਖੇਲ ਤੇ ਟੈਂਕੀ ਦਾ ਸਾਫ ਪਾਣੀ ਆ ਉਹਦੇ ਤੇ ਪੀ ਲੂਗਾ ਘੁੱਟ ਪਾਣੀ ਦੀ ਆ ਜੇ ਤੂੰ ਗਲਾਸ ਫੜਾਈ ਤੇਰੇ ਹੱਥ ਟੁੱਟਦੇ ਫਿਰ ਤੂੰ ਬੋਲਦਾ ਕਿਵੇਂ ਆ ਤੁਸੀਂ ਨਾ ਕਰੇ ਕਰੇ ਕਰਦਾ ਨਾ ਜੋ ਚੁੱਪ ਕਰ ਜਾ ਬਸ ਮੈਂ ਜਾਣਦਾ ਤੇਰੇ ਚ ਕਿੰਨੀ ਕੁ ਪਹੁੰਚ ਆ ਦੰਦ ਕੱਢਣਾ ਨਹੀਂ ਕੱਲਾ ਇੱਕ ਇੱਕ ਨਹੀਂ ਲੋਟ ਆਉਂਦੀ ਇਹਨਾਂ ਤੋਂ ਜੇ ਵਗ ਜਾ ਬਾਪੂ ਵਗ ਜਾ ਬਾਪੂ ਹੋਰ ਵੀ ਕਲੇਸ਼ ਕਰਾਉਣਾ ਹਟਦੇ ਨਹੀਂ ਹੈਗਾ ਫਿਰ ਉਹ ਮੇਰੇ ਮਾਰੂਗਾ ਕੁਝ ਚੱਕ ਕੇ ਅੱਗੇ ਆ ਨਹੀਂ ਪਤਾ ਮੇਰੇ ਹੱਥ 'ਚ ਕਿਹੜਾ ਹਥਿਆਰ ਹੋਵੇ ਤੈਨੂੰ ਕੀ ਹੋ ਗਿਆ ਹੜੀਓ ਉਹ ਤੇਰਾ ਤਾਂ ਪਿੰਡੇ ਬਾਹਰ ਤਾਂ ਪਿਆ ਅੱਗ ਵਰਗਾ ਪਿਆ ਮੈਂ ਕਹਿੰਦਾ ਬੁਖਾਰ ਹੋਇਆ ਪਿਆਗਾ ਚੱਕਰ ਲੱਗ ਰਿਹਾ ਨਾ ਤਾਂ ਖੜੀ ਹੋ ਤੈਨੂੰ ਜਦ ਬੁਖਾਰ ਆ ਤੂੰ ਕਹਿ ਵੀ ਸਕਦੀ ਭਾਈ ਮੈਨੂੰ ਬੁਖਾਰ ਆਗਾ ਕਿੱਥੇ ਮੰਨਦੀਆਂ ਨੇ ਮੰਨਦਾਂਗੇ ਚੱਲ ਇੱਧਰ ਚੱਲ ਤੂੰ ਮੇਰੇ ਨਾਲ ਅੱਜ ਮੈਂ ਦੇਖਦਾ ਐ ਨਹੀਂ ਲੋਟਾਉਂਦੇ ਅੱਜ ਤਾਂ ਮੈਂ ਜਮਾ ਹੀ ਮਾਰ ਦੇਣਗੇ ਇਹ ਹੱਦ ਹੋ ਗਈ ਇਹਨਾਂ ਦੀ ਤਾਂ ਆ ਜਾ ਆ ਜਾ ਚੱਲ ਬਹਿ ਜਾ ਬੈਠਾ ਮਾਰਨਾਗਾ ਬਸ ਇੱਧਰ ਹੀ ਰਹਿ ਬੇਬੇ ਤੂੰ ਲੋੜ ਹੀ ਨਹੀਂ ਬਸ ਉੱਧਰ ਜਾਣ ਦੀ ਹੱਦ ਹੋ ਗਈ ਇਹਨਾਂ ਦੀ ਤਾਂ ਮੈਂ ਉਦੋਂ ਨਹੀਂ ਬੋਲਿਆ ਚੱਲ ਭਾਈ ਸਾਨੂੰ ਉੱਡੋ ਉੱਡੀ ਕਰਤਾ ਮੈਂ ਚੱਲ ਉਹ ਜਾਣੇ ਇਹ ਤਾਂ ਥੋੜੀ ਆ ਉਹ ਤਾਂ ਉੱਧਰ ਕੰਮ ਕਰਾਈ ਜਾਂਦਾ ਮੈਂ ਇੱਥੇ ਇੱਧਰ ਕੰਮ ਕਰਾਈ ਜਾਂਦਾ ਤੁਸੀਂ ਤਾਂ ਚੰਗਾ ਖੇਡ ਬਣਾਏਗਾ ਚੱਲ ਮੰਨੀ ਗੱਲ ਜਿੰਨਾ ਕੁ ਹੁੰਦਾ ਭਾਈ ਇਹ ਕਰੀ ਜਾਂਦੀ ਰਹਿੰਦੀ ਐਂ ਥੋੜੀ ਜਮੀ ਕਰਾਈ ਜਾਓ ਤਾਂ ਹੀ ਉਹ ਵਾਰੀ ਵਾਰੀ ਕਹੀ ਜਾਂਦੇ ਬੇਬੇ ਸਾਡੇ ਨਹੀਂ ਆਉਣ ਦੋ ਬੇਬੇ ਸਾਡੇ ਨਹੀਂ ਆਉਣ ਦੋ ਆ ਦੇਖ ਲਾ ਜਿੱਦੇ ਦੀ ਗਈ ਅੱਧੀ ਗਈ ਅੱਧੀ ਰਹਿ ਗਈ ਡਾਕਟਰ ਨੂੰ ਲਾਵਾਂ ਫੋਨ ਮੈਂ ਲਾਉਣੀ ਪਊਗਾ ਮੈਂ ਲਾਉਣਾਗਾ ਚੱਲ ਲਾ ਲਾ ਨਾ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੇਲੇ ਕਿਆਂ ਨੂੰ ਵੀ ਬੁਖਾਰ 'ਚ ਵੀ ਕੰਮ ਕਰਾਈ ਜਾਂਦੇ ਨੇ ਕਾਕੇ ਮਾੜਾ ਘਰੇ ਆਈ ਆਪਣੇ ਹਾਂਜੀ ਆਉਂਦਾ ਗਾ ਬੇਬੇ ਤੂੰ ਐਂ ਕਰ ਪਾਏ ਜਾ ਪਾਏ ਜਾ ਇੱਥੇ ਮਾੜਾ ਜਾ ਪਾਏ ਦੋ ਮੈਂ ਆਰਾਮ ਕਰ ਲੈ ਇਹਨੇ ਇੱਕ ਗੋਲੀ ਲੈ ਲੈ ਡਾਕਟਰ ਆਉਂਦਾ ਗਾ ਇਹਨੂੰ ਬੁਖਾਰ ਵਾਲੀ ਗੋਲੀ ਲਿਆ ਕੇ ਦੇ ਜਾਂ ਗੋਲੀ ਲਿਆ ਕੇ ਦੇ ਉਹਨੂੰ ਬੇਬੇ ਨੂੰ ਚੱਲ ਬੁਖਾਰ ਪਾਣੀ ਹਾਏ ਉਹ ਤਾਂ ਕੀ ਸਾਡਾ ਮਾੜਾ ਕੰਮ ਕਰਿਆ ਸੀਗਾ ਹਾਏ ਦੋ ਪੁੱਤ ਸੀਗੇ ਐਂ ਸੀਗਾ ਵੀ ਚੱਲ ਸੌਖੀ ਮੋਦੇ ਲੰਘ ਜਾਊਗਾ ਜਿਉਂ ਸੰਭ ਕਦੀ ਬੁਢਾਪਾ ਆਇਆਗਾ ਹੁਣ ਸੰਭ ਕਦੇ ਉਦੋਂ ਵੀ ਔਖੇ ਹੋ ਗਏ ਇਹਨਾਂ ਤਾਂ ਲੈ ਲਿਆ ਕਲਸ ਮੈਂ ਮੈਨੂੰ ਅਸੀਂ ਦੋਨਾਂ 'ਚ ਇੱਕ ਤਾਂ ਚੰਗਾ ਹੋਊਗਾ ਦੋਨਾਂ 'ਚ ਕੋਈ ਵੀ ਨਹੀਂ ਪਾਣੀ ਦੇ ਕਿੱਥੇ ਆ ਲੈ ਬੇ ਗੋਲੀ ਲੈ ਲੈ ਆ ਲੈ ਲੈ ਗੋਲੀ ਮਰਨਾ ਤਾਂ ਨਹੀਂ ਗੋਲੀ ਲੈ ਲੈ ਕੋਈ ਗੱਲ ਨਹੀਂ ਹੁਣ ਤਾਂ ਸਿਰ ਉੱਤੋਂ ਦੀ ਪਾਣੀ ਵਗ ਗਿਆ ਹੁੱਜਾਂ ਹੀ ਨਾ ਮਰੀ ਚੱਲ ਤੇਰੇ ਹੁੱਜਾਂ ਹੀ ਆ ਮਰੂ ਮੈਂ ਤੂੰ ਬੇ ਮੈਂ ਤੈਨੂੰ ਕੀ ਕਿਹਾ ਬਾਪੂ ਉਹੀ ਲੜੀ ਜਾਂਦਾ ਦੇਖ ਲੈ
ਉਹ ਦੇਖ ਲਿਆ ਕਰੋ ਕਿਸੇ ਟਾਈਮ ਤਾਂ ਹਰ ਇੱਕ ਦਿਨ ਨਹੀਂ ਕੀ ਯਾਰ ਤੂੰ ਆਦਾ ਕੰਮ ਧੰਦਾ ਕਰ ਲੈ ਜਾ ਮੈਂ ਆਪ ਹੀ ਫੜਾ ਦੂੰਗਾ ਜਾ ਭਾਗ ਜਾ ਆਪਣੇ ਸਾਰਾ ਦਿਨ ਕਾਂ ਕਾਂ ਕਰਦੇ ਰਹਿੰਦੇ ਆਮ ਲੜਾਈਆਂ ਤੇ ਜ਼ੋਰ ਆ ਵੀ ਤੁਸੀਂ ਹੁਣ ਵਿਆਹੇ ਵਧੇ ਹੋ ਗਏ ਤੇ ਮਾੜਾ ਮੋਟਾ ਬੰਦੇ ਨੂੰ ਸੋਚਣਾ ਚਾਹੀਦਾ ਸਮੇਂ ਨਾਲ ਬੰਦੇ ਨੂੰ ਬਦਲਣਾ ਚਾਹੀਦਾਗਾ ਬਸ ਬੁੱਠਾ ਲਾਈ ਦੇ ਦੇ ਉਹੀ ਮਸੂਰ ਮਾਤਾ ਦੱਸ ਇਹਦਾ ਕੀ ਕਸੂਰ ਆਗਾ ਗੱਲ ਨੂੰ ਗੱਲ ਨਹੀਂ ਸਮਝਦੇ ਕੱਲ ਨੂੰ ਤੁਸੀਂ ਨਹੀਂ ਹੋਣਾ ਇਸ ਉਮਰ 'ਚ ਆਉਣਾ ਉਦੋਂ ਤੁਹਾਨੂੰ ਪਤਾ ਲੱਗੋ ਤੇ ਸੋਥੇ ਕੰਮ ਕਰਾਇਆ ਐ ਤਾਂ ਹੈ ਨਹੀਂ ਸ਼ਰਮ ਵੀ ਗੋਲੀ ਦੇ ਕੇ ਉੱਥੇ ਛੱਡਿਆ ਵਾ ਦੁੱਧ ਹੈਗਾ ਆਹੋ ਹੈਗਾ ਜਾ ਬੇਬੇ ਨੂੰ ਘੁੱਟ ਚਾਹ ਕਰਕੇ ਦੇ ਕਿਤੇ ਮੈਂ ਕਾਫੀ ਨਾ ਬਣਾਦਾ ਉਰੇ ਕਿਉਂ ਆਹੋ ਪਰ ਆਹੋ ਕਿਉਂ ਨਹੀਂ ਬਣਾ ਕੇ ਦਿੰਦੀ ਦਿੰਦਾ ਵੀ ਝਾੜੂ ਲੈ ਜਾਨੀ ਆ ਝਾੜੂ ਫੇਰ ਲਾ ਲਈ ਛੱਡਦੇ ਨੂੰ ਪਰੇ ਰਵੀ ਚੁੱਪ ਕਰਕੇ ਨਾ ਗੋਲੀ ਗੱਪਾ ਦੇ ਕੇ ਉਹਨੂੰ ਉਧਰ ਹੀ ਛੱਡਿਆ ਕਿਉਂ ਉਧਰ ਕਿਉਂ ਛੱਡਿਆ ਮੈਂ ਕਿ ਜਦੋਂ ਪਹਿਲਾਂ ਉਧਰ ਸੀ ਹੁਣ ਤੂੰ ਵੱਡਾ ਹੈ ਜਿਹੜਾ ਆ ਗਿਆ ਮਾਂ ਦਾ ਤੇ ਫੇਰ ਕਿਉਂ ਦੇ ਤੂੰ ਘੁੱਟ ਚਾਹ ਕਰਦੀ ਨਾ ਮੈਂ ਤਾਂ ਬਣਾਉਂਦੀ ਨਹੀਂ ਮੈਂ ਨਹੀਂ ਬਣਾਉਂਦੀ ਜਮਾ ਨਹੀਂ ਬਣਾਉਂਦੀ ਨਾ ਬਥੇਰੇ ਚੱਲ ਇਹਨਾਂ ਦੀਆਂ ਵੱਡਾ ਕੇ ਛੋਟਾ ਕਿਤੇ ਕੋਈ ਲੋੜ ਨੀ ਜਾਣਦੀ ਚੁੱਪ ਕਰਕੇ ਬਹਿ ਜਾ ਇੱਥੇ ਮੈਂ ਬੈਠਾਂਗਾ ਨਾ ਬਸ ਬਥੇਰੀਆਂ ਛੋੜ ਲਗਾ ਇਹਨਾਂ ਦੀਆਂ ਪੈਰ ਨਹੀਂ ਪੱਟਣਾ ਇੱਥੋਂ ਤੋਂ ਡਿੱਗੀ ਪਈ ਮੈਂ ਚੱਕ ਕੇ ਲਿਆ ਗਿਆ ਇੰਨਾ ਬੁਖਾਰ ਆ ਤੁਸੀਂ ਬੁਖਾਰ ਚ ਕੰਮ ਕਰਾਉਣਾ ਮਾੜੀ ਮੋਟੀ ਸ਼ਰਮ ਸੰਗ ਦਾ ਮਨ ਲਿਆ ਕਰੋ ਤੂੰ ਕਿਉਂ ਲੱਗ ਜਾਂਦੀ ਆ ਬਥੇਰਾ ਸਾਨੂੰ ਨੀਵਾਂ ਚੁਕਾਉਣ ਦੀ ਓਹੋ ਕਰਦੀ ਹੈਗੀ ਭਾਈ ਹੁਣ ਚੁੱਪ ਕਰ ਜਾਓ ਹੁਣ ਕਿਉਂ ਰੌਲਾ ਪਾਇਆ ਉਹ ਅੱਗੇ ਢਿੱਲੀ ਆ ਹੋਰ ਉਹਦੇ ਸਰਾਣੇ ਖੜ ਕੇ ਬੋਲਣ ਲੱਗ ਗਈਆਂ ਰੋਟੀ ਤਾਂ ਮੈਨੂੰ ਮਿਲਦੀ ਆ ਦੂਜੇ ਤੀਜੇ ਦਿਨ ਮਿਲ ਜਾਂਦੀ ਹੁੰਦੀ ਆ ਰੋਟੀ ਦਾ ਤੂੰ ਛੱਡ ਬਾਲੀ ਗੱਲਾਂ ਕਰਨ ਦੀ ਲੋੜ ਨੀ ਬਸ ਮੈਂ ਸਾਰਿਆਂ ਨੂੰ ਜਾਣਦਾ ਖੜੀ ਹੋ ਕੀ ਗੱਲ ਹੋ ਗਈ ਬਾਹਰ ਹੋ ਜੋ ਜ਼ਮੀਨ ਮੇਰੇ ਨਾਂ ਆ ਘਰ ਮੇਰੇ ਨਾਂ ਆ ਇੱਥੇ ਬੈਠਣ ਦੀ ਕਿਸੇ ਨੂੰ ਲੋੜ ਨਹੀਂ ਅੱਜ ਤੱਕ ਮੈਂ ਬਥੇਰਾ ਕੁਛ ਦੇਖ ਲਿਆ ਕਿਹਾ ਨਾ ਕਿਹਾ ਮੈਂ ਤੁਹਾਨੂੰ ਗੱਲ ਦੱਸਤੀ ਵੀ ਆਦਾ ਡੰਡੀ ਦੇ ਕੋਲ ਕਿਤੇ ਮਰਜ਼ੀ ਜਾਓ ਬਸ ਮੈਂ ਬਹੁਤ ਦੇਖ ਲਿਆ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਇਹ ਕੰਮ ਕਰਨੀ ਇੱਥੇ ਮੈਨੂੰ ਨੌਕਰ ਬਣਾਈ ਬੈਠੇ ਹਾਂ ਬਥੇਰਾ ਮੈਂ ਉਹ ਕਰ ਲਿਆ ਹੁਣ ਅੱਜ ਹੁਣ ਤੂੰ ਮੈਂ ਅਗਰ ਖੇੜੀ ਬਣਾ ਰੱਖੀ ਇਹਨਾਂ ਨੇ ਮੈਂ ਤੁਹਾਨੂੰ ਦੱਸਤੀ ਗੱਲ ਥੋੜੀ ਮੈਂ ਖਿੱਚੂਗਾ ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸਤਾ ਨਾ ਜਿਹੜੀ ਗੱਲ ਮੈਂ ਕਹੀ ਸੀ ਗਈ ਚਲੋ ਇੱਥੋਂ ਮੇਰੇ ਘਰੋਂ ਬਾਹਰ ਹੋ ਚਲੋ ਇਹਨੂੰ ਨਾਲ ਚੱਕੋ ਚਲੋ ਚਲੋ ਭਾਈ ਆ ਬਾਹਰ ਹੋ ਜਾ ਮੇਰੇ ਮੱਥੇ ਨਾਲ ਲੱਗੇ ਤੁਹਾਨੂੰ ਮੈਂ ਦੱਸਦੀ ਗੱਲ ਬੇਬੇ ਪਤਾ ਚੱਲ ਕਿਹੜੀ ਬੇਬੇ ਹੁਣ ਇਹਨਾਂ ਦੀ ਬੇਬੇ ਯਾਦ ਆਉਂਦੀ ਤਪਾਹ ਤਾਂ ਇਹਨਾਂ ਨੇ ਮਰਵਾ ਕੇ ਰੱਖ ਥਾ ਲੈ ਚਲੋ ਆ ਜਾ ਚੱਪਕਾ ਹੁਣ ਤੇਰੇ ਲੜਾ ਉਹ ਬਾਪੂ ਬਾਪੂ ਗਲਤੀ ਹੋ ਗਈ ਤੁਹਾਨੂੰ ਕਹਿਤਾ ਨਾ ਚੁੱਪ ਕਰਕੇ ਆਦਾ ਬਾਬੂ ਜੀ ਸਾਨੂੰ ਹੈਰਾਨ ਨਾ ਕਰੋ ਬਾਪੂ ਯਾਰ ਮੈਨੂੰ ਤਾਂ ਰੱਖ ਲਾ ਯਾਰ ਇਕੱਲੇ ਨੂੰ ਯਾਰ ਮੈਂ ਕਿਸੇ ਨੂੰ ਨਹੀਂ ਰੱਖਦਾ ਉਹ ਮੇਰਾ ਤਾਂ ਧੱਕੇ ਨਾ ਕਰਾਈ ਇਹਨੂੰ ਮੈਂ ਬਾਪੂ ਬਣ ਕੇ ਪਲੀਜ਼ ਮਾਫ ਕਰ ਦੋ ਬਾਪੂ ਮੇਰੇ ਤੋਂ ਬੋਲ ਨਾ ਯਾਰ ਇਹਨੂੰ ਸੁਣਦਾ ਨਹੀਂ ਸਾਨੂੰ ਕਾਹਦੀ ਗਲਤੀ ਹੋ ਗਈ ਸਤੋਂ ਗਲਤੀ ਤਾਂ ਮੈਥੋਂ ਹੋਈ ਹੈ ਜਿਹੜਾ ਅੱਜ ਤੱਕ ਮੈਂ ਬੋਲਿਆ ਨਹੀਂਗਾ ਉੱਥੋਂ ਕੋਈ ਗਲਤੀ ਨਹੀਂ ਹੋਈ ਮੈਂ ਤੁਹਾਨੂੰ ਦੱਸਦਾ ਭਈ ਆਦਾ ਕਿਤੇ ਮਰਦੀ ਜਾ ਮੈਂ ਕਿਤੇ ਨਹੀਂ ਮੈਨੂੰ ਤਾਂ ਲੋੜ ਨਹੀਂ ਹੁੰਦਾ ਥੋੜਾ ਬੋਲ ਨਹੀਂ ਕਰਦੇ ਇਹਨੇ ਥੋੜਾ ਬੋਲ ਨਹੀਂ ਬਾਪੂ ਮਾਫ ਕਰ ਦੇ ਤੂੰ ਨਹੀਂ ਚਲ ਮੈਂ ਤੇਰੀ ਬੇਬੇ ਨੂੰ ਪਹੁੰਚਦਾ ਜੇ ਉਹਨੇ ਕਹਿ ਦਿੱਤਾ ਤਾਂ ਮਾਫ ਕਰੂ ਨਹੀਂ ਜਮਾ ਨਹੀਂ ਕਰਦਾ ਬੇਬੇ ਬੇਬੇ ਇੱਥੇ ਆਊਗੀ ਮਨ ਤੇ ਹੋਈ ਵੀ ਆ ਬੇਬੇ ਨੂੰ ਭਾਲਦਾ ਇੱਥੇ
छोटे कारण जो मैं घरों गोटे पता लग टिकाने आई है कि माफ कर दे बेबे एक बारी माफ कर दे ना सुन आही काम जे पहला करे हुंदा अपना फिर लोट आ जांदा एवी बैठी हुन फिर जाला रोन लाग गई रोहित ने कुछ बणदा कुछ करे तो कुछ होऊगा चल कोई नहीं यार बापू यार ठीक है इंसान गलतियां दा पुतला ठीक नहीं मैं कहा दोनों ने इन कट बाहर पता लगूगा आप ही किते जाना बेबे असि किते जावांगे फिर ओही गल रोन लाग गई रोहित की होऊगा किन्ना के चिर तू इने पूछ पूछ कर लेगी औलाद तां अपनी हुई है औलाद नु की करांगे इही औलाद तो की करावणागा नहीं बापू जी ਸਾਨੂੰ ਆਪਦੀ ਗਲਤੀ ਤੇ ਬਹੁਤ ਅਹਿਸਾਸ ਹੋ ਰਿਹਾ ਪਰ ਅਸੀਂ ਬਹੁਤ ਗਲਤ ਕਰਦੇ ਰਹੇ ਸੋਡੇ ਨਾਲ ਮੈਂ ਤਾਂ ਇੱਕ ਵਾਰੀ ਮਾਫ ਕਰਦੇ ਅੱਜ ਤੱਕ ਬੋਲ ਲੈਣੀ ਸਾਰਾ ਕੁਝ ਮੇਰੇ ਨਾਲ ਜ਼ਮੀਨ ਮੇਰੇ ਨਾਲ ਆ ਘਰ ਮੇਰੇ ਨਾਲ ਮੈਂ 70 ਖਾਈ ਜਾਂਦਾ ਨਾਲੇ ਇਹ ਖਾਈ ਜਾਂਦੇ ਅਸੀਂ ਕਿਦਾਂ ਕੋਈ ਮਾੜਾ ਕਰਤਾ ਮੇਰੇ ਤਾਂ ਹੁਣ ਦਿਮਾਗ 'ਚ ਗੱਲ ਆਈ ਆ ਮੈਨੂੰ ਤਾਂ ਇਹ ਸੀ ਚਲ ਆਪਦੇ ਆ ਕੰਮ ਦਾ ਕੀ ਆ ਜਿੰਨਾ ਕੁੰਦਾ ਕਰੀ ਜਾਂਦੇ ਵੀ ਇੱਕ ਨਾ ਇੱਕ ਦਿਨ ਆਪੀ ਸਿਆਣੇ ਹੋ ਜਾਣਗੇ ਤੁਸੀਂ ਤਾਂ ਸਿਆਣੇ ਹੁੰਦੇ ਨਹੀਂਗੇ ਥੋੜੀ ਤਾਂ ਹੱਦ ਹੀ ਲੈ ਗਈ ਉਧਰ ਹੋਰ ਹੀਟਰੀ ਘੋੜਦੀ ਆ ਉਧਰ ਤੂੰ बेबे बापू कोठा रहणगे किते नहीं सोचा दे बारे जे सोनू की अड कर दे तुसी भी मांग लो बेबे तो माफी होना कल्लिया सी थोड़ी हकदार है बेबे माफ कर दे मेनू भी कर दे माफ इनू हुण बेबे ओ मैनू तो पता नहीं बापू जे अज तो बाद मैं थोड़ी भी लड़ाई देख ली ना समझा के रख लो फिर ना मेनू कहो यह करता किथे जाओगे तुसी देखना किथे जाओगे आहो ਸਰਪੰਚ ਕਰਨੀ ਤਾਂ ਲੋੜ ਨਹੀਂ ਪੈਂਦੇ ਬੰਦੇ ਨੂੰ ਆਪਦੇ ਹਿਸਾਬ ਨਾਲ ਚੱਲਣਾ ਪੈਂਦਾ ਕੋਈ ਸਰਪੰਚ ਨਾਲ ਤੇਰੀ ਆ ਮਾਂ ਐਡੀ ਹੋ ਗਈ ਕਿਤੇ ਹੱਥ ਨਹੀਂ ਚੱਕਿਆ ਮੈਂ ਇਹਦਾ ਆਪਦਾ ਘਰ ਬਣਾ ਕੇ ਚੱਲਿਆ ਆਪ ਕੰਮ ਕਰਦੀ ਰਹੀ ਆ ਉਹਨਾਂ ਦਾ ਵੀ ਹੱਕ ਬਣਦਾ ਆਪ ਕੰਮ ਕਰਕੇ ਸੀ ਉਹ ਸਮਝਦੀਆਂ ਨਹੀਂ ਵੀ ਸਾਡਾ ਘਰ ਹੈਗਾ ਉਤਲੀ ਹਵਾ 'ਚ ਰਹਿੰਦੀ ਆ ਆ ਤੂੰ ਵੀ ਮਾੜਾ ਮੋੜਾ ਸਮਝਾ ਲਿਆ ਕਰ ਵੱਡੀ ਆਹ ਉਹਦੇ ਮਗਰ ਆਪ ਖੇਤਾਂ 'ਚ ਤੁਰੇ ਫਿਰਦੇ ਰਹਿੰਦਾ ਇੱਥੇ ਬੇਬੇ ਦੇ ਕੰਮ ਕਰਾਈ ਜਾਂਦੀ ਆਪ ਐਂ ਬਹਿ ਜਾਣਗੇ ਆਹ ਦੇਖ ਸੀਰੀਅਸ ਬਹੁਤ ਵਧੀਆ ਚੱਲੀ ਜਾਂਦਾ ਲੈ ਕੀ ਕਰੂਗਾ ਐਂ ਬੈਠੇ ਮਾਇਲਾਂ 'ਤੇ ਹੋ ਜਾਂਦੀਆਂ ਗਈਆਂ ਹੱਦ ਲਾ ਦੇ ਇਹਨਾਂ ਨੇ ਮੁੜ ਕੇ ਕਹਿੰਦੇ ਨੇ ਕੱਲ ਨੂੰ ਦੂਜਾ ਭਾਗ ਆਊਗਾ ਤੜਕੇ ਸਵੇਹ ਹੀ ਬੈਠੂਗੀ ਮਾਇਦ ਬਣਾਉਣਾ ਛੋੜੇ ਭਾਗ ਬੇਬੇ ਨੂੰ ਤਾਂ ਪੈ ਜਾਂਦੇ ਯਾਰ ਬੇਬੇ ਜਾਂਦੇ ਹੁਣ ਇਹਨਾਂ ਬੇਬੇ ਯਾਦ ਆ ਗਈ ਪਹਿਲਾਂ ਬੇਬੇ ਨੂੰ ਭੁੱਲ ਗਿਆ ਸੀਗਾ ਬੇਬੇ ਕੋਲ ਦਾ ਰੋਜ਼ ਲੱਤਾਂ ਮੰਨਦਾ ਸੀਗਾ ਤੀਜਿਆਂ ਪਤਾ ਲੈ ਕੇ ਆਉਂਦਾ ਸੀਗਾ ਮੇਰਾ ਹੱਥ ਜੀ ਕਰਦਾ ਤਿੰਨ ਤਿੰਨ ਮਾਰ ਕੇ ਇਹਨਾਂ ਨੂੰ ਹੱਦ ਕਰਦਾ ਇਹਨਾਂ ਨੂੰ ਹੁਣ ਇਹਨੇ ਬੇਬੇ ਯਾਦ ਆਉਣ ਲੱਗ ਗਈ ਆ ਤੂੰ ਵੱਡਾ ਗਾ ਤੇਰਾ ਹੱਥ ਜਗਦੇ ਨੂੰ ਸ਼ਰਮ ਆਉਂਦੀ ਆ ਓਏ ਹੁਣ ਤਾਂ ਇੱਧਰ ਆ ਜਾ ਮਾਂ ਕੋਲੇ ਹੁਣ ਤਾਂ ਆ ਜਾ ਇਹਦੇ ਕੋਲੇ ਹੁਣ ਤਾਂ ਕਹਿੰਦੇ ਮਾਂ ਮੈਂ ਤਾਂ ਗਲਤੀ ਹੋ ਗਈ ਹੁਣ ਵੀ ਉਹਦਾ ਜਾ ਕੇ ਉਹ ਕਰੀ ਜਾਂਦਾਗਾ ਹੱਦ ਨਹੀਂ ਹੋ ਗਈ ਇਹਨਾਂ ਦੀ ਇਹੋ ਜਿਹੀ ਲਾਦ ਜੰਮੀ ਆ ਇੱਦਾਂ ਇੱਕ ਅੱਧੀ ਕੁੜੀ ਹੁੰਦੀ ਵਿਆਹ ਕੇ ਤੋਰ ਦਿੰਦਾ ਦੁੱਖ ਦੇ ਸੁੱਖ ਦੇ ਤਾਂ ਆ ਜਾਇਆ ਕਰਦੀ ਲਾਦ ਜੰਮੋ ਲਗਾ ਕਹਿੰਦਾ ਮੁੰਡਾ ਦੇ ਦੇ ਉਦੋਂ ਗੁੜ ਮੰਡੀ ਜਾਣਗੇ ਆਹ ਤੇਰੀ ਮਾਂ ਨੇ ਬਥੇਰੇ ਸੁੱਖ ਸੁੱਖ ਲੈਤਾ ਸੀਗਾ ਮੇਰੇ ਮੁੰਡੇ ਦੋ ਹੋ ਗਏ ਕਹਿੰਦੀ ਆਪਾਂ ਨੂੰ ਸੁੱਖ ਮਿਲੂਗਾ ਆਹ ਸੁੱਖ ਮਿਲਦਾ ਸੀਗਾ ਐ ਨੌਕਰ ਬਣਾ ਕੇ ਬਹਿ ਗਏ ਸਨ ਇਹੋ ਜਿਹੀ ਲਾਦ ਦਿੱਤੀ ਆ ਇਹ ਪਰਮਾਤਮਾ ਮੈਨੂੰ ਤਾਂ ਐ ਨਹੀਂ ਪਤਾ ਆਹ ਜਿਹੜਾ ਕੰਮ ਮੈਂ ਕਰਿਆ ਪਹਿਲੀ ਕਰ ਦਿੰਦਾ ਨਾ ਨਜ਼ਾਰਾ ਆ ਜਾਂਦਾ ਚੱਲ ਜਾ ਦੇ ਆ ਚਾਹ ਬੇਬੇ ਨੂੰ ਆਹੋ ਕੀ ਲੋੜ ਆ ਚਾਹ ਦੀ ਪੂਰੇ ਮੈਂ ਤਾਂ ਨਸ ਨੂੰ ਚਾਹ ਹੁਣ ਸਤਿ ਸ੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਬਣਾਉਣ ਦਾ ਸਾਡਾ ਇਹੀ ਮਸਲਾ ਗਾ ਵੀ ਆਪਣੇ ਘਰ ਦੇ ਵਿੱਚ ਏਕਤਾ ਰਹੇ ਏਕਤਾ ਬਣਾ ਕੇ ਰੱਖਿਆ ਕਰੋ ਅੱਜ ਜਿਵੇਂ ਸਾਨੂੰ ਇਹਨਾਂ ਨੇ ਅੱਡ ਕਰਤਾ ਸੀ ਇੱਕ ਜਣਾ ਉੱਧਰ ਹੋ ਗਿਆ ਸਾਡੇ 'ਚੋਂ ਇੱਕ ਜਣਾ ਉੱਧਰ ਹੋ ਗਿਆ ਉਹ ਇੱਥੋਂ ਕੰਮ ਕਰਾਈ ਗਏ ਇਹ ਇੱਧਰ ਇਹ ਮੇਥੋਂ ਕੰਮ ਕਰਾਈ ਗਏ ਸਾਡੀ ਜੂਨ ਬਹੁਤ ਖਰਾਬ ਕਰਤੀ ਸੀ ਆਹ ਦੇਖ ਲਓ ਸਾਰਾ ਕੁਝ ਸਾਡੇ ਨਾਲ ਉਸ ਜ਼ਮੀਨ ਜਾ ਜਾਤਾ ਫਿਰ ਵੀ ਸਾਥੋਂ ਕੰਮ ਕਰਾਈ ਗਏ ਬਾਅਦ 'ਚ ਜਿਹੜਾ ਕੁਛ ਮੈਂ ਕੀਤਾ ਇਹ ਨਾ ਕਰਨਾ ਪਵੇ ਮੈਂ ਤਾਂ ਇਹੀ ਕਹਿਣਾ ਗਾ ਭਾਈ ਆਪਦੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਅਤੇ ਮਾਂ ਪਿਓ ਨੂੰ ਮਾਂ ਪਿਓ ਸਮਝਿਆ ਕਰੋ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੇ ਭਾਈਆਂ ਨੇ ਕਮੈਂਟਾਂ ਬੋਲਿਆ ਅਸੀਂ ਉਹਨਾਂ ਦੇ ਕਮੈਂਟ ਬੋਲਦੇ ਹਾਂ ਆਹ ਸੋਨਾ ਸਿੰਘ ਜੀ ਜਿਹੜਾ ਤੁੰਗਾ ਲਿਆ ਸਾਨੂੰ ਫੋਨ ਵੀ ਰੋਜ਼ ਲਾਉਂਦੇ ਆ ਉਹਨਾਂ ਬਹੁਤ ਬਹੁਤ ਧੰਨਵਾਦ ਆ ਲਾਭ ਸਿੰਘ ਦੰਦੀ ਵਾਲਾ ਕੁਲਵਿੰਦਰ ਸਿੰਘ ਅਤੇ ਇੱਕ ਕੁਲਵਿੰਦਰ ਸਿੰਘ ਗੁਮਟੀ ਕਲਾਂਗੇ ਅਤੇ ਇੱਕ ਆਪਣੇ ਸਰਬਣਦਾਸ ਜੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਨੂੰ ਉਹ ਫੋਨ ਵੀ ਲਾਉਂਦੇ ਆ ਆਹ ਦੂਜੇ ਕਮੈਂਟ ਬੋਲ ਭਾਈ
दर्शन सिंह राणा विराड़ मनप्रीत पेंडू लैफ कुलविंदर राम सुचा पिंड लैफ महेंद्र कौर लखवीर एम बराड़ जतेंद्र सिंह जतिन गिल समीता कलेर ते बबी राजा जसकरण सिंह जसदीप वाहेगुरू जी कुलविंदर सुरजीत सिंह गुरपाल सिंह सरपंच मनप्रीत कौर जसवीर गिल अमनदीप गिल सिंह कुमार ते जग्गी मान बॉबी राजा ते जगिंदर बलविंदर सिंह हाँ बलविंदर सिंह जी ये अपने अमरीका तो हाँ तो इन्होंने अच्छे बहुत बहुत धन्यवाद है साड़ी एक वीडियो देखते हैं ये अमरीका च बैठे असी तय वजो धन्यवाद करते हैं जिन्होंने सानू इन्ना लायक समझते हैं सब दे धन्यवाद करते हैं तो सब नू जी आखते हैं साड़ी वीडियो लाइक कमेंट से शेयर करया करो तो अपने परिवार के रिश्तेदार भेजा करो क्योंकि अपनी वीडियो परिवारक होंगी है परिवार के बैठ के देखने वाली होंगी है तो जो वीडियो आप बनाने तो ये असर भी करया करो भी अपने माँ प्यो की सेवा करया करो कई बार साथ कोई गलती हो जाती है तो असी माफी चाहते हैं सब का धन्यवाद जी वाहिगुरू जी का खालसा वाहिगुरू जी की फतेह।